ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਸ਼ੋਅ 'ਚ ਆਏ ਨਹੀਂ ਨਹੀਂ ਵਾਹਿਗੁਰੂ ਪੋਡਕਾਸਟ ਵਿੱਚ ਸਿਮਰਨਜੀਤ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਵਾਹਿਗੁਰੂ ਸੋ ਵੀਰ ਜੀ ਮੈਂ ਬੜਾ ਪ੍ਰਭਾਵਿਤ ਹੋਇਆ ਤੁਹਾਡੀ ਪਰਸਨੈਲਿਟੀ ਤੋਂ ਕਿ ਕੈਨੇਡਾ 'ਚ ਆ ਕੇ ਪਹਿਲਾਂ ਮੇਰੇ ਵਰਗੇ ਬਹਾਨੇ ਲੱਭਦੇ ਆ ਕਿ ਕਿੱਦਾਂ ਬਹਾਨੇ ਤੋਂ ਟੁੱਟਣਾ ਆ ਸੋ ਤੁਸੀਂ ਬਹਾਨੇ ਨਾਲ ਜੁੜੇ ਰਹੇ ਹੋ ਤੁਸੀਂ ਆਪਣੀ ਜੋਬ 'ਤੇ ਵੀ ਬਹਾਨਾ ਪਾਉਂਦੇ ਹੋ ਬੜਾ ਦਿਲ ਖੁਸ਼ ਹੁੰਦਾ ਤੁਹਾਡੀ ਕਈ ਵਾਰੀ ਨਾ ਵੀਡੀਓਜ਼ ਦੇਖ ਕੇ ਪਿਕਚਰ ਦੇਖ ਕੇ ਮਨ ਖੁਸ਼ ਹੁੰਦਾ ਕਿ ਇੱਕ ਚੁਪੇਸਾ ਦਾ ਪਾਠ ਹੋਰ ਕਰ ਲਈਏ ਕੁਛ ਹੋਰ ਅੱਗੇ ਵੱਧ ਲਈਏ ਵਾਹਿਗੁਰੂ ਸੋ ਤੁਸੀਂ ਕੁਛ ਆਪਣੇ ਬਾਰੇ ਵੀ ਜ਼ਰੂਰ ਦੱਸੋ ਜੀ ਵਾਹਿਗੁਰੂ ਇਹ ਬੜੀ ਵੱਡੀ ਗੱਲ ਕਹਿ ਦਿੱਤੀ ਤੁਸੀਂ ਮੈਂ ਤਾਂ ਆਪਣੀ ਭਾਵਨਾ ਐਕਸਪ੍ਰੈਸ ਕੀਤੀ ਹੈ ਜੀ ਹਰ ਇੱਕ ਦੀ ਭਾਵਨਾ ਅਲੱਗ ਹੋਏਗੀ ਇਹ ਤਾਂ ਮਹਾਰਾਜ ਹੀ ਆ ਜੋ ਵੀ ਆ ਸਤਿਗੁਰੂ ਸੱਚੇ ਪਾਤਸ਼ਾਹ ਇੱਦਾਂ ਹੀ ਪਹਿਲਾਂ ਇਹ ਵੀ ਇੱਦਾਂ ਹੀ ਹੁੰਦੇ ਸੀ ਅਤੇ ਸਾਡਾ ਪ੍ਰੇਮ ਹੈਗਾ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਉਸ ਸਮੇਂ ਜਦੋਂ ਜਿੱਥੋਂ ਇਹ ਸਾਰੀ ਕਲਾ ਵਰਤੀ ਹੈ ਬਾਬਾ ਜੀ ਦਾ ਆਪਰੇਸ਼ਨ ਹੋਣਾ ਸੀ ਅਤੇ ਬਾਬੇ ਸੀਗੇ ਬੰਬੇ ਅਤੇ ਦਾਸ ਦਾ ਭਰਾ ਆ ਉਹਦਾ ਨਾਂ ਕੁਲਵਿੰਦਰ ਸਿੰਘ ਉਹਨੂੰ ਸਾਰੇ ਘੁੱਕਰ ਕਹਿੰਦੇ ਨੇ ਉਹਨੂੰ ਕਾਫੀ ਟਾਈਮ ਹੋ ਗਿਆ ਕਈ ਸਾਲ ਹੋ ਗਏ ਨੇ ਬਾਬਾ ਜੀ ਨੇ ਸੇਵਾ ਕਰਦਾ ਅਤੇ ਉਦੋਂ ਉਹਨੇ ਮੈਨੂੰ ਕਿਹਾ ਸੀ ਵੀ ਤੁਸੀਂ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਉਹਨਾਂ ਕੋਲ ਜਾਓ ਅਤੇ ਦਿਨ ਉਦੋਂ ਠੰਡ ਦੇ ਸੀਗੇ ਬਹੁਤ ਠੰਡ ਹੁੰਦੀ ਅਸੀਂ ਅੰਮ੍ਰਿਤ ਵੇਲੇ ਚੱਲ ਗਏ ਉੱਥੇ 2 ਵਜੇ ਅਤੇ ਬਾਬਾ ਜੀ ਦਾ ਨਿਤਨੇਮ ਸੀਗਾ ਅਸੀਂ 5 ਵਜੇ ਇੱਦਾਂ ਮਤਲਬ ਕਿ ਉੱਥੇ ਨੰਗੇ ਪੈਰ ਖਲੋਤੇ ਰਹੇ ਅਤੇ ਸਿੰਘਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਹੈ ਨਾ ਅਸੀਂ ਕਦੀ ਇੰਨਾ ਸਿੰਘਾਂ 'ਚ ਨਹੀਂ ਰਹੇ ਅਤੇ ਸਾਨੂੰ ਨਾ ਬੜੀ ਚਾਅ ਚੜੇ ਵੀ ਕੋਈ ਮਤਲਬ ਇੰਨਾ ਪਿਆਰ ਅਤੇ ਉਹਨਾਂ ਨੇ ਕਹਿਣਾ ਕੋਈ ਨਹੀਂ ਬਾਬਾ ਜੀ ਆ ਜਾਣਗੇ ਤੁਸੀਂ ਗਰਮ ਜਲ ਛਕੋ ਕੋਈ ਕਹੇ ਜਦੋਂ ਤੁਹਾਨੂੰ ਚਾਹ ਪਾਣੀ ਛਕੋ ਰੋਟੀ ਛਕੋ ਹੈ ਨਾ ਅਸੀਂ ਮਨ 'ਚ ਸੀਗਾ ਵੀ ਇੱਕ ਵਾਰੀ ਸੰਤਾਂ ਦੇ ਦਰਸ਼ਨ ਹੋ ਜਾਣ ਅਤੇ ਬਾਬਾ ਜੀ ਜਦੋਂ ਆਏ ਅਤੇ ਸਿੰਘਾਂ ਨੇ ਦੱਸਿਆ ਵੀ ਇੱਦਾਂ ਆਏ ਨੇ ਸਿੰਘ ਅਤੇ ਅਸੀਂ ਦੱਸਿਆ ਬਈ ਇੱਦਾਂ ਵੀ ਪ੍ਰੇਮ ਆ ਸੰਤਾਂ ਨਾਲ ਅਤੇ ਬੜੇ ਖੁਸ਼ ਹੋਏ ਵੀ ਉਹ ਬਾਬਾ ਜੀ ਨਾਲ ਬਹੁਤ ਪ੍ਰੇਮ ਕਰਦੇ ਨੇ ਬਾਬਾ ਜੀ ਨੇ ਫਿਰ ਸਾਨੂੰ ਆਪਣੇ ਹੱਥੀਂ ਬਣਾ ਕੇ ਅਤੇ ਪਰੌਂਠੇ ਛਕਾਏ ਅਤੇ ਜਦੋਂ ਬਾਬਾ ਜੀ ਜਾਣ ਲੱਗੇ ਅਤੇ ਮੈਂ ਉੱਠ ਕੇ ਭੱਜ ਗਏ ਅਤੇ ਬਾਬਾ ਜੀ ਦੀ ਬਾਂਹ ਫੜ ਲਈ ਅਤੇ ਮੇਰਾ ਵਿਰਾਗ ਨਿਕਲ ਗਿਆ ਵੀ ਮੈਂ ਕਿਹਾ ਵੀ ਬਾਬਾ ਜੀ ਕਹਿੰਦੇ ਅਸੀਂ ਤੁਹਾਡੇ ਤੋਂ ਕਦੀ ਦੂਰ ਨਹੀਂ ਜਾਵਾਂਗੇ ਅਤੇ ਉਸ ਤੋਂ ਬਾਅਦ ਜਦੋਂ ਸਾਰਾ ਘੁੰਮਣ ਤੋਂ ਬਾਅਦ ਬਾਬਾ ਜੀ ਨੇ ਸਾਨੂੰ ਪੁੱਛਿਆ ਵੀ ਦੱਸੋ ਕਿਉਂ ਆਏ ਜੀ ਨਹੀਂ ਕਿਹਾ ਬਾਬਾ ਜੀ ਇੱਦਾਂ ਵੀ ਬਾਹਰ ਜਾਣਾ ਹੈ ਅਤੇ ਬਾਬਿਆਂ ਨੇ ਅਰਦਾਸ ਕਰਦੀ ਕਹਿੰਦੇ ਤੁਹਾਡੀ ਸਦਾ ਹੀ ਚੜ੍ਹਦੀ ਕਲਾ ਦੀ ਜਿੱਧਰ ਨੂੰ ਮਰਜ਼ੀ ਚਲ ਜਾਓ ਅਤੇ ਉਹ ਵੀ ਗੁਰਸਿੱਖੀ ਉਹਨਾਂ ਨੇ ਕਿਹਾ ਵੀ ਮਹਾਰਾਜ ਤੁਹਾਨੂੰ ਦੇਣ ਉਹ ਕਿਰਪਾ ਹੀ ਉਹ ਹੁੰਦੀ ਹੁੰਦੀ ਸਮਾਂ ਆ ਗਿਆ ਨਾ ਮੈਨੂੰ ਕਾਹਲੀ ਪੈਣ ਲੱਗ ਪਈ ਵੀ ਮੈਂ ਕਿਹਾ ਵੀ ਨਹੀਂ ਮੈਂ ਅੰਮ੍ਰਿਤ ਛਕਣਾ ਵੀ ਹੁਣੇ ਹੀ ਛਕਣਾ ਅਤੇ ਛਕਣ ਤੋਂ ਬਾਅਦ ਫਿਰ ਮੈਂ ਵੇਖਿਆ ਬਾਣੇ 'ਚ ਪਹਿਲਾਂ ਮੇਰਾ ਇਹ ਸੀ ਵੀ ਮੈਂ ਬਾਣਾ ਪਾਊਂਗਾ ਸਿਰਫ ਗੁਰਦੁਆਰੇ ਜਦੋਂ ਜਾਊਂਗਾ ਫਿਰ ਪਾਵਾਂਗੇ ਅਤੇ ਬਾਅਦ 'ਚੋਂ ਫਿਰ ਨਹੀਂ ਪਾਵਾਂਗੇ ਪੈਂਟ ਕਮੀਜ਼ 'ਚ ਹੀ ਮਨ ਨੂੰ ਸ਼ਾਂਤੀ ਨਹੀਂ ਆਈ ਅੰਦਰ ਜਿੱਦਾਂ ਨਾ ਹੋਣ ਲੱਗ ਪਿਆ ਫਿਰ ਅਸੀਂ ਸ਼ਹੀਦੀ ਬਾਗ ਗੱਲ ਕੀਤੀ ਉਹਦੇ ਮਹਾਂਕਾਲ ਜੀ ਨੇ ਬਾਬਾ ਨਿਰਮਲ ਸਿੰਘ ਜੀ ਉਹਨਾਂ ਨਾਲ ਬੜਾ ਪਿਆਰ ਆ ਅਤੇ ਉਹ ਕਹਿੰਦੇ ਵੀ ਜੇ ਬਾਣਾ ਪਾ ਤਾ ਤਾਂ ਬਾਣਾ ਲਾਉਣਾ ਨਹੀਂ ਆ ਭਾਵੇਂ ਜੋ ਮਰਜ਼ੀ ਹੈ ਜੀ ਅਤੇ ਭਾਵੇਂ ਦੇਸ਼ ਛੱਡ ਦਿਉ ਮੈਂ 7 ਵਜੇ ਫਿਰ ਮੈਂ ਕਿਹਾ ਵੀ ਅਰਦਾਸ ਕਰ ਦਿਉ ਤੁਸੀਂ ਉਹਨੇ ਅਰਦਾਸ ਕਰਤੀ ਮਹਾਰਾਜ ਦੇ ਚਰਨਾਂ ਵਿੱਚ ਫਿਰ ਬਾਣੇ ਨਾਲ ਪ੍ਰੇਮ ਇੰਨਾ ਜ਼ਿਆਦਾ ਪੈ ਗਿਆ ਫਿਰ ਹੁਣ ਯਾਦ ਵੀ ਨਹੀਂ ਵੀ ਮੈਂ ਕਦੀ ਜ਼ਿੰਦਗੀ 'ਚ ਮਤਲਬ ਕਿ ਪੈਂਟ ਕਮੀਜ਼ ਵੀ ਪਾਉਂਦਾ ਹੁੰਦਾ ਸੀ ਹੁਣ ਮਤਲਬ ਇੱਦਾਂ ਹੀ ਆ ਵੀ ਮੈਂ ਸ਼ਾਇਦ ਇੱਦਾਂ ਹੀ ਜੰਮਿਆ ਸ਼ੁਰੂ ਤੋਂ ਅਤੇ ਮੈਂ ਇੱਦਾਂ ਹੀ ਹਾਂ ਅਤੇ ਕਿਹੜੇ ਸਾਲ ਦੀ ਗੱਲ ਕਰ ਰਿਹਾ ਸੀ ਇਹ ਮੇਰੇ ਖਿਆਲ ਨਾਲ 3 ਕੁ ਸਾਲ ਹੋਣ ਵਾਲੇ ਹੋਣਗੇ ਠੀਕ ਹੈ ਹਾਂਜੀ ਅਤੇ ਫਿਰ ਇੱਕ ਵਾਰੀ ਮਤਲਬ ਮੈਂ ਕੰਮ ਕਰਦਾ ਉੱਥੇ ਇੱਕ ਗੋਰੇ ਨੇ ਵੀ ਕਿਹਾ ਮੈਨੂੰ ਵੀ ਤੂੰ ਕੰਮ ਨਹੀਂ ਕਰ ਸਕਦਾ ਇੱਥੇ ਸਾਡੇ ਕੋਲ ਵੀ ਜਾਂ ਤੂੰ ਲਾ ਅਤੇ ਮੈਂ ਲਾਉਣਾ ਨਹੀਂ ਆ ਗਰੀ ਗੁਰੀ ਗਏ ਅਤੇ ਉੱਥੇ ਕਲਾਵਰਤੀ ਮੈਂ ਲੋਹੜ ਲੈ ਕੇ ਗਿਆ ਅਤੇ ਉਸ ਲੋਹੜ ਦੇ ਪੇਪਰ ਨਹੀਂ ਸੀ ਲੋਹੜ ਬੜੀ ਦੂਰ ਸੀ ਉਹ ਸਾਰੇ ਪਾਕਿਸਤਾਨੀ ਸੀ ਟਰੱਕ ਦੀ ਹਾਈਟ ਹੁੰਦੀ ਮੈਂ ਉੱਤੇ ਬੈਠਾ ਉਹ ਕਹਿੰਦੇ ਵੀ ਲੋਹੜ ਦੇ ਪੇਪਰ ਨਹੀਂ ਲੈ ਜਾ ਅਤੇ ਮੈਂ ਕੰਪਨੀ ਨੂੰ ਕਿਹਾ ਉਹ ਤਾਂ ਕਹਿੰਦੇ ਸਾਡਾ ਲੋਹੜ ਬੜਾ ਮਹਿੰਗਾ ਆ ਵੀ ਦੂਰ ਵੀ ਬੜੀ ਗਿਆ ਅਤੇ ਕੁਦਰਤੀ ਮੈਂ ਜਦੋਂ ਥੱਲੇ ਉਤਰਿਆ ਨਾ ਅਤੇ ਉਸ ਮੁਸਲਮਾਨ ਵੀਰ ਨੇ ਮੈਨੂੰ ਬੜਾ ਚਿਰ ਦੇਖੀ ਗਿਆ ਅਤੇ ਉਹ ਗਏ ਸੰਤ ਜਰਨੈਲ ਸਿੰਘ ਜੀ ਨੂੰ ਉਹਨਾਂ ਨੇ ਦੇਖਿਆ ਹੋਊਗਾ ਅਤੇ ਉਹਨੇ ਫਿਰ ਸਾਰੇ ਬੁਲਾਏ ਜਾਂਦੇ ਤੁਸੀਂ ਸਾਰੇ ਆ ਜਾਓ ਅਤੇ ਮੈਨੂੰ ਹੋ ਗਿਆ ਪਤਾ ਨਹੀਂ ਕੀ ਚੱਕਰ ਪੈ ਗਿਆ ਨਾ ਸਾਰੇ ਬੁਲਾਲੇ ਉਹ ਦੇਖੀ ਗਿਆ ਆਨੰਦ ਉਹ ਫਿਰ ਜਦੋਂ ਉਹਦੇ ਲਫ਼ਜ਼ ਹੀ ਆਉਂਦਾ ਆਹ ਅਸਲੀ ਸਿੱਖ ਆ ਅਤੇ ਉਹ ਕਹਿੰਦਾ ਵੀ ਲੋਹੜ ਲਾਓ ਅਤੇ ਮੈਂ ਕਿਹਾ ਪੇਪਰ ਨਹੀਂ ਹੈਗੇ ਅੰਦਰ ਭਾਵੇਂ ਵੇਚ ਵੀ ਦੇ ਵੀ ਤੇਰੇ 'ਤੇ ਇੰਨਾ ਯਕੀਨ ਆ ਅਤੇ ਉਹ ਉਦੋਂ ਦੀਆਂ ਗੱਲਾਂ ਹੋਈਆਂ ਨਾ ਫਿਰ ਹੋਣ ਲੱਗ ਪਿਆ ਵੀ ਬਾਣਾ ਦੁਨੀਆ ਪਿਆਰ ਹੀ ਬਾਣੇ ਨੂੰ ਕਰਦੀ ਆ ਬਿਲਕੁਲ ਅਤੇ ਸਿੱਖਾਂ ਦਾ ਕਦੀ ਦੇਣ ਨਹੀਂ ਦੇ ਸਕਦੇ ਵੀ ਇੰਨਾ ਜ਼ਿਆਦਾ ਪ੍ਰੇਮ ਇੰਨਾ ਜ਼ਿਆਦਾ ਸਤਿਕਾਰ ਕਰਦੇ ਨੇ ਬਿਲਕੁਲ ਮੈਨੂੰ ਯਾਦ ਹੈ ਮੈਂ ਖਾਲਸਾ ਕਾਲਜ ਵਿੱਚ ਸੀਗਾ
तो साल डेढ़ साल मैं पढ़िया उत्थे, मैनू एक बार भी नहीं याद कि मैनू किसी टीचर ने मेरा नाम लैके बुलाया होवे। वाहेगुरु खालसा जी खालसा जी। और मैनू जो बुलाते सी मैनू यह होंदा सी कि मैं इस लायक हैगा कि मैनू बुला रहे ने, भावें मेरे सिर ते दस्तार है बाना पाया। तो बड़ा उस टाइम भी मन विराग च चल जाता है कर यही सोचना, या उस टाइम भी यही मन च ख्याल आना कि मैं इस लायक हैगा तो मैं मेनटेन रखना है, क्योंकि महाराज का जोड़ा बाना आ। बाकी थोड़ी गल सही है कि सत्कार इस बाने का ही होंगे आनू जो मेनटेन करना ना बड़ा भी जो महाराज ही करावे ना, क्योंकि देखो समा इदा तो बुद्धि मलीन हो जाती बिलकुल। सू फिर जिदा सिंघा ना भजन करते ही, क्योंकि मैनू होंगे भी मैं नहीं मैं पता मैं सिखा ते वो दस दे, फिर उन्होंने दसिया भी कहते जो बाणा है शेर का लवाज आ, शेर ही पा सकता है। तो मजबूती आई अंदर भी जो कि जाना, जिदा अं एक जगह गए थे दवाई लैन, तो इतने रैक्सडेल तो ही हॉस्पिटल, तो वो बंदे ने मेरे को फोटो भेजी, वह कहता सिर्फ फोटो खिचा ला पैसे कोई नहीं लेने, देखो क्या बात भी इन्ना गुरु महाराज के बाने का प्रताप है। बिल्कुल बहुत फर्क पैदा। असी भी मैं इधर 6 साल मैनेजमेंट रोल च रहा, तो लास्ट जी कंपनी मैं काम किया 4.5 साल मैं काम किया मैनेजमेंट से। तो जो कोई इदा अपना वीर भाई आ जाता है तो बड़ी खुशी होंगी है, फिर जिनी मदद कर सकते हमेशा करी देगा। हूँ यही गल आ कि देख के ना एक खिच जी पैंती है कि जे ना भी बुला सकिए होंगे कि नहीं यार बुलाना आ जाके एक मिल के आना, जिन्ना मर्जी बिजी हुई है एक मिल के आई अपने भाई नू अपने वीर नू एक फतेह गजा दिए, मन में शांति हो जाती हाँ सिंह आया है फतेह गजाती, तो हूँ असं अपने कमांकार तो वापस जा सकते हैं। सो अधूरापन रहा है कि जे ना भी बुलाइए, महाराज ने काय इदा बनाई है हाँ जी सिखा ली सिंघा ली सिंघनिया ली कि जे ना फतेह गजाइए मन में बेचैनी जी रही है या फतेह नहीं गजाई कुछ अधूरा रह गया। बेअंत महाराज की कला बेअंत है। हाँ जी थोड़े नाल फिर होर कई संघ जुड़ते रहे होंगे समय दे नहीं ये गल नहीं सही है, महाराज नहीं जुड़ते हैं। हाँ जी हाँ जी देखो परमात्मा बहुत बेअंत है, करता धरता परमेश्वर आ, पर वह परमात्मा कभी अगे नहीं आता, वड्याई किसी इंसान को दे दिता है ना भी करने वाला उ ही है ना, जे जिदे ते गुरु महाराज दया ना कर दुनिया की जिहड़ी मर्जी शक्ति अपना ले गुरसिखी च नहीं आ सकता। कई जन्मां जन्मां दे मतलब जप तप हुंदा ते फिर महाराज कृपा करदे ने, ते इदां भी कई हिंदू वीर ने जिहड़े बहुत प्रेम करदे ने गुरु साहब नूं। एक मैं उहदा अगे भी जिक्र कीता सी एक जगह ते वह राजपूत आ, वह गुरु महाराज नूं इन्ना प्यार करदा भी जे तुसीं उहदे नाल 2 मिंट गल कर लो तुहानूं वराग च लैवेगा। वह सिर्फ धन गुरु गोबिंद सिंह महाराज धन गुरु गोबिंद सिंह महाराज, ते हुण उहदे घर दे उहनूं जान नहीं दिंदे सी, तो वह दशहरे दिवाली दे अपने मतलब कि वह पढ़ता पाया डॉक्टर लाइन चा, काफ़ी एजुकेटेड बंदा उम्र का छोटा, वो फिर भज गए हजूर साहब रहा 5 दिन, तो उन्हें मैं दर्शन कराए दरबार के बार उन्हें बहना महाराज की फोटो तकी है ना क्या इदा के होर भी ने। एक वीर है वह भी नशे नुशे करता सी, बड़ी कृपा बाणा पाँदा गुरु महाराज दया हो गई वो, इदा काफ़ी आ जिन्हें कृपा होती करता दरता परमात्मा ही आ। मैं कई बार इदा लगता ना कि जड़ा कितना कितने पंजाब के खून तो जुड़िया ना, पंजाब की मिट्टी तो जुड़िया, भावें वह कोना मोना ही आ भावें वह कि भी रूप से आ, कुछ नहीं पता हवा कदों वगदी आ हाँ जी कदों केड़े रस्ते तुर पैंदा। सो असी कहने ना साड़ी गिनती घट है, जां कई वारी महसूस भी होंदा पंजाबियां नाल सिखां नाल ये हो रहा वो हो रहा, पर जिहड़ी महाराज की जिहड़ी हवा है ना वो सानू दिख नहीं सकती, पर जिद नाल बीतदी आ तुसी होंगे जां मेरी लाइफ च भी कई चीज़ां होईयां होणगियां। हाँ जी हाँ जी सो वो जिहड़ा महसूस करदा उहनूं ही पता। हुण कुछ दिन तो काफ़ी वीडियोज़ पता नहीं क्यों आ रही है, कई जोड़े ने उह जोड़े ही दोवें हसबेंड वाइफ ही कन्वर्ट हो रहे हैं पूरे सिक्खी सरूप च बाने च आ रहे ने। सो मैं उही सोचदा कि एक कुछ नहीं असी कह सकते कि कदों कि हवा बदलनी है, कदों किन्या ने सिंह सज जाना सिंघनिया सज जाना ते कि हवा किधर नूं जानी है। सो बाकी महाराज के रंग ने ये देखो जिहड़ा जदों आपां इतिहास पढ़ीए ना तो एक गल बना ली भी 2% है गया, नहीं जे गुरु महाराज वाले महाराज तो पुछिए तो महाराज कहते भी खालसा 96 करोड़ गिनती है खालसे की, वह महाराज कितने प्रगट कर सकते हैं। बिल्कुल
ਕੋਈ ਕੋਈ ਦਾਵਾ ਨਹੀਂ ਕਰ ਸਕਦਾ ਵੀ ਅਸੀਂ ਨਹੀਂ ਗੁਰੂ ਮਹਾਰਾਜ ਦੀ ਕਿਰਪਾ ਕਈ ਕਾਲੇ ਗੋਰੇ ਹੈ ਨਾ ਕਿਤੇ ਵੀ ਘਰ ਘਰ ਦੇ ਵਿੱਚ ਮਹਾਰਾਜ ਜੀ ਪ੍ਰਗਟ ਕਰ ਸਕਦੇ ਨੇ ਹੈ ਨਾ ਇੰਨੇ ਸਮਰੱਥ ਨੇ ਪਰ ਕਈ ਲੋਕ ਕਾਲੇ ਪੈਂਦੇ ਨੇ ਵੀ ਹੁਣੇ ਹੀ ਕਿਉਂ ਨਹੀਂ ਹੋ ਜਾਂਦਾ ਅਤੇ ਅੱਜ ਹੀ ਰਾਜ ਚਾਹੀਦਾ ਖਾਲਸੇ ਦਾ ਸਦਾ ਰਾਜ ਆ ਖਾਲਸੇ ਦਾ ਰਾਜ ਕਦੀ ਨਹੀਂ ਜਾ ਸਕਦਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਸਾਡਾ ਮਤਲਬ ਸਦਾ ਰਾਜ ਆਪਣੇ ਅੰਦਰ ਭਾਵਨਾ ਮੁਕਾ ਚੁੱਕੇ ਨੇ ਜਿਹਦਾ ਪਿਓ ਐਡਾ ਵੱਡਾ ਹੋਵੇ ਉਹਦੇ ਕੋਈ ਰਾਜ ਲੈ ਸਕਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ ਗੁਲਾਮ ਸਿਰਫ ਉਹ ਨੇ ਜਿਹੜੇ ਗੁਰੂ ਮਹਾਰਾਜ ਤੋਂ ਬੇਮੁੱਖ ਨੇ ਕਰਨੀ ਨਾਮਾ ਪੜ੍ਹੋ ਉਹਦੇ ਵਿੱਚ ਮਹਾਰਾਜ ਨੇ ਸਪਸ਼ਟ ਲਿਖਿਆ ਵੀ ਜਦੋਂ ਸਾਡੇ ਤੋਂ ਦੂਰ ਜਾਣਗੇ ਇਹਨਾਂ ਦੀ ਰੱਖਿਆ ਨਹੀਂ ਕਰਾਂਗੇ ਰਾਜ ਦੀ ਨਿਸ਼ਾਨੀ ਕੀ ਹੁੰਦੀ ਆ ਆਪਣੇ ਨਿਸ਼ਾਨ ਹੋਣ ਆਪਣੇ ਨਗਾਰੇ ਹੋਣ ਆਪਣੇ ਲਿਵਾਜ ਹੋਵੇ ਸਾਡਾ ਲਿਵਾਜ ਵੀ ਆ ਸਾਡੇ ਕੋਲ ਸ਼ਸਤਰ ਵੀ ਆ ਗੁਰਦੁਆਰੇ ਸਾਡੇ ਨਗਾਰੇ ਵੀ ਨੇ ਅਤੇ ਮਹਾਰਾਜ ਦੇ ਨਿਸ਼ਾਨ ਵੀ ਝੂਲਣ ਡੇ ਨੇ ਇਹ ਰਾਜ ਆ ਇਹ ਸਦਾ ਹੀ ਰਹਿਣਾ ਕਦੀ ਨਹੀਂ ਜਾ ਸਕਦਾ ਕਿਉਂਕਿ ਇਹ ਕਿਸੇ ਬੰਦੇ ਦਾ ਚਲਾਇਆ ਹੋਇਆ ਨਹੀਂ ਆ ਇਹ ਕਲਗੀਧਰ ਪਾਤਸ਼ਾਹ ਨੇ ਪ੍ਰਗਟ ਕੀਤਾ ਨਾ ਖਾਲਸਾ ਜੰਮਦਾ ਨਾ ਖਾਲਸਾ ਮਰਦਾ ਨਾ ਗੁਰੂ ਸਾਹਿਬ ਮਹਾਰਾਜ ਜੰਮੇ ਸੀ ਨਾ ਗੁਰੂ ਸਾਹਿਬ ਮਹਾਰਾਜ ਦੁਨੀਆਂ ਜਾ ਸਕਦੇ ਸਦਾ ਹੀ ਨੇ ਹਾਜ਼ਰ ਨਾਜ਼ਰ ਨੇ ਪੰਜਾਂ ਪਿਆਰਿਆਂ ਨੇ ਜਦੋਂ ਮਹਾਰਾਜ ਨੂੰ ਅੰਮ੍ਰਿਤ ਛਕਾਉਣ ਲੱਗੇ ਨਾ ਅਤੇ ਭਾਈ ਦਇਆ ਸਿੰਘ ਜੀ ਨੇ ਪੁੱਛਿਆ ਮਹਾਰਾਜ ਵੀ ਅਸੀਂ ਅੰਮ੍ਰਿਤ ਲਈ ਆਪਣਾ ਸਿਰ ਦਿੱਤਾ ਤੁਸੀਂ ਦੱਸੋ ਕੀ ਦਿਓਗੇ ਮਹਾਰਾਜ ਕਹਿੰਦੇ ਖਾਲਸੇ ਨੂੰ ਸਭ ਕੁਝ ਦਿੱਤਾ ਤੁਸੀਂ ਦੱਸੋ ਕਹਿੰਦੇ ਮਹਾਰਾਜ ਵੀ ਕਈ ਪੀਰ ਪੈਗੰਬਰ ਆਏ ਅਤੇ ਬਾਅਦ ਚਲ ਗਏ ਆਪਣੀਆਂ ਕੌਮਾਂ ਬਣਾ ਕੇ ਅਸੀਂ ਚਾਹੁੰਦੇ ਵੀ ਤੁਸੀਂ ਸਦਾ ਰਹੋ ਮਹਾਰਾਜ ਕਹਿੰਦੇ ਸਰੀਰ 'ਚ ਹੋਈਏ ਭਾਵੇਂ ਸਰੀਰ 'ਚ ਨਾ ਹੋਈਏ ਸਦਾ ਹੋਵਾਂਗੇ ਜੇ ਸਾਡਾ ਪਿਤਾ ਸਾਡਾ ਪਿਓ ਸਦਾ ਹੀ ਆ ਸਾਨੂੰ ਸਾਡਾ ਰਾਜ ਆ ਸਾਡਾ ਰਾਜ ਨਹੀਂ ਜਾ ਸਕਦਾ ਆ ਤੋਂ ਲੈ ਕੇ ਸਾਡਾ ਅੰਤ ਤੱਕ ਰਾਜ ਆ ਅੱਜ ਵੀ ਕੱਲ੍ਹ ਵੀ ਸਦਾ ਹੀ ਰਹਿਣਾ ਬਿਲਕੁਲ ਬਿਲਕੁਲ ਖਾਲਸੇ ਨੂੰ ਬਹੁਤ ਵੱਡੀ ਬਖਸ਼ਿਸ਼ ਆ ਮਹਾਰਾਜ ਕਰਕੇ ਨਾ ਵੀ ਸਾਡਾ ਜਿਹੜਾ ਸਾਡਾ ਪਿਓ ਸਾਡਾ ਦਾਦਾ ਸਾਡਾ ਪੜਦਾਦਾ ਬਲੀ ਸੂਰਮੇ ਸਨ ਗੁਰੂ ਹੁਣ ਕਈ ਜਿਹੜੇ ਕਾਹਲੀ ਪੈਂਦੇ ਨੇ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੱਥਰ ਮਾਰੇ ਗਏ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਸ਼ਹਾਦਤਾਂ ਹੋਈਆਂ ਨੇ ਫਿਰ ਜਾ ਕੇ ਛੇਵੀਂ ਪਾਤਸ਼ਾਹੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਾਈਆਂ ਆਪਣੇ ਅੰਦਰ ਇੰਨੀ ਸਹਿਣ ਸ਼ਕਤੀ ਨਹੀਂ ਆ ਆਪਣੇ ਪਹਿਲੋਂ ਹੀ ਕਹਿੰਦੇ ਵੀ ਚਲੋ ਮਾਰਾ ਬਕਾਰਾ ਕਰ ਦਈਏ ਜੰਗ ਕਰ ਲਈਏ ਇੱਦਾਂ ਥੋੜ੍ਹਾ ਹੁੰਦਾ ਕਿ ਪੜ੍ਹੋ ਅਤੇ ਸਜੋ ਹੈ ਨਾ ਕਈ ਸੰਤ ਜਰਨੈਲ ਸਿੰਘ ਜੀ ਦੀ ਦੇ ਕੇ ਸਪੀਚ ਸੁਣ ਕੇ ਉਹ ਦੱਸ ਦਿੰਦੇ ਨੇ ਵੀ ਇੱਦਾਂ ਕਰਨਾ ਪਰ ਦੇਖੋ ਸੰਤ ਕੀ ਚਾਹੁੰਦੇ ਸੀ ਵੀ ਜੇ ਤੁਸੀਂ ਖਾਲਸੇ ਨਹੀਂ ਬਣੋਗੇ ਤਾਂ ਰਾਜ ਕਿ ਖਾਲਸਾ 'ਤੇ ਬਣੋ ਜੇ ਸੰਤਾਂ ਨਾਲ ਤੁਸੀਂ ਪ੍ਰੇਮ ਕਰਦੇ ਆਪਣੇ ਕੇਸ਼ ਦਾੜੇ ਨਾ ਕਟਾਓ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਤੁਸੀਂ ਫਿਰ ਅਰਦਾਸ ਕਰੋ ਵੀ ਸਾਨੂੰ ਬੀਬੀਆਂ ਬਣਾ ਦਿਉ ਉਹ ਵੀ ਹੈ ਨਾ ਉਹ ਕੋਈ ਨਹੀਂ ਗੱਲ ਮੰਨਦਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਸਾਹਿਬਜ਼ਾਦਿਆਂ ਨੇ ਬਾਬਾ ਫਤਿਹ ਸਿੰਘ ਜੀ ਕੇਸ ਨਹੀਂ ਕਤਲ ਕੀਤੇ ਰੋਮ ਨਹੀਂ ਕਤਲ ਕੀਤੇ ਅੱਜ ਜਿਹੜੇ ਕਹਿੰਦੇ ਨੇ ਘੋਨੇ ਮੁੰਨਿਆ ਉਹ ਇੱਕ ਵਾਰੀ ਉਹਨਾਂ ਨਾਲ ਨਿਗਾਹ ਮਿਲਾ ਸਕਦੇ ਨੇ ਉਹਨਾਂ ਨੇ ਸ਼ਹਾਦਤਾਂ ਦਿੰਦੀਆਂ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲੱਥ ਗਈ ਕੇਸ ਨਹੀਂ ਕੱਟੇ ਗਏ ਹੈ ਨਾ ਅਸੀਂ ਮਤਲਬ ਇਹ ਸਾਡਾ ਖੂਨ ਆ ਹਰੀ ਸਿੰਘ ਨਰਵੇ ਨੇ ਸਲਵਾਰਾਂ ਕਮੀਜ਼ਾਂ ਪਵਾਤੀਆਂ ਸੀ ਇਹ ਸਾਡਾ ਖੂਨ ਹੈ ਨਾ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਲੜੇ ਸਾਡਾ ਕਿਰਦਾਰ ਬਹੁਤ ਵੱਡਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗ ਫਤਿਹ ਕੀਤੀ ਸਾਰੀਆਂ ਮੁਗਲਾਂ ਦੀਆਂ ਜਿਹੜੀਆਂ ਜਨਾਨੀਆਂ ਉਹਨਾਂ ਨੂੰ ਹਿਫਾਜ਼ਤ ਨਾਲ ਭੇਜਿਆ ਗਿਆ ਕਿਸੇ 'ਤੇ ਮਾੜੀ ਅੱਖ ਨਹੀਂ ਰੱਖੀ ਬਿਲਕੁਲ ਇਹ ਇੱਦਾਂ ਦਾ ਸਾਡਾ ਕਿਰਦਾਰ ਅਸੀਂ ਇਹ ਹਾਂ ਅਸੀਂ ਸਾਨੂੰ ਮਹਾਰਾਜ ਨੇ ਸਾਜਿਆ ਰੱਖਿਆ ਲਈ ਆ ਅਤੇ ਸ਼ਹੀਦੀਆਂ ਦੇਣ ਲਈ ਅਸੀਂ ਦੁਨੀਆਂ 'ਤੇ ਰਹਿਣ ਥੋੜ੍ਹਾ ਆਏ ਹਾਂ ਵੀ ਤਾਂ ਬਸੇਰਾ ਕਰ ਲਈਏ ਸਾਨੂੰ ਮਹਾਰਾਜ ਬਣਾਇਆ ਹੀ ਹੋਰ ਕਿਸੇ ਚੀਜ਼ ਲਈ ਆ ਬਿਲਕੁਲ ਬਹੁਤ ਸੋਹਣੀ ਗੱਲ ਹੈ ਅਤੇ ਜਿਹੜਾ ਬਾਬਾ ਦੀਪ ਸਿੰਘ ਤੋਂ ਜਿਹੜਾ ਦਲ ਸ਼ੁਰੂ ਹੋਇਆ ਸੀਗਾ ਉਹਦੇ ਬਾਰੇ ਕੁਝ ਜ਼ਿਕਰ ਕਰੋ ਦਲ ਇੱਕੋ ਹੀ ਸੀਗਾ ਜੀ ਬੁੱਢਾ ਦਲ ਠੀਕ ਹੈ ਜੀ ਜਦੋਂ ਗਵਾਲੀਅਰ ਦੇ ਕਿਲ੍ਹੇ 'ਤੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੰਦੂ ਪਾਪੀ ਨੇ ਇਹ ਖੇਡ ਕੇ ਸਿਆਸਤ ਜਹਾਂਗੀਰਨਾਂ 'ਤੇ ਕੈਦ ਕਰਾਇਆ ਹੈ ਨਾ ਕੈਦ ਕੌਣ ਕਰ ਸਕਦਾ ਉਹ ਵੀ ਮਹਾਰਾਜ ਦੀ ਇੱਕ ਕਲਾ ਸੀਗੀ ਕਿਉਂਕਿ ਉਹ 22 ਜਿਹੜੇ 52 ਸੀਗੇ ਰਾਜਪੂਤ ਉਹਨਾਂ ਨੂੰ ਗੁਰੂ ਮਹਾਰਾਜ ਨੇ ਛਡਾਉਣਾ ਸੀ ਉਹ ਥੋੜ੍ਹਾ ਤੁਹਾਨੂੰ ਸ਼ੋਰਟ 'ਚ ਦੱਸ ਦਈਏ ਅਤੇ ਜਦੋਂ ਸਮਾਂ ਆ ਗਿਆ ਗੁਰੂ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਜਦੋਂ ਬਾਹਰ ਆਏ ਬੰਦੀ ਛੋੜ ਦਾਤਾ 52 ਰਾਜਿਆਂ ਨੂੰ ਛਡਾ ਗਏ ਹੈ ਨਾ ਅਤੇ ਮਹਾਰਾਜ ਨੇ ਦੇਖਿਆ ਵੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਅਤੇ ਬਹੁਤ ਜ਼ਿਆਦਾ ਫੌਜ ਆ ਸਿੱਖ ਬੜੇ ਸੀਗੇ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਗਏ ਸੀ ਉਦੋਂ ਸਿੰਘ ਥੋੜ੍ਹੇ ਸੀ ਇੰਨੇ ਕਿੱਥੋਂ ਆਏ
ਅਤੇ ਬਾਬਾ ਜੀ ਕਹਿੰਦੇ ਵੀ ਮਾਤਾ ਜੀ ਦਾ ਹੁਕਮ ਸੀਗਾ ਵੀ ਭਾਵੇਂ ਜੰਗ ਯੁੱਧ ਹੋਵੇ ਭਾਵੇਂ ਜੋ ਮਰਜ਼ੀ ਗੁਰੂ ਮਹਾਰਾਜ ਆਉਣੇ ਚਾਹੀਦੇ ਨੇ। ਕਹਿੰਦੇ ਫਿਰ ਸੁਨੇਹਾ ਭੇਜਤਾ ਅਤੇ ਸਾਰੇ ਹੀ ਆ ਗਏ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਰ ਦਿੱਤਾ ਵੀ ਬਾਬਾ ਜੀ ਆਪ ਜੀ ਦੇ ਨਾਂ ਤੋਂ ਦਲ ਚੱਲੇਗਾ। ਉਹ ਸੀਗਾ ਬੁੱਢਾ ਦਲ। ਬੁੱਢਾ ਦਲ ਸ਼੍ਰੋਮਣੀ ਪੰਥ ਅਕਾਲੀ ਹੈ ਨਾ, ਚੱਲਦਾ ਵੀਰ ਚੱਕਰਵਰਤੀ 96 ਕਰੋੜੀ ਕਹਿੰਦੇ ਨੇ। ਅਤੇ ਚਾਰ ਤਖਤ ਨੇ ਆਪਣੇ ਸਿੱਖਾਂ ਦੇ, ਪੰਜਵਾਂ ਤਖਤ ਬੁੱਢਾ ਦਲ ਵੀ ਇਹਨਾਂ ਤਖਤਾਂ ਦੀ ਰੱਖਿਆ ਕਰੇਗਾ। ਮਹਾਰਾਜ ਨੇ ਸਾਜ ਦੇ ਸਮੇਂ ਦੇ ਹਿਸਾਬ ਨਾਲ ਫੌਜ ਜਿਹੜੀ ਬਹੁਤ ਜ਼ਿਆਦਾ ਹੋ ਗਈ। ਵੱਡਿਆਂ ਮਹਾਂਪੁਰਖਾਂ ਨੇ ਗੁਰਮਤਾ ਕਰਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਅਤੇ ਕਿਹਾ ਵੀ ਬਾਬਾ ਜੀ ਸਿੰਘ ਬੜੇ ਹੋ ਗਏ ਨੇ ਅਤੇ ਮਤਲਬ ਕਿ ਸ਼ੌ ਆਪਣੇ ਬਣਾ ਲਈਏ। ਉਹਦੇ ਵਿੱਚ ਪੰਜ ਤਰਨਾ ਦਲ ਨਿਕਲੇ, ਪੰਜ ਨਿਸ਼ਾਨ ਨਿਕਲੇ। ਪਹਿਲਾ ਨਿਸ਼ਾਨ ਬਾਬਾ ਦੀਪ ਸਿੰਘ ਜੀ ਨੂੰ ਦਿੱਤਾ ਗਿਆ, ਸ਼ਹੀਦਾਂ ਦਾ। ਜਿਹੜੇ ਬਾਬਾ ਦੀਪ ਸਿੰਘ ਜੀ ਦੇ ਜਿੰਨੇ ਵੀ ਫੌਜ ਆ ਉਹ ਸ਼ਹੀਦਾਂ ਦੀ ਫੌਜ ਕਲਾਉਂਦੀ, ਉਹਦਾ ਕੰਮ ਹੀ ਸ਼ਹਾਦਤ ਦੇਣਾ। ਇੱਦਾਂ ਕਰਕੇ ਪੰਜ ਤਰਨੇ ਦਲ ਨਿਕਲੇ। ਪਹਿਲਾ ਨਿਸ਼ਾਨ ਬਾਬਾ ਜੀ ਨੂੰ ਦੇ ਗਏ, ਉਹ ਫਿਰ ਬਣ ਗਿਆ ਮਿਸ਼ਨ ਸ਼ਹੀਦਾਂ ਤਰਨਾ ਦਲ, ਜਿਹੜਾ ਵੀ ਅੱਜ ਬਾਬਾ ਬਕਾਲਾ ਜਿਹਾ ਅਤੇ ਉਹਨਾਂ ਦੇ ਅੱਜ ਜਿਹੜੇ ਗੱਦੀ ਦੇ ਮਹਾਂਪੁਰਸ਼ ਨੇ ਬਾਬਾ ਜੋਗਾ ਸਿੰਘ ਜੀ ਨੇ। ਅਤੇ ਬਾਬਾ ਜੀ ਜਿਹੜੇ ਬੁੱਢਾ ਦਲ ਦੇ ਜਥੇਦਾਰ ਰਹੇ ਨੇ, ਇਹਨਾਂ ਦਾ ਕੀ ਰੋਲ ਰਿਹਾ ਹੈ? ਇਹ ਬਾਬਾ ਜੀ ਇੱਦਾਂ ਹੈ ਕਿ ਜਿਹੜੇ ਵੀ ਬੁੱਢਾ ਦਲ ਦੇ ਜਥੇਦਾਰ ਰਹੇ ਨੇ ਨਾ, ਉਹ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਰਹੇ ਨੇ। ਬਾਬਾ ਸੰਤਾ ਸਿੰਘ ਜੀ ਤੱਕ, 96 ਕਰੋੜੀ ਪੰਥ ਪਾਤਸ਼ਾਹ ਬਾਬਾ ਸੰਤਾ ਸਿੰਘ ਜੀ ਤੱਕ, ਉੱਥੋਂ ਤੱਕ। ਬਾਅਦ ਵਿੱਚੋਂ ਜਿੱਦਾਂ ਸ਼੍ਰੋਮਣੀ ਕਮੇਟੀ ਆ ਗਈ ਹੈ, ਜਿੱਦਾਂ ਅਕਾਲੀ ਬਾਬਾ ਫੂਲਾ ਸਿੰਘ ਜੀ, ਸਾਰੇ ਉਹ ਸਾਰਿਆਂ ਨੂੰ ਪਤਾ ਹੈ ਅਤੇ ਉਹ ਬੁੱਢੇ ਦਲ ਦੇ ਵੀ ਜਥੇਦਾਰ ਸਨ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸਨ। ਅਤੇ ਮਹਾਰਾਜਾ ਰਣਜੀਤ ਸਿੰਘ ਉਹ ਬਾਬਾ ਜੀ ਦੀ ਅਗਵਾਈ ਹੇਠ ਚੱਲਦਾ ਸੀਗਾ ਵੀ ਉਹਨੂੰ ਪਤਾ ਸੀ ਵੀ ਜਿਹੜਾ ਪੰਥ ਆ ਉਹ ਵੱਡਾ ਦਲ ਆ ਅਤੇ ਇਹਨਾਂ ਨੂੰ ਜੋ ਵੀ ਗੁਰਿਆਈ ਦਿੱਤੀ ਗਈ ਆ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਦਿੱਤੀ ਗਈ ਆ। ਅਤੇ ਜਿੱਦਾਂ ਗੁਰੂ ਅੰਗਦ ਦੇਵ ਜੀ ਦੀ ਅੰਸ਼ ਵੰਸ਼ 'ਚੋਂ ਸੀਗੇ ਉਹ ਬਣੇ, ਜਿੱਦਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾ, ਇੱਦਾਂ ਇੱਦਾਂ ਕਰੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਨਾ, ਉਦੋਂ ਵੀ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਜੀ ਨੂੰ ਬੁੱਢੇ ਦਲ ਦੇ ਜਥੇਦਾਰ ਦੇ ਅੰਡਰ ਹੀ ਭੇਜਿਆ ਵੀ ਇਹਨਾਂ ਦੀ ਤਾਬਿਆ ਰਹਿਣਾ, ਇਹ ਪੰਥ ਆ, ਜੋ ਇਹ ਕਹਿਣਗੇ ਉਹਦੇ ਵਿੱਚ ਹੀ ਚੱਲਣਾ ਹੈ। ਠੀਕ ਹੈ। ਅਤੇ ਜਿੱਦਾਂ ਹੁਣ ਇਹ ਪ੍ਰਥਾ ਕਿਉਂ ਨਹੀਂ ਚੱਲਦੀ ਆ ਰਹੀ, ਮਤਲਬ ਕਿੱਦਾਂ ਕੌਨਫਲਿਕਟ ਹੋਇਆ ਕਿ ਅਕਾਲ ਤਖਤ ਅਤੇ ਬੁੱਢਾ ਦਲ ਦੇ ਜਿਹੜੇ ਜਥੇਦਾਰ ਨੇ ਹੁਣ ਅਲੱਗ ਅਲੱਗ ਹੋਣ ਲੱਗ ਗਏ? ਇਹ ਦੇਖੋ ਵੀ ਇਹ ਸਾਰੀ ਪੋਲੀਟਿਕਸ ਹੈ। ਠੀਕ ਹੈ ਜੀ, ਪੋਲੀਟਿਕਸ ਕਰਕੇ ਸਾਰਾ ਕੁਝ ਹੋਇਆ ਆ ਵੀ ਦੋ ਫਾੜ ਹੋ ਗਏ ਨੇ, ਨਹੀਂ ਤਾਂ ਪਹਿਲਾਂ ਤਾਂ ਤੁਸੀਂ ਸਾਰਾ ਇਤਿਹਾਸ ਭਰੋ, ਇੱਦਾਂ ਦਾ ਕਦੀ ਵੀ ਨਹੀਂ ਹੋਇਆ। ਅਤੇ ਅੱਜ ਮਤਲਬ ਕਿ ਇਹ ਜਿਹੜਾ ਨਾ ਬਹੁਤ ਕੰਮ ਜਿਹੜਾ ਗੰਭੀਰ ਹੈ, ਇਹਦੇ ਕੀ ਦੱਸੀਏ ਤੁਹਾਨੂੰ, ਇਹ ਬੋਲਾਂਗੇ ਇਹਦੇ ਵਿੱਚ ਸਾਨੂੰ ਖੁਦ ਨਹੀਂ ਸਮਝ ਲੱਗਣ ਦੀ ਵੀ ਚੀਜ਼ ਇੱਦਾਂ ਦੀ ਆ। ਹੁਣ ਇਸ ਵੇਲੇ ਬੁੱਢੇ ਦਲ ਦੇ ਜਥੇਦਾਰ ਨੇ, ਇੱਕ ਤਾਂ ਬਾਬਾ ਬਲਵੀਰ ਸਿੰਘ, ਇੱਕ ਕਈ ਕਹਿੰਦੇ ਨੇ ਬਾਬਾ ਜੋਗਿੰਦਰ ਸਿੰਘ ਨੇ ਰਕਬੇ ਵਾਲੇ ਮਹਾਂਪੁਰਸ਼, ਇੱਕ ਕਹਿੰਦੇ ਨੇ ਬਾਬਾ ਮਾਨ ਸਿੰਘ ਨੇ ਮਹਾਂਪੁਰਸ਼, ਹੈ ਨਾ। ਇੱਦਾਂ ਮਤਲਬ ਤਿੰਨ ਚਾਰ ਨੇ ਅਲੱਗ ਅਲੱਗ ਹੋ ਗਏ ਨੇ, ਪਾੜ ਪੈ ਗਏ ਨੇ ਇਹਨਾਂ ਵਿੱਚ ਸਾਰਾ ਮਤਲਬ ਸ਼ਾਸਤ ਕਰਕੇ। ਕਿਉਂਕਿ ਜਿਹੜੇ ਬੁੱਢੇ ਦਲ ਦੀ ਜਗੀਰ ਬਹੁਤ ਜ਼ਿਆਦਾ ਆ, ਬਹੁਤ ਜ਼ਿਆਦਾ ਜ਼ਮੀਨ ਆ, ਬਹੁਤ ਵੱਡੀ ਜਗੀਰ ਹੈ। ਸਮਾਂ ਆਵੇਗਾ ਗੁਰੂ ਮਹਾਰਾਜ ਕੋਈ ਨਾ ਕੋਈ ਐਸੀ ਫੌਜ ਪ੍ਰਗਟ ਕਰਨਗੇ, ਫਿਰ ਏਕਤਾ ਆ ਜਾਏਗੀ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਮਹਾਂਪੁਰਸ਼ ਕੋਈ ਵੀ ਹੋਵੇ ਪਰ ਏਕਤਾ ਹੋਵੇ, ਹੈ ਨਾ। ਜੋ ਆਪਣਾ ਰਾਜ ਭਾ ਗਿਆ ਸਾਰੇ ਹੀ ਚਾਹੁੰਦੇ ਨੇ ਵੀ, ਹੈ ਨਾ, ਵੀ ਸ਼੍ਰੋਮਣੀ ਕਮੇਟੀ ਦੇ ਉੱਥੇ ਜਿੱਦਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਾ ਜੀ ਰਹੇ ਨੇ ਉਹ ਸਾਰੇ ਨਿਹੰਗ ਸਿੰਘ ਹੀ ਸੰਭਾਲਣ, ਕਿਉਂਕਿ ਉਹ ਸਾਰਾ ਕੁਝ ਹੀ ਅਲੱਗ ਆ, ਮਰਿਆਦਾ ਅਲੱਗ ਆ, ਹੈ ਨਾ। ਜਿੱਦਾਂ ਚੌਪਈ ਸਾਹਿਬ ਦਾ ਪਾਠ ਕੱਟ ਵੱਢ ਦਿੱਤਾ, ਆਮ ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਆ ਵੀ ਉਹ ਬਾਣੀ ਸੰਪੂਰਨ ਪੜ੍ਹਨ ਡੇਗੀ, ਅੱਧੀ ਪੜ੍ਹਨ ਡੇ, ਅੱਧੇ ਘੱਟੋ ਘੱਟ ਵੀ 100 ਤੋਂ 100% ਜਿਹੜੇ ਨਿਹੰਗਾ ਸਿੰਘਾਂ ਦੇ ਨਹੀਂ ਜਾਂਦੇ। ਉੱਦਾਂ ਦੇ ਵਿਚਾਰੇ ਵੀਰ ਉਹਨਾਂ ਨੂੰ ਵਿਚਾਰਾ ਰਹਿ ਰਸ ਨਹੀਂ ਪਤਾ ਪੂਰੀ ਕਿਹੜੀ ਆ, ਜੇ ਅੱਧੀ ਕਰਦੇ ਨੇ। ਇਹ ਸਭ ਕੁਝ ਮਤਲਬ ਕਿ ਬਾਣੀ ਨਾਲ ਵੀ ਖਿਲਵਾੜ ਕੀਤਾ ਗਿਆ ਆ ਵੀ ਘੱਟ ਵੱਧ ਕੇ ਸਿੱਖਾਂ ਵਿੱਚ ਇਹ ਪਹੁੰਚਾਈਆਂ ਗਈਆਂ। ਅਤੇ ਜਦੋਂ ਉਹਨਾਂ ਨੂੰ ਜਦੋਂ ਮਤਲਬ ਮੈਂ ਹੀ ਹਾਂ, ਮੈਂ ਆਪਣੇ ਪਰਿਵਾਰ 'ਚ ਕਿਸੇ ਨੂੰ ਦੱਸਾਂ ਤਾਂ ਉਹ ਬੜੇ ਹੈਰਾਨ ਹੋ ਜਾਂਦੇ, ਉਹ ਕਹਿੰਦੇ ਗੁਟਕੇ ਸਾਹਿਬ 'ਤੇ ਤਾਂ ਇੱਦਾਂ ਲਿਖਿਆ। ਉਹਨਾਂ ਨੇ ਮਤਲਬ ਇਹ ਨਾ ਜਿਹੜੇ ਖਾਲਸੇ ਮੰਥ ਨਾਲ ਛੇੜ ਕਰਨੀਆਂ ਕਈ ਬੜੇ ਚਿਰ ਤੋਂ ਕਰਦੇ ਨੇ, ਹਰ ਇੱਕ ਤਰ੍ਹਾਂ ਤੋਂ ਗੋਰੇ, ਇਹ ਸਭ ਕੁਝ ਗੋਰੇ ਕਰਦੇ ਰਹੇ ਨੇ, ਬਿਲਕੁਲ, ਹੈ ਨਾ। ਜਿੱਦਾਂ ਉਹਨਾਂ ਨੇ ਸਾਡੇ ਸਿਰਫ 100 ਸਾਖੀ ਬਚ ਗਈ, ਬਾਕੀ ਸਾਰੇ ਗ੍ਰੰਥ ਕਰ ਗਏ। ਅਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਅੜਨ ਵਾਲੇ ਆ ਉਹ ਸਿਰਫ ਨਿਹੰਗ ਸਿੰਘ ਹੀ ਨੇ,
ਦੂਜਿਆਂ ਨੂੰ ਹੀ ਸੰਭਾਲ ਲਾਂਗੇ। ਇੱਦਾਂ ਹੀ ਹੁਣ ਕਈਆਂ ਨੂੰ ਨਹੀਂ ਪਤਾ, ਅੰਗਰੇਜ਼ਾਂ ਨੂੰ ਸਭ ਤੋਂ ਪਹਿਲਾਂ ਭਜਾਇਆ ਸੀ ਕਿਸੇ ਮਤਲਬ ਭਗਤ ਭੁਗਤ ਸਿੰਘ ਹੋਣਾ ਨਹੀਂ ਭਜਾਇਆ, ਉਹ ਅਕਾਲੀ ਬਾਬਾ ਹਨੂੰਮਾਨ ਸਿੰਘ ਜੀ 96 ਕਰੋੜੀ। ਚੰਡੀਗੜ੍ਹ ਜੇ ਤੁਸੀਂ ਮੋਹਾਲੀ ਜਾਓਗੇ ਨਾ, ਉੱਥੇ ਬਾਬਾ ਜੀ ਦਾ ਹੈਗਾ ਆ ਅੰਗੀਠਾ ਗੁਰਦੁਆਰਾ, ਉਹਨਾਂ ਨੇ ਭਜਾਇਆ ਸੀ, ਇਹ ਕਈਆਂ ਨੂੰ ਨਹੀਂ ਪਤਾ। ਬਿਲਕੁਲ, ਮੈਂ ਇੱਕ ਪਿੱਛੇ ਵਾਲੀ ਗੱਲ ਤੋਂ ਇੱਕ ਇੰਸੀਡੈਂਟ ਰਿਲੇਟ ਕਰਾਂਗਾ। ਪਹਿਲਾਂ ਕਿੰਨੀ ਕਮਾਲ ਦੀ ਗੱਲ ਹੁੰਦੀ ਸੀਗੀ, ਅਕਾਲ ਤਖਤ ਦਾ ਜਥੇਦਾਰ ਅਗਰ ਸੱਦਾ ਦੇਵੇ, ਬੜੀ ਵੱਡੀ ਗੱਲ ਹੁੰਦੀ ਸੀ। ਅਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਕਮੀਜ਼ ਲਾ ਕੇ ਤਿਆਰ ਹੋ ਗਿਆ ਸੀਗਾ ਕਿ ਜੇ ਤੁਸੀਂ ਮੈਨੂੰ ਕੋੜੇ ਵੀ ਮਾਰਨਾ ਚਾਹੁੰਦੇ ਹੋ ਤਾਂ ਮੈਂ ਤਿਆਰ ਹਾਂ। ਇੱਕ ਰਾਜਾ, ਉਹਨੂੰ ਪਤਾ ਸੀਗਾ ਕਿ ਮੇਰੀ ਕਿੰਨੀ ਕਕਾਤ ਆ ਅਕਾਲ ਤਖਤ ਦੇ ਸਾਹਮਣੇ। ਹਾਂਜੀ, ਪਰ ਅੱਜ ਚੀਜ਼ਾਂ ਇੰਨੀਆਂ ਹੇਰ ਫੇਰ ਹੋ ਗਈਆਂ ਕਿ ਅਕਾਲ ਤਖਤ ਦੇ ਜਥੇਦਾਰ ਲਈ ਉਹ ਰਿਸਪੈਕਟ ਨਹੀਂ ਰਹੀ, ਆਮ ਸਿੱਖਾਂ ਦੇ ਵਿੱਚ ਵੀ ਨਹੀਂ ਰਹੀ, ਕਿਉਂਕਿ ਕੁਛ ਕਾਰੇ ਇੱਦਾਂ ਦੇ ਹੋ ਗਏ ਨੇ ਜਾਂ ਕੁਛ ਵਰਤਾਰੇ ਵੀ ਇੱਦਾਂ ਦੇ ਰਹੇ ਨੇ ਉਹਨਾਂ ਦੇ। ਸੋ ਇਹ ਬੜਾ ਫਰਕ ਪੈ ਗਿਆ। ਦੇਖੋ, ਇੱਕ ਸਿੱਖਾਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਇਹ ਨਾ ਦੇਖੋ ਵੀ ਅਕਾਲ ਤਖਤ ਸਾਹਿਬ 'ਤੇ ਬੰਦਾ ਕੌਣ ਆ, ਬੰਦੇ ਨੂੰ 2 ਮਿੰਟ ਸਾਈਡ 'ਤੇ ਰੱਖ ਦਿਉ, ਅਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ 'ਤੇ ਰੱਖੋ ਨਾ। ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਜਿਆ ਹੈ, ਅਸੀਂ ਉਹਦੀ ਮਤਲਬ ਕਿ ਜਿਹੜੀ ਇੱਕ ਵਡਿਆਈ ਆ, ਜੋ ਇੱਕ ਸਾਡੇ ਅੰਦਰ ਉਹਦੀ ਭਾਵਨਾ ਹੋਣੀ ਚਾਹੀਦੀ, ਸ਼ਰਧਾ, ਉਹ ਨਹੀਂ ਹਿੱਲਣੀ ਚਾਹੀਦੀ। ਬੰਦਾ ਜੋ ਮਰਜ਼ੀ ਗਏ, ਬੰਦਾ ਤਾਂ ਜਦੋਂ ਥੱਲੇ ਆਉਂਦਾ ਉਹ ਨਾਲ ਗੱਲ ਕਰ ਲਓ, ਪਰ ਜੇ ਅਸੀਂ ਉੱਥੇ ਜਾ ਕੇ ਕਿਸੇ ਨਾਲ ਲੜਾਂਗੇ, ਭਿੜਾਂਗੇ, ਮਾੜਾ ਕਰਾਂਗੇ, ਉਹ ਜਿਹੜਾ ਸਾਡੇ ਸਿੱਖਾਂ ਦਾ ਗਲਤ ਜਾਂਦਾ ਵੀ ਸਾਨੂੰ ਅੱਜ ਅਸੀਂ ਆਪਣੇ ਜਿੱਥੋਂ ਇੱਕ ਆਵਾਜ਼ ਆਵੇ ਅਤੇ ਮਹਾਰਾਜਾ ਰਣਜੀਤ ਸਿੰਘ ਜਿਹਨੇ ਰਾਜ ਕੀਤਾ ਉਹ ਝੁੱਕ ਜਾਂਦਾ ਸੀ ਅਤੇ ਆਮ ਸਿੱਖ ਅੱਜ ਆਹ ਕੰਮ ਕਰ ਰਹੇ ਨੇ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਬਿਲਕੁਲ, ਜਿਹੜਾ ਇੱਕ ਮਰਿਆਦਾ ਹੈ ਨਾ ਉਹ ਬਹਾਲ ਹੋਣੀ ਚਾਹੀਦੀ, ਸਤਿਕਾਰ ਇੱਕ ਉੱਦਾਂ ਹੀ ਰਹਿਣਾ ਚਾਹੀਦਾ, ਇਨਸਾਨ ਨੂੰ ਤਾਂ ਜਦੋਂ ਮਰਜ਼ੀ ਬੋਲ ਸਕਦੇ। ਬਿਲਕੁਲ, ਹੈ ਨਾ। ਸੋ ਪਰ ਬੜਾ ਫਰਕ ਪੈ ਗਿਆ। ਸ਼ਾਇਦ ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਤੁਸੀਂ ਜਿਹੜੀ ਮਰਿਆਦਾ ਦੀ ਗੱਲ ਕੀਤੀ ਨਾ ਕਿ ਲੀਡਰਸ਼ਿਪ ਨੂੰ ਅਸਾਈਡ ਰੱਖ ਦਿਉ। ਹਾਂਜੀ, ਪਰ ਜਿਹੜੀ ਗੁਰੂ ਮਹਾਰਾਜ ਨੇ ਜਿਹੜੀ ਮਰਿਆਦਾ ਚਲਾਈ ਹੈ, ਬਿਲਕੁਲ ਬਹੁਤ ਸੋਲਿਡ ਆਨਸਰ ਹੈ ਤੁਹਾਡਾ। ਹਾਂਜੀ, ਉੱਤੇ ਪੱਕੇ ਰਹਿਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਸੋ ਹੁਣ ਤੁਹਾਨੂੰ ਕੀ ਲੱਗਦਾ ਜਿਹੜਾ ਅੱਗੇ ਜਾ ਕੇ ਅਕਾਲ ਤਖਤ ਜਾਂ SGPC ਦਾ ਜਿਹੜਾ ਰੋਲ ਰਿਹਾ ਆ, ਸੋ ਕੁਛ ਚੰਗੀਆਂ ਚੀਜ਼ਾਂ ਵੀ ਕਰ ਰਹੇ ਨੇ, ਪਰ ਕੁਛ ਨਾ ਕੁਛ ਸੁਣਨ ਨੂੰ ਹਰ ਵਾਰ ਆ ਜਾਂਦਾ ਹੈ ਕਿ ਉਹਨਾਂ ਨੇ ਦਿੱਲੀ ਨਾਲ ਲਿਆਰੀ ਹੈ ਜਾਂ ਫਿਰ ਕੁਛ ਹੋਰ ਆ, ਜਾਂ ਫਿਰ ਉਹ ਜਿਹੜੇ ਕੰਮ ਉਹ ਹੋਰ ਵਧੀਆ ਕਰ ਸਕਦੇ ਨੇ ਆਪਣੇ ਸਿੱਖਾਂ ਲਈ। ਹੁਣ ਕਿੰਨੇ ਗਰੀਬ ਸਿੱਖ ਘਰ ਦੇ ਬੱਚੇ ਨੇ ਜਿਹੜੇ ਪੜ੍ਹ ਲਿਖ ਕੇ ਬਹੁਤ ਵਧੀਆ ਅਫਸਰ ਬਣ ਸਕਦੇ, ਹੋਰ ਚੀਜ਼ਾਂ ਵੀ ਕਰ ਸਕਦੇ ਨੇ। ਇੱਦਾਂ ਦੇ ਉਪਰਾਲੇ ਨਹੀਂ ਹੋ ਰਹੇ ਆਪਣੇ SGPC ਵੱਲੋਂ ਜਾਂ ਦਰਬਾਰ ਸਾਹਿਬ ਦੀ ਕਮੇਟੀਆਂ ਵੱਲੋਂ। ਹਾਂਜੀ, ਜਾਂ ਫਿਰ ਹੋ ਰਹੇ ਨੇ, ਜਾਂ ਫਿਰ ਨਜ਼ਰ 'ਚ ਨਹੀਂ ਆ ਰਹੇ, ਜਾਂ ਫਿਰ ਕਦੀ ਉਹਦਾ ਜ਼ਿਕਰ ਨਹੀਂ ਹੋਇਆ। ਤੁਹਾਨੂੰ ਕੀ ਲੱਗਦਾ ਬੜਾ ਜ਼ਰੂਰੀ ਹੈ ਕਿ ਅਸੀਂ ਜੇ ਅਸੀਂ ਵੀ ਸਾਨੂੰ ਮੌਕਾ ਮਿਲਿਆ ਬਾਹਰ ਆਉਣ ਦਾ ਜਾਂ ਪੰਜਾਬ 'ਚ ਕੁਛ ਚੀਜ਼ਾਂ ਕਰਨ ਦਾ, ਮੇਰੇ ਹਿਸਾਬ ਨਾਲ ਜੇ ਅਸੀਂ ਆਪਣੇ ਦੂਜੇ ਪਰਿਵਾਰਾਂ ਨੂੰ ਨਾਲ ਉੱਤੇ ਨਹੀਂ ਲੈ ਕੇ ਆਵਾਂਗੇ, ਅਸੀਂ ਕਮਜ਼ੋਰ ਹੀ ਰਵਾਂਗੇ ਫਿਰ। ਹਾਂਜੀ, ਦੇਖੋ ਇੱਦਾਂ ਜਿਹੜੇ ਲੋਕ ਤਾਂ ਇਹ ਕਹਿੰਦੇ ਨੇ ਵੀ ਸਾਡੇ ਦਿੱਲੀ ਨਾਲ ਪ੍ਰੇਮ ਆ, ਕਿਉਂ ਨਾ ਹੋਵੇ, ਜੇ ਦਿੱਲੀ ਨਾਲ ਪ੍ਰੇਮ ਨਾ ਹੁੰਦਾ ਤਾਂ ਸਭ ਤੋਂ ਛੋਟੀ ਉਮਰ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦਾ ਦੁੱਖ ਨਾ ਦੂਰ ਕਰਦੇ, ਗੁਰੂ ਤੇਗ ਬਹਾਦਰ ਮਹਾਰਾਜ ਨੇ ਉੱਥੇ ਜਾ ਕੇ ਸੀਸ ਦਿੱਤਾ। ਸੋਚ ਇੱਦਾਂ ਦੀ ਬਣ ਗਈ ਆ ਵੀ ਉਹ ਕਹਿੰਦੇ ਵੀ ਦਿੱਲੀ ਉਲਟ ਨਹੀਂ ਗੀ, ਦਿੱਲੀ ਦੇ ਇੱਕ ਸ਼ਹਿਰ ਆ, ਦਿੱਲੀ ਵਿੱਚ ਸਾਡੇ ਗੁਰਸਥਾਨ, ਉਹ ਫਿਰ ਕਿੱਧਰ ਜਾਣਗੇ, ਅਸੀਂ ਉੱਥੇ ਮੱਥੇ ਕਿੱਦਾਂ ਟੇਕਾਂਗੇ, ਰਕਾਬਗੰਜ, ਸੀਸਗੰਜ, ਬੰਗਲਾ ਸਾਹਿਬ, ਬਾਲਾ ਪ੍ਰੀਤਮ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਯਾਦ ਕਿੱਦਾਂ ਕਰਾਂਗੇ, ਉਹਨਾਂ ਦੇ ਦਰਸ਼ਨ ਕਿੱਦਾਂ ਹੋਣਗੇ। ਗੱਲ ਫਿਰ ਉਹ ਮੋੜ ਘੋੜ ਕੇ ਆ ਜਾਂਦੀ ਆ ਵੀ ਪੋਲੀਟਿਕਸ ਆ ਨਾ, ਬੰਦੇ ਦੇ ਜਿਹੜੇ ਬੰਦਾ ਕਦੀ ਗਲਤ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਨੇ ਬੰਦਾ ਬਣਾਇਆ। ਜੇ ਬੰਦਾ ਗਲਤ ਆ, ਆਪਾਂ ਕਹੀਏ ਵੀ ਇਹ ਬੰਦਾ ਹੀ ਗਲਤ ਆ, ਇਹਦਾ ਮਤਲਬ ਵੀ ਪਰਮਾਤਮਾ ਬੰਦਾ ਗਲਤ ਬਣਾਉਣ ਲੱਗ ਪਿਆ। ਫਿਰ ਜਿਹੜੇ ਦੇ ਕਰਮ ਨੇ ਨਾ, ਜਿਹੜੇ ਉਹਨੇ ਕਮਾਏ ਨੇ, ਉਹ ਉਹਦੇ ਕੋਲ ਸਭ ਕੁਝ ਕਰਾ ਰਹੇ ਨੇ, ਪੁੱਠਾ ਸਿੱਧਾ ਕੰਮ ਜੋ ਉਹਨੇ ਕਮਾਈ ਕੀਤੀ ਆ। ਚੰਗੀ ਕਮਾਈ ਕਰੇਗੇ ਤਾਂ ਆਪਾਂ ਕਹਾਂਗੇ ਚੰਗਾ ਬੰਦਾ ਆ, ਮਾੜਾ ਕਹਾਂਗੇ ਤਾਂ ਆਪਾਂ ਕਹਿੰਦੇ ਬੰਦਾ ਮਾੜਾ, ਨਹੀਂ ਇੱਦਾਂ ਨਹੀਂ ਹੁੰਦਾ। ਦੂਜੀ ਗੱਲ ਦੇਖੋ, ਧਰਮ ਹੈਗਾ ਨਾ, ਜੇ SGPC ਇੱਕ ਧਰਮ ਦੇ ਵਿੱਚ ਕੰਮ ਕਰ ਰਹੀ ਹੈ ਤਾਂ ਉਹਨਾਂ ਦਾ ਪਹਿਲਾ ਧਰਮ ਆ ਵੀ ਜਿਹੜੇ ਵੀ, ਮੈਂ ਤਾਂ ਜੋ ਸੋਚਦਾ ਵੀ ਜਿੰਨੇ ਵੀ ਪਿੰਡ ਨੇ ਪੰਜਾਬ ਵਿੱਚ, ਕੁਝ ਕਰਨ ਦੀ ਲੋੜ ਨਹੀਂ, ਉਹਦੇ ਵਿੱਚ ਕਿਸੇ ਇੱਕ ਵਧੀਆ ਕੀਰਤਨ ਰੱਖੋ, ਉਹਨਾਂ ਨੂੰ ਵਧੀਆ ਮਾਇਆ ਦਿਉ, ਉਹਨੂੰ ਕਹੋ ਵੀ ਜਿੰਨੇ ਵੀ ਆਪ ਜੀ ਕੋ ਆਉਂਦੇ ਨੇ ਪਿੰਡ ਦੇ, ਉਹਨਾਂ ਨੂੰ ਵਿਦਿਆਰਥੀ ਬਣਾਓ, ਕੀਰਤਨ ਸਿਖਾਓ, 2 ਸਿੰਘ ਕਥਾ ਵਾਲੇ ਰੱਖ ਲੈਣ, ਇੱਕ ਸਵੇਰੇ ਕਥਾ ਕਰੇ, ਇੱਕ ਸ਼ਾਮ ਨੂੰ ਕਰੇ, ਪਹਿਲਾਂ ਤਾਂ ਇਤਿਹਾਸ ਦੀ ਕਥਾ ਕਰਨ ਸਾਰੀ, ਸਪੀਕਰ ਲੱਗਾ ਹੋਵੇ, ਜਦੋਂ ਇਤਿਹਾਸ ਦੀ ਕਥਾ ਸੁਣੋਗੇ ਨਾ, ਜਿਹੜੀ ਯੂਥ ਆ ਜਾਂ ਬਜ਼ੁਰਗ ਆ, ਕੋਈ ਨਾ ਕੋਈ ਤਾਂ ਸੁਣੂਗਾ, 100 ਚੋਂ ਇੱਕ ਵੀ ਮੰਨ ਲਓ ਸੁਣੂਗਾ, ਉਹ ਮੋੜ ਆਊਗਾ, ਉਹਨੂੰ ਜਦੋਂ ਉਹਦੇ ਕੰਨ ਵਿੱਚ ਜਾਊਗੀ ਆਵਾਜ਼, ਉਹ ਜੁੜੂਗਾ, ਉਹ ਕਹੂਗਾ ਵੀ ਕੱਲ੍ਹ ਕੀ ਹੋਊਗਾ, ਮੈਂ ਸੁਣਾ,
ਅੱਗੇ ਜਾ ਕੇ ਵੀ ਹੁਣ ਸਾਡੇ ਸ਼ਹੀਦਾਂ ਸਿੰਘਾਂ ਨੇ ਕੀ ਕੀਤਾ ਸੀ। ਇੱਕ ਵਾਰੀ ਪੰਥ ਪ੍ਰਕਾਸ਼ ਦੀ ਕਥਾ ਜਿਹੜਾ ਬੰਦਾ ਸੁਣ ਲਏ ਨਾ, ਦਾਵਾ ਵੀ ਵਾਲ ਨਹੀਂ ਕਟਾ ਸਕਦਾ, ਇਹ ਦਾਵਾ ਇਸ ਚੀਜ਼ ਦਾ, ਠੀਕ ਹੈ ਜੀ। ਅਤੇ ਮਾਰ ਇੱਥੋਂ ਕਰ, ਇਹ ਇੱਦਾਂ ਦੇ ਉਪਰਾਲੇ ਕਰਨ, ਜ਼ਿਆਦਾ ਕੁਝ ਨਹੀਂ ਕਰ ਸਕਦੇ। ਇਹ ਛੋਟਾ ਉਪਰਾਲਾ ਬਹੁਤ ਵੱਡਾ ਉਪਰਾਲਾ ਵੀਰ ਜੀ, ਪੰਜਾਬ ਵਿੱਚ ਜਦੋਂ ਹਰ ਕਿਤੇ ਕਥਾ ਚੱਲੂਗੀ, ਉਹ ਕਥਾ ਸੁਣਨਗੇ, ਜਿਹੜਾ ਬੰਦਾ ਕਥਾ ਸੁਣੂਗਾ ਉਹਨੂੰ ਫਿਰ ਹੀ ਗਿਆਨ ਹੋਊਗਾ ਵੀ ਸਾਡਾ ਇਤਿਹਾਸ ਕੀ ਆ। ਕਈਆਂ ਨੂੰ ਇਤਿਹਾਸ ਹੀ ਨਹੀਂ ਪਤਾ ਕੀ ਹੈ। ਬਿਲਕੁਲ, ਅਸੀਂ ਇੱਥੋਂ ਬਹੁਤ ਜ਼ਿਆਦਾ ਮਾਰ ਖਾ ਰਹੇ ਹਾਂ। ਹਾਂਜੀ, ਬਹੁਤਾ ਕੁਝ ਕਰਨ ਦੀ ਲੋੜ ਨਹੀਂ, ਇਹੋ ਕੰਮ ਕਰ ਦੇਣ, ਜਦੋਂ ਉਹ ਵੀ ਕੀਰਤਨੀਆਂ ਨੂੰ ਵਧੀਆ ਮਾਇਆ ਮਿਲੂਗੀ, ਉਹ ਵੀ ਆਪਣਾ ਹੋਰ ਵਧੀਆ ਕਰਨਗੇ ਨਾ, ਉਹਨਾਂ ਦਾ ਪਰਿਵਾਰ ਚੱਲੇਗਾ। ਜਿਹੜੇ ਕਥਾਵਾਚਕ ਨੇ ਤਾਂ ਉਹ ਵੀ ਸ਼ਰਧਾ ਨਾਲ ਕਥਾ ਕਰਨਗੇ, ਉਹ ਫਿਰ ਰਸ ਹੀ ਅਲੱਗ ਹੋ ਜਾਂਦਾ। ਇਹ ਕੰਮ ਜੇ SGPC ਕਰ ਲਏ ਤਾਂ ਮੈਂ ਇਹਨਾਂ ਵੀ ਧੰਨਵਾਦ ਹੀ ਆ ਉਹਨਾਂ ਦਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਗੁਰਦੁਆਰੇ ਦੀ ਕਮੇਟੀਆਂ ਜਿਹੜੇ ਕੀਰਤਨੀਆਂ ਨੂੰ ਭੇਟਾ ਵੀ ਮਿਲਦੀ ਹੈ ਉਹ ਵੀ ਲੈ ਜਾਂਦੀਆਂ ਨੇ। ਇੱਦਾਂ ਹੀ ਨਹੀਂ ਚਾਹੀਦਾ। ਬਿਲਕੁਲ, ਉਹ ਵਿਚਾਰੇ ਆਪਣਾ ਫਿਰ ਕਿੱਥੋਂ ਚਲਾਉਣਗੇ ਘਰ ਬਾਰ। ਬਿਲਕੁਲ, ਕੋਈ ਸਰਕਾਰੀ ਪੈਸਾ ਥੋੜ੍ਹਾ ਆਉਣ ਡਿਆ, ਕਿਉਂਕਿ ਦੇਖੋ ਬਹੁਤੇ ਜਿਹੜਾ ਬੰਦਾ ਗਰੀਬ ਹੁੰਦਾ ਨਾ, ਉਹ ਜਿੱਦਾਂ ਕਿ ਉਹ ਹੀ ਕੀਰਤਨ ਕਰਦਾ, ਉਹ ਹੀ ਕੋਈ ਵੱਡੇ ਕੰਮ ਕਰਦਾ, ਉਹ ਹੀ ਕੋਈ ਐਸਾ ਕੰਮ ਕਰਦਾ। ਵੱਡਾ ਬੰਦਾ ਉਹ ਕਰਦਾ ਹੀ ਕੱਖ ਨਹੀਂ ਗਾ, ਕਦੀ ਵੀ ਵੇਖੋ ਹੈ ਨਾ। ਹੁਣ ਪਤਾ ਹੀ ਆ ਵੀ ਇਹ ਬੰਦਾ ਜੇ ਮੰਨ ਲਓ SGPC ਕੋਈ ਆਇਆ, ਪਤਾ ਵੀ ਇਹ ਬੰਦਾ ਮਾਤੜ ਆ, ਅਤੇ ਇਹ ਵਧੀਆ ਮਤਲਬ ਕਿ ਇਹਦੇ ਵਿੱਚ ਕਲਾ ਹੈਗੀ, ਗੁਰੂ ਮਹਾਰਾਜ ਦੀ ਕਿਰਪਾ ਹੈ, ਤਾਂ ਉਹੀ ਸਪੋਰਟ ਕਰਨੀ ਚਾਹੀਦੀ ਆ। ਇਹ ਥੋੜ੍ਹਾ ਉਹਨੂੰ ਦੱਬ ਹੀ ਦੇਣਾ ਵੀ ਉਹ ਮਾਤੜ ਹੈ, ਉਹਨੂੰ ਕਹਿਣ ਵੀ ਵੀਰ ਜੀ ਤਾਂ ਹੋਰ ਪੈਸੇ ਦਿੰਦੇ ਆ ਅਤੇ ਆਪਣਾ ਗੁਜ਼ਰ ਵਧੀਆ ਕਰੋ, ਹੋਰ ਸਮਾਂ ਲਾਓ, ਦੂਜਿਆਂ ਨੂੰ ਵੀ ਸਿਖਾਓ। ਮੇਰੇ ਹਿਸਾਬ ਨਾਲ ਸ਼ਾਇਦ ਇਹ ਵੀ ਇੱਕ ਹੱਲ ਹੋ ਸਕਦਾ ਕਿ ਇੱਕ ਮਿਨੀਮਮ ਸੈਲਰੀ ਵੀ ਸੈੱਟ ਕੀਤੀ ਜਾਵੇ ਗ੍ਰੰਥੀ ਸਿੰਘਾਂ ਦੀ, ਕਥਾਵਾਚਕਾਂ ਦੀ, ਕੀਰਤਨੀਆਂ ਦੀ, ਉਹਨਾਂ ਦੀ ਜ਼ਿਆਦਾ ਚਾਹੀਦੀ ਹੈ। ਬਿਲਕੁਲ, ਕਿਉਂਕਿ ਹਰ ਕੋਈ ਆਪਣੇ ਢਿੱਡ ਲਈ ਕਰਨ ਡਿਆ, ਉਹ ਵੀ ਆਪਣੇ ਢਿੱਡ ਲਈ ਕਰਨ ਡੇ ਨੇ, ਪਰ ਉਹ ਗੁਰੂ ਮਹਾਰਾਜ ਦੀ ਗੱਲ 'ਤੇ ਦੱਸਣ ਡੇ ਨੇ ਨਾ, ਅਤੇ ਧੰਨਵਾਦ ਆ ਜੇ ਕੋਈ ਮਹਾਰਾਜ ਦੀ ਵਡਿਆਈ ਸੁਣਾਵੇ ਇਹਦੇ। ਬਿਲਕੁਲ, ਹੈ ਨਾ, ਕਿੰਨੇ ਕੁ ਲੋਕ ਕੀਰਤਨ ਕਰਨ ਡੇ ਨੇ ਪੰਜਾਬ 'ਚ, ਕੋਈ ਵੀ ਨਹੀਂ। ਜਿਹੜੇ ਕਰ ਰਹੇ ਨੇ ਉਹਨਾਂ ਦੇ ਉਹਦਾ ਸਤਿਕਾਰ ਹੋਣਾ ਚਾਹੀਦਾ ਵੀ ਧੰਨ ਭਾਗ ਆਪ ਜੀ ਗੁਰੂ ਮਹਾਰਾਜ ਦਾ ਕੀਰਤਨ ਸੁਣਾ ਰਹੇ, ਤੁਸੀਂ ਗੁਰੂ ਮਹਾਰਾਜ ਦੀ ਕਥਾ ਸੁਣਾ ਰਹੇ। ਬਿਲਕੁਲ, ਹੋਪਫੁਲੀ ਇਹ ਚੇਂਜ ਹੋਵੇ, ਕਿਉਂਕਿ ਮੈਂ ਥੋੜ੍ਹੇ ਦਿਨ ਪਹਿਲਾਂ ਸ਼ਾਇਦ ਭਾਈ ਅਨੰਤਵੀਰ ਸਿੰਘ ਉਹਨਾਂ ਦੀ ਵੀ ਵੀਡੀਓ ਇੱਕ ਦੇਖ ਰਿਹਾ ਸੀਗਾ, ਅਤੇ ਉਹਨਾਂ ਨੇ ਵੀ ਇਹੀ ਜ਼ਿਕਰ ਕੀਤਾ ਕਿ ਜਿਹੜੀ ਭੇਟਾ ਆ ਕੀਰਤਨੀਆਂ ਦੀ ਬਾਹਰਲੇ ਗੁਰੂ ਘਰਾਂ 'ਚ ਵੀ ਉਹ ਕਮੇਟੀਆਂ ਹੀ ਲੈ ਜਾਂਦੀਆਂ ਨੇ। ਸਗੋਂ ਥੋੜ੍ਹੇ ਦਿਨ ਪਹਿਲਾਂ ਮੇਰੇ ਸਾਂਡੂ ਸਾਹਿਬ ਨੇ ਉਹਨਾਂ ਦੇ ਘਰ ਕੀਰਤਨ ਹੋਇਆ, ਸੁਖਮਨੀ ਸਾਹਿਬ ਦਾ ਪਾਠ ਹੋਇਆ, ਉਹਨਾਂ ਨੇ ਆਪਣਾ ਨਵਾਂ ਗ੍ਰਹਿ ਪ੍ਰਵੇਸ਼ ਕੀਤਾ, ਅਤੇ ਜਦੋਂ ਮੈਂ ਵੀ ਦੇਖਿਆ, ਜਦੋਂ ਮੈਂ ਨਾਲ ਕੀਰਤਨੀ ਸਿੰਘਾਂ ਦੇ ਨਾਲ ਗੁਰੂ ਘਰ ਵਾਪਸ ਗਿਆ, ਅਤੇ ਜਿਹੜੀ ਉਹ ਭੇਟਾ ਸੀ ਉਹ ਜਿਹੜੀ ਲਿਫਾਫੇ 'ਚ ਉਹਨਾਂ ਨੇ ਪਾਈ ਜਾ ਕੇ ਮੈਨੇਜਮੈਂਟ ਨੂੰ ਫੜਾਈ ਸੀਗੀ। ਵਾਹਿਗੁਰੂ। ਸੋ ਇਹ ਤਾਂ ਮੈਂ ਅੱਖੀ ਵੀ ਦੇਖੀ ਹੈ। ਸੋ ਇਸ ਹਿਸਾਬ ਨਾਲ ਦੇਖਿਆ ਜਾਂਦਾ ਹੈ ਕਿ ਜੇ ਉਹ ਵੈੱਲ ਆਫ ਨਹੀਂ ਨੇ ਨਾ ਆਪਣੀ ਸੈਲਰੀ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ, ਉਹ ਫੋਕਸ ਕਦੇ ਵੀ ਨਹੀਂ ਹੋਊਗਾ, ਉਹ ਪੈਸ਼ਨ ਮਾਈਂਡਸੈਟ, ਉਹ ਪੈਸ਼ਨ ਜ਼ਰੂਰ ਮਰ ਜਾਏਗਾ, ਮਰ ਜਾਏਗਾ, ਉਹ ਬੜਾ ਫਰਕ ਪੈ ਜਾਂਦਾ। ਜਿਹੜੇ ਇੱਥੇ ਦੇ ਗੁਰੂ ਘਰ ਨੇ ਨਾ, ਮੇਨ ਗੱਲ ਜਿਹੜੀ ਹੁੰਦੀ ਹੈ ਸੰਗਤ ਦੀ, ਇੱਕ ਬੰਦਾ ਉੱਤੇ ਬਹਿ ਕੇ ਜੇ ਕੁਝ ਕਰ ਰਿਹਾ ਗਲਤੀ, ਜਿਹੜੇ ਥੱਲੇ ਲੱਖਾਂ ਬੈਠੇ ਨੇ ਉਹ ਮੂਰਖ ਥੋੜ੍ਹਾ ਵੀ ਇੱਕ ਦੀ ਸੁਣੀ ਜਾਣ, ਕੋਈ ਕਾਰਵਾਈ ਕਰਨ। ਇੱਥੇ ਦੇ ਗੁਰਦੁਆਰੇ ਨੇ ਸਭ ਤੋਂ ਵੱਡੀ ਗਲਤੀ ਇਹ ਵੀ ਲੰਗਰ ਹਾਲ ਵਿੱਚ ਚੱਪਲਾਂ ਖੜਦੇ ਨੇ, ਲੰਗਰ ਹਾਲ ਦੇ ਲੰਗਰ ਹਾਲ ਦੀ ਮਰਿਆਦਾ ਹੀ ਨਹੀਂ ਪਤਾ ਇਹਨਾਂ ਨੂੰ ਕੀ ਆ, ਐਡੀ ਪਵਿੱਤਰ ਜਗ੍ਹਾ ਉਹਦੇ ਚੱਪਲ ਜਾਣ ਦਾ ਸਵਾਲ ਪੈਦਾ ਨਹੀਂ ਹੁੰਦਾ। ਅਤੇ ਉੱਥੇ ਫਿਰ ਉਹ ਪਤਾ ਕੀ ਕਹਿੰਦੇ ਨੇ, ਆਉਂਦੇ ਵੀ ਇੱਥੇ ਇੱਥੇ ਇਹ ਚੱਪਲਾਂ ਇੱਥੇ ਲਈ ਆ ਲੰਗਰ ਹਾਲ ਲਈ, ਕੱਲ੍ਹ ਨੂੰ ਤੁਸੀਂ ਇਹ ਕਹੋਗੇ ਵੀ ਦਰਬਾਰ ਦੇ ਵਿੱਚ ਜਾਣ ਲਈ ਚੱਪਲਾਂ ਹੋਰ ਰੱਖੇ, ਬਾਹਰ ਨਹੀਂ ਖੜਦੇ, ਦਰਬਾਰ 'ਚ ਹੀ ਖੜਦੇ, ਇਹ ਵੀ ਸਮਾਂ ਲੈ ਆਉਣਾ ਇਹਨਾਂ ਨੇ, ਐਡੇ ਮੂਰਖ ਹੋ ਗਏ ਨੇ। ਤੁਹਾਨੂੰ ਬਹੁਤੀ ਠੰਡ ਲੱਗਦੀ, ਤੁਸੀਂ ਆਪਣੇ ਘਰ ਰਹੋ ਨਾ, ਉਹਦੀ ਸੇਵਾ ਕਰਨ, ਹੈ ਨਾ। ਹੇਮਕੁੰਡ ਸਾਹਿਬ ਵੀ ਹੈਗਾ, ਕਿੰਨੀ ਬਰਫ਼ ਪੈਂਦੀ, ਉਹਦੇ ਚੱਪਲਾਂ 'ਚ ਜਾਂਦੇ ਅੰਦਰ ਲੈ ਕੇ, ਇਹ ਮਰਿਆਦਾ, ਇਹ ਖਾਲਸੇ ਦੀ ਮਰਿਆਦਾ ਨਹੀਂ ਗੀ, ਸੇਵਾ ਕਰਨੀ ਆ, ਅਤੇ ਜੇ ਨੰਗੇ ਪੈਰ ਤਾਂ ਨੰਗੇ ਪੈਰ ਹੀ, ਦਰਬਾਰ ਸਾਹਿਬ ਦੇ ਲੰਗਰ ਲੈ ਕੇ ਜਾਓ ਚੱਪਲਾਂ, ਤਾਂ ਤੁਹਾਨੂੰ ਲੱਤਾਂ ਛਿੱਲਣਗੇ। ਇੱਥੇ ਆ ਕੇ ਲੋਕ ਕਰਦੇ ਨੇ ਪਖੰਡ, ਅਸੀਂ ਬੜੀ ਸੇਵਾ ਕਰਦੇ ਹਾਂ, ਗੁਰੂ ਮਹਾਰਾਜ ਨਹੀਂ ਪ੍ਰਵਾਨਗੀ ਇਸ ਚੀਜ਼ਾਂ ਨੂੰ ਦਿੰਦੇ। ਜੇ ਮਹਾਰਾਜ ਨੂੰ ਸਿੱਖ ਨਹੀਂ ਪਿਆਰਾ, ਰਹਿਤ ਮਰਿਆਦਾ ਪਿਆਰੀ ਆ, ਤੁਹਾਡੀ ਕੋਈ ਰਹਿਤ ਨਹੀਂ, ਕੋਈ ਪ੍ਰੇਮ ਨਹੀਂ, ਜਿੰਨਾ ਮਰਜ਼ੀ ਉੱਥੇ ਆਲੂ ਛਿੱਲੀ ਜਾਓ, ਕੋਈ ਫਾਇਦਾ ਨਹੀਂ ਹੈਗਾ। ਬਿਲਕੁਲ, ਫਿਰ ਗੁਰੂ ਮਹਾਰਾਜ ਨੇ ਪੰਗਤ ਦਿੱਤੀ ਨੇ, ਪੰਗਤ ਦੇ ਵਿੱਚ ਬਹਿ ਕੇ ਹੀ ਛਕਣਾ, ਇਹ ਥੋੜ੍ਹਾ ਵੀ ਤੁਸੀਂ ਪਰਦਾ ਕਰਕੇ ਦੂਜੇ ਅੰਦਰ ਖਾ ਰਹੇ ਨੇ ਆਪਣੇ ਘਿਓ ਵਾਂਗੂ ਆਉਣਾ, ਅਤੇ ਜਿਹੜੇ ਉਹਨਾਂ ਦੇ ਆਪਣੇ ਨੇ ਅਤੇ ਆਮ ਸੰਗਤ ਨਹੀਂ, ਸਾਰੇ ਆਮ ਨੇ ਗੁਰੂ ਲਈ। ਗੁਰੂ ਮਹਾਰਾਜ ਜੀ ਕੱਤਾ ਦਰਤਾ ਜਿਹੜਾ ਲੀਡਰ ਆ, ਜਿਹੜਾ ਪ੍ਰਿੰਸੀਪਲ ਸਕੂਲ ਦਾ ਇੱਕ ਹੀ ਆ, ਉਹ ਮਹਾਰਾਜ ਨੇ, ਅਸੀਂ ਸਾਰੇ ਵਿਦਿਆਰਥੀ ਹਾਂ, ਸਾਡਾ ਫਰਜ਼ ਵਿਦਿਆਰਥੀ ਵਾਂਗੂ ਹੀ ਰਹਿਣਾ, ਇਹ ਨਹੀਂ ਵੀ ਅਸੀਂ ਲੀਡਰ ਬਣ ਜਾਣਾ,
है ना। सब तो माड़ी गल जी इतने लोग करते हैं वो ये करते हैं हाजरा हजूर सतगुरु विराजमान ने गुरु ग्रंथ साहब महाराज महाराज की ताब्या कीर्तन सिंह कर जदों मतलब कि कीर्तन शुरू होने लगता हूँ एक तो सारे ही उठ के चल जाते हैं बहुत माड़ी गल है। सब तो माड़ी गल ये फिर तुम सारे ही चले जी एक एक करके चलो तुम जे कीर्तन करना उन्हें कि करना आने लगे ने हाडे लिए करना ना उन्होंने उन्होंने तुम मन ठेस पहुँचाते तुम उठ के चल गए है ना कीर्तन सुनो तुम दो दो मिनट तीन तीन मिनट रोक के जाई जाओ सारे चल जाते हैं फिर महाराज की ताब्या हेठी एक दूजे गले मिलन लग पे ये कोई मिलनी वाला घर थोड़ा है बिल्कुल है ना तुम इन्ना पता होना चाहिए भी सामने महाराज बैठे ने तो दरबार की की मर्यादा है फिर ये लोगों लड़ते हैं वह माड़ा कहें चंगा कहें वह धर्म का इदा तुम लोगों की लड़ते जे तुम आपने मूँह के चपेड़ा मारो तुम तो आप महाराज की कोई रहत मर्यादा नहीं रखन दे सारा कुछ गलत कर दरबार के खलो गए जराबा पा के चल जाना चरण गंगा कहदे लई पैर धो के जाना कोई आम बंदा थोड़ा बैठा गाड़ी सतगुरु बैठे ने जो अपने गुरु को जाना हो सुचमता आना चाहिए होंगे वो उत्थे सारी गरीब है इको अमीर है दाता बाकी मंगने वाले ही नहीं देने वाला एक है ये जाते ने अही देने वाले हैं देना किनू आ जिन्हें दुनिया बनाई है तो ये चीज़ा जेडे गुरद्वरे चलाते ने ये अपने मानते ने संत बाबा जरनैल सिंह जी ने मानते जे वह भी होंगे तो उन्होंने इन्हों के मुँह चपेड़ा मारनिया है फिर तुम पता ही नहीं है भी तुम सतगुरु की कोई रहत मर्यादा कोई चीज़ होंगी आ गुरु महाराज जी बनाई आ महाराज आप जे गुरु ग्रंथ साहब महाराज थले बहते होंगे है ना कभी महाराज वेख्या वा भी महाराज खड़ावा पा के चल गए हो जराबा पा के चल गए हो कुछ महाराज ने सोच के किया ना फिर वो सत्कार उदा ही रखो उदो भी तो कोई हीटर नहीं सी कोई मैट नहीं विछाए होंगे है फिर बहुत ही संगत हाँ जी ठंडे बुरजे में बाबा जी रहे ने बाबा फतेह सिंह जी माता जी वड्डे बाबे रहे ने बाबा जुझार सिंह जी है ना उत्थे किनिया को जराबा पा के रहे ठंड जी रहे उदन ज्यादा ठंड कित नहीं गई दुनिया च ये भी शक्तियां सी कलगीधर पातशाह के पुत सन असी भी पुत ही हाँ पर पुतों वाला कोई काम नहीं करते इस करके साड़ी ताकत भी घटती है साड़ा जज्बा भी घटता कौम प्रति हाँ जी बड़ा फर्क पै जाता असी नितनेम भी करिए जे असी मर्यादा नाल ना रखिए तो वह नितनेम भी वो दिल भिजदा नहीं है नितनेम दे विच अर्थ हाँ। नहीं समझ लगते हाँ। सो जो असी ये सारी चीज़ों नाल हौली हौली जुड़न लग जाइए फिर महाराज आपे कृपा करते हैं बस क्योंकि महाराज ने जब साफ ही कहता जद जिमें तुसी भी मैनशन किया कि रहत प्यारी मुझको सिख प्यारा नहीं हाँ जी इच सब कुछ आ गया गल खत्म हो गई डिसीजन देता ना डिसीजन देता ये पूछया थोड़ी सानू हां जी देता हानू की पूछना ही महाराज ने हानू हानू जमन वाला आडे को थोड़ा पूछेगा बिल्कुल मैं जदों पहली बारी रहतनामा पढ़िया ना तो मेरे मन च ख्याल आया 25 साल बाद जमन तो मैं रहतनामा पढ़ रहा और मैं पता भी नहीं कि रहतनामा होंदा भी है सो मैं इन्ना अफसोस होया तो फिर मैं एक दो सिंगा नाल गल की कि ये बड़ी माड़ी गल है ये सगो यदा होर प्रचार होना चाहिए आ कि कोई रहत च नहीं भी आ पा रहा ना जो दे बैक ऑफ द माइंड ये चीज़ है ना कि महाराज ने आ चीज़ा तो वर्जित किया हाँ जी और ये महाराज के हुक्म ने हुक्म ने सो बड़ा प्रभाव पैंदा बंदा जे मोड़ तोड़ के जे स्लिप भी हो रहा ना कितने ना कितने उहदा कंसाइंस उन्हें वाजा मारदा वो हाँ मोड़िया सही नहीं कर रहा भावें महीने बाद आवे भावे साल बाद आवे पर वो खिच टुट जाती जे सानू पता नहीं महाराज कह की रहे ने बस संगत नहीं ना है हाँ जी जे गुरसिखां दी संगत करोगे फिर ही भला होगा संगत विच जाओगे गुरसिखां विच बहोगे सिखण नूं मिलेगा सिख दा काम ही सीखना है जेड़ा कोई ये सोचे ना मैं सिक्ख्या सिखाया है सिक्ख्या सिखाया तो सिर्फ परमेश्वर ही है और नहीं कोई भी है बिल्कुल सही गल सही गल तो बाबा जी हुण तुसीं अपने बारे भी दसो तुहाडा पक्का नाम की है तो गज सिंह नाम किवें पिया तुहाडा वाहिगुरु मेरा नाम जी सुखवंत सिंह है तो गज सिंह जिहड़ा ना ना जब आप अमृत छकया तो आप महाकाल जी को कह दो कहते अज तो तुहाडा नाम गज सिंह है मैं सत्या जी उतों चल पिया तो दास माझे का जम पा लिया श्री अमृतसर साहिब गुरु रामदास महाराज की कृपा है पर उतो बाद जो निके होंगे तो आप दिल्ली रहे हैं जी राष्ट्रपति भवन में मेरे फादर जोड़े से आर्मी सन तो उत्थे ही मैं पढ़िया आर्मी पब्लिक स्कूल दे विच
8th ਕਲਾਸ ਵਿੱਚ ਫਿਰ ਅਸੀਂ ਵਾਪਸ ਪੰਜਾਬ ਆ ਗਏ ਅਤੇ ਇੱਦਾਂ ਕਰਕੇ ਰਸੂਲਪੁਰ ਮੇਰੇ ਪਿੰਡ ਦਾ ਨਾਂ ਆ ਮਹਿਤਾ ਰੋਡ ਜਿੱਥੇ ਬਾਬਾ ਜਰਨੈਲ ਸਿੰਘ ਜੀ ਦਾ ਹੈੱਡਕੁਆਟਰ ਵੀ ਰਿਹਾ ਮਹਿਤਾ ਚੌਂਕ ਉਸੇ ਮਹਿਤੇ ਰੋਡ ਦੇ ਉੱਤੇ ਸਾਡਾ ਘਰ ਆ ਹਾਂਜੀ ਠੀਕ ਅਤੇ ਤੁਸੀਂ ਕਿਹੜੇ ਸਾਲ 'ਚ ਆਏ ਸੀ ਕੈਨੇਡਾ ਕੈਨੇਡਾ ਤਾਂ ਮੈਂ 6 ਸਾਲ ਹੋ ਗਏ 6ਵਾਂ ਸਾਲ ਜਾਣ ਡਿਆ ਅੱਛਾ ਫਿਰ ਇਹਦਾ ਮਤਲਬ ਹੈ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਨਾਮ ਪਿਆ ਸੀਗਾ ਕੈਨੇਡਾ ਆ ਕੇ ਬਾਅਦ 'ਚ ਪਿਆ ਸੀਗਾ ਕਿ ਪਹਿਲਾਂ ਹੀ ਪੈ ਗਿਆ ਸੀ ਜਿਹੜਾ ਮਹਾਰਾਜ ਮਹਾਂਕਾਲ ਉਹਨਾਂ ਨੇ ਨਾਮ ਰੱਖਿਆ ਬਾਅਦ ਵਿੱਚ ਮੈਂ ਅੰਮ੍ਰਿਤ ਇੱਥੇ ਆ ਕੇ ਛਕਿਆ ਅੱਛਾ ਠੀਕ ਹੈ ਇਸ ਲਈ ਮੈਂ ਸੋਚ ਰਿਹਾ ਸੀ ਕਿ 3 ਸਾਲ ਪਹਿਲਾਂ ਦੀ ਗੱਲ ਹੈ ਹਾਂਜੀ ਅੰਮ੍ਰਿਤ ਇੱਥੇ ਆ ਕੇ ਛਕਿਆ ਠੀਕ ਹੈ ਠੀਕ ਹੈ ਹਾਂਜੀ ਅਤੇ ਇੱਥੇ ਆਪਣੇ ਬੁੱਢੇ ਦਲ ਦੀ ਪ੍ਰੈਜੈਂਸ ਕਿਹੜੀ ਜਗ੍ਹਾ ਹੈ ਜ਼ਿਆਦਾਤਰ ਇਹਦੇ ਦੇਖੋ ਹਰ ਦਲ ਦੇ ਸਿੰਘ ਨੇ ਅਤੇ ਜਿਹੜਾ ਇੱਥੇ ਕਾਫੀ ਸਿੰਘ ਨੇ ਬੁੱਢੇ ਦਲ ਦੇ ਵੀ ਤਰਨੇ ਦਲ ਦੇ ਵੀ ਦਲ ਬਾਬਾ ਬਿਧੀ ਚੰਦ ਸਾਹਿਬ ਮਹਾਰਾਜ ਹੈ ਨਾ ਜਿੱਦਾਂ ਕਿਸੇ ਨਾਲ ਪ੍ਰੇਮ ਹੋਵੇ ਮਹਾਂਪੁਰਸ਼ ਨਾਲ ਉਹਨਾਂ ਨਾਲ ਮਿਲਦੇ ਵਰਤਦੇ ਨੇ ਪਰ ਜਿਹੜਾ ਮੇਨ ਦਲ ਉਹ ਤਾਂ ਇੰਡੀਆ ਕਿਉਂਕਿ ਦਲ ਦਾ ਕੰਮ ਹੁੰਦਾ ਚੱਕਰਵਰਤੀ ਘੁੰਮਣਾ ਫਿਰ ਗੁਰੂ ਨਾਨਕ ਦੇਵ ਮਹਾਰਾਜ ਘਰ ਨਹੀਂ ਬਣਾਇਆ ਸੰਸਾਰ ਦੇ ਘੁੰਮੇ ਨਾ ਚੱਕਰਵਰਤੀ ਰਹੇ ਨੇ ਅਤੇ ਉੱਦਾਂ ਹੀ ਮਹਾਰਾਜ ਨੇ ਬੁੱਢੇ ਦਲ ਨੂੰ ਰੱਖਿਆ ਵੀ ਆਪਣਾ ਬਣਾ ਕੇ ਇਹ ਚੱਲਦੇ ਹੀ ਰਹਿਣਾ ਹਰ ਪਾਸੇ ਨਾ ਪ੍ਰਚਾਰ ਹੀ ਕਰਨਾ ਉਹ ਫਿਰ ਇੰਡੀਆ ਹੀ ਆ ਇੱਥੇ ਜਿਹੜੇ ਉਹਨਾਂ ਨੂੰ ਪ੍ਰੇਮ ਕਰਦੇ ਨੇ ਉਹ ਕਹਿ ਦਿੰਦੇ ਕਿ ਅਸੀਂ ਬੁੱਢੇ ਦਲ ਦੇ ਸਿੰਘ ਹਾਂ ਕੋਈ ਕਹਿ ਦਿੰਦੇ ਤਰਨੇ ਦਲ ਦੇ ਸਿੰਘ ਹਾਂ ਸਾਰੇ ਮਹਾਰਾਜ ਸਿੰਘ ਨੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਅਤੇ ਜਿਹੜੀ ਮਿਸਲਾਂ ਵੀ ਹੋਈਆਂ ਨੇ ਇੱਕ ਗੱਲ ਹੋਰ ਬੜੀ ਪਿਆਰਾ ਲਈ ਹੈ ਕਿ ਜਿੰਨੀਆਂ ਵੀ ਮਿਸਲਾਂ ਹੋਈਆਂ ਕਈ ਵਾਰੀ ਇਹਨਾਂ ਦੀ ਆਪਸ 'ਚ ਨਹੀਂ ਬਣਦੀ ਹੁੰਦੀ ਸੀਗੀ ਪੋਲੀਟੀਕਲ ਕਨਫਲਿਕਟਸ ਕਾਫੀ ਰਹੇ ਨੇ ਪਰ ਜਦੋਂ ਕੌਮ 'ਤੇ ਭੀੜ ਬਣੀ ਹੈ ਇਹ ਹਮੇਸ਼ਾ ਨਾਲ ਜੋੜ ਕੇ ਅੱਗੇ ਵੱਧ ਕੇ ਰਹੇ ਨੇ ਸਾਡਾ ਫਰਜ਼ ਹੈ ਜੀ ਸਾਡਾ ਫਰਜ਼ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਦੀ ਇੱਕ ਫੁੱਲਾਂ ਦੀ ਫੁਲਵਾੜੀ ਆ ਅਤੇ ਜਿਹੜੇ ਫੁੱਲ ਹੁੰਦੇ ਨੇ ਕਦੀ ਇੱਕ ਵਰਗੇ ਨਹੀਂ ਦਿਖਦੇ ਉਹਨਾਂ ਦੀ ਜਿਹੜੀ ਸੁਗੰਧੀ ਹੁੰਦੀ ਆ ਉਹ ਵੀ ਇੱਕ ਜਿੰਨੀ ਹੁੰਦੀ ਅਤੇ ਨਾ ਹੀ ਤੁਸੀਂ ਕਰ ਸਕਦੇ ਗੁਰੂ ਮਹਾਰਾਜ ਦੇ ਇਹ ਆਪਣੀ ਫੁੱਲਾਂ ਦੀ ਫੁਲਵਾੜੀ ਹੈ ਅਤੇ ਹਰ ਤਰ੍ਹਾਂ ਦਾ ਸਿੱਖ ਹੈ ਠੀਕ ਹੈ ਜੀ ਸਾਰੇ ਤੁਸੀਂ ਕਿੱਦਾਂ ਇੱਕ ਸਾਰਿਆਂ 'ਚ ਇੱਕ ਤਰ੍ਹਾਂ ਦੇ ਕਰ ਵੀ ਨਹੀਂ ਸਕਦੇ ਇੱਕ ਤਰ੍ਹਾਂ ਦੀ ਉਹਨਾਂ ਵਿੱਚੋਂ ਤੁਸੀਂ ਸੁਗੰਧੀ ਵੀ ਨਹੀਂ ਲੈ ਸਕਦੇ ਗੁਰੂ ਨਾਨਕ ਦੇਵ ਮਹਾਰਾਜ ਨੇ ਸਭ ਤੋਂ ਉਦਾਸੀ ਕੀਤੀ ਉਹਦੇ ਵਿੱਚ ਉਦਾਸੀ ਮਹਾਰਾਜ ਨੇ ਸੰਪਰਦਾ ਜਲ ਵੀ ਹੈ ਨਾ ਉਦਾਸੀਆਂ ਦੀ ਜਿਹੜਾ ਵੀ ਬਾਬਾ ਸ਼੍ਰੀ ਚੰਦ ਜੀ ਤੋਂ ਗਾੜੀ ਚੱਲੀ ਨਿਰਮਲ ਪੰਥ ਚਲਾਇਆ ਕਲੀਆਂ ਵਾਲੇ ਪਾਤਸ਼ਾਹ ਨੇ ਸਾਰਾ ਕੁਝ ਹਟਾ ਕੇ ਅਤੇ ਨੀਲੇ ਬਾਣੇ ਪਵਾ ਤੇ ਸਿੰਘਾਂ ਨੂੰ ਅਤੇ ਨਿਹੰਗ ਸਿੰਘ ਬਣਾ ਤੇ ਹੈ ਨਾ ਉਹ ਤੋਂ ਬਾਅਦ ਗ੍ਰਿਸ਼ਤੀ ਨੇ ਚਾਰ ਥੰਮ ਨੇ ਇਹਨਾਂ 'ਤੇ ਹੀ ਖਾਲਸਾ ਪੰਥ ਹਟ ਗਿਆ ਹਾਂਜੀ ਅਤੇ ਹੁਣ ਜੇ ਕਹੀਏ ਉਦਾਸੀ ਨਿਹੰਗ ਸਿੰਘ ਬਣ ਜਾਣ ਨਿਹੰਗ ਸਿੰਘ ਉਦਾਸੀ ਬਣ ਜਾਣ ਇਹ ਨਹੀਂ ਹੋ ਸਕਦਾ ਜਿੱਦਾਂ ਗੁਰੂ ਮਹਾਰਾਜ ਨੇ ਚਲਾਇਆ ਜਿੱਦਾਂ ਗੁਰੂ ਮਹਾਰਾਜ ਚਲਾ ਰਹੇ ਨੇ ਹੁਕਮ 'ਚ ਹੀ ਹੋਣ ਡਿਆ ਅਤੇ ਹੁਕਮ 'ਚ ਹੀ ਹੋਣਾ ਉੱਦਾਂ ਹੀ ਰਹਿਣਾ ਚਾਹੀਦਾ ਗੱਲ ਹੁੰਦੀ ਪ੍ਰੇਮ ਦੀ ਪ੍ਰੇਮ ਆਪਾਂ ਨੂੰ ਹਰ ਕਿਸੇ ਨਾਲ ਕਰਨਾ ਚਾਹੀਦਾ ਪ੍ਰੇਮ ਆਪਾਂ ਨੂੰ ਸਿੱਖਾਂ ਨਾਲ ਵੀ ਕਰਨਾ ਚਾਹੀਦਾ ਮੁਸਲਮਾਨਾਂ ਨਾਲ ਵੀ ਕਰਨਾ ਚਾਹੀਦਾ ਹਿੰਦੂਆਂ ਨਾਲ ਵੀ ਕਰਨਾ ਚਾਹੀਦਾ ਇਸਾਈਆਂ ਨਾਲ ਵੀ ਕਰਨਾ ਚਾਹੀਦਾ ਪ੍ਰੇਮ ਦੀ ਗੱਲ ਹਾਂ ਜੇ ਕੋਈ ਆੜੇ ਗੁਰੂ ਦੀ ਨਿੰਦਾ ਕਰਦਾ ਉਹ ਗੁਰੂ ਕੀ ਨਿੰਦਾ ਸੁਣੇ ਨਾ ਕਾਣ ਉਹ ਵਾਲੀ ਗੱਲ ਨਿੰਦਾ ਨਹੀਂ ਸਾਨੀ ਗੁਰੂ ਦੀ ਪਰ ਐਵੇਂ ਨਹੀਂ ਜਾ ਕੇ ਕਿਸੇ ਨੂੰ ਜੋ ਮਰਜ਼ੀ ਬੋਲ ਦੇਣਾ ਤੁਸੀਂ ਉਹ ਜੇ ਤੁਸੀਂ ਉਹ ਵੀ ਅਪਰਾਧ ਹੈ ਅਪਰਾਧ ਹੈ ਜੀ ਕਿਸੇ ਦੇ ਦਿਲ ਨੂੰ ਦੁੱਖ ਦੇਣਾ ਮਨ ਨੂੰ ਠੇਸ ਪਹੁੰਚਾਉਣੀ ਉਹ ਮਾੜੀ ਗੱਲ ਆ ਕੋਈ ਸਾਡੇ ਨਾਲ ਵਿਚਾਰ ਕਰੇ ਆ ਕੇ ਬਹਿ ਕੇ ਉਹ ਇੱਕ ਵਿਚਾਰ ਅਲੱਗ ਚੀਜ਼ ਆ ਐਵੇਂ ਜਾ ਕੇ ਕਿਸੇ ਨੂੰ ਕਹਿ ਦੇਣਾ ਉਹ ਮੂਰਖਤਾ ਹੀ ਆ ਬਿਲਕੁਲ ਪ੍ਰੇਮ ਹੋਣਾ ਚਾਹੀਦਾ ਹਰ ਕਿਸੇ 'ਚ ਹੋਰ ਮੇਰਾ ਖਿਆਲ ਕਿਤੇ ਨਾ ਕਿਤੇ ਅਸੀਂ ਵਿਚਾਰ ਵਟਾਂਦਰਾ ਨੂੰ ਮਤਭੇਦ 'ਚ ਕਨਵਰਟ ਵੀ ਬਹੁਤ ਛੇਤੀ ਕਰ ਲੈਂਦੇ ਹਾਂ ਬਹਿਸ ਹੋ ਜਾਂਦੀ ਹੈ ਨਾ ਉਹ ਮੰਨਦਾ ਹੀ ਨਹੀਂ ਵੀ ਨਹੀਂ ਜੀ ਇੱਦਾਂ ਨਹੀਂ ਉਹ ਬਹਿਸ ਨਹੀਂ ਹੋਣੀ ਜਿਹਦੀ ਵਿਚਾਰ ਮਹਾਰਾਜ ਨੇ ਵਿਚਾਰ ਬਖਸ਼ੀ ਵਿਚਾਰ ਕਰੋ ਬਿਲਕੁਲ ਉਹ ਉਹਦੇ ਕਈਆਂ ਦੀ ਈਗੋ ਹਟ ਹੋ ਜਾਂਦੀ ਵੀ ਯਾਰ ਇਹ ਇੱਥੇ ਪਤਾ ਹੁੰਦਾ ਵੀ ਇੱਥੇ ਮੈਂ ਗਲਤ ਹਾਂ ਇਹ ਪਰ ਨਹੀਂ ਮੈਂ ਮੰਨਣਾ ਨਹੀਂ ਹੈ ਜੇ ਮੈਂ ਮੰਨ ਗਿਆ ਮੇਰੀ ਬੇਇੱਜ਼ਤੀ ਆਹ ਗੱਲ ਜੇ ਗੁਰੂ ਦੀ ਜਿਹੜੀ ਗੱਲ ਹੁੰਦੀ ਨਾ ਉੱਥੇ ਸਿਰਫ ਅਸੀਂ ਗੁਰੂ ਦੀ ਵਡਿਆਈ ਕਰਨੀ ਆ ਸਾਡਾ ਸਿਰਫ ਇਹੋ ਕੰਮ ਆ ਵੀ ਅਸੀਂ ਆਪਣੇ ਗੁਰੂ ਮਹਾਰਾਜ ਦੇ ਵਡਿਆਈ ਕਰਨੀ ਜਿੰਨੀ ਵੀ ਹੋ ਸਕੇ ਕਈ ਕਹਿੰਦੇ ਨੇ ਵੀ ਤੁਸੀਂ ਬਾਹਰ ਜਾ ਕੇ ਜਕਾਰੇ ਕਿਉਂ ਲਾਉਂਦੇ ਅਸੀਂ ਆਪਣੇ ਗੁਰੂ ਮਹਾਰਾਜ ਦੇ ਨਾਂ ਦੇ ਲਾਉਂਦੇ ਨਾ ਅਸੀਂ ਤਾਂ ਲਾਵਾਂਗੇ ਲਾਉਂਦੇ ਰਹਾਂਗੇ ਕਿਉਂਕਿ ਸਾਡੇ ਗੁਰੂ ਆ ਸਾਡੇ ਗੁਰੂ ਦੁਨੀਆ ਦਾ ਪਾਲਣ ਆ ਰਿਹਾ ਨਾ ਸਾਡੇ ਮਹਾਰਾਜ ਨੇ ਬੜਾ ਕੁਝ ਕੀਤਾ ਸਾਡੇ ਲਈ ਅਸੀਂ ਤਾਂ ਲਾਉਂਦੇ ਰਹਾਂਗੇ ਜਿੱਥੇ ਵੀ ਜੀ ਕਰੂਗਾ ਲਾਵਾਂਗੇ ਜੇ ਅਸੀਂ ਆਪਣੇ ਮਹਾਰਾਜ ਦਾ ਨਾਂ ਨਹੀਂ ਲਵਾਂਗੇ ਕਿਹਦਾ ਲੈਣਾ ਅਸੀਂ ਤਾਂ ਤੁਸੀਂ ਵੀ ਲਓ ਸਾਰੇ ਪੰਥ ਨੂੰ ਲੈਣਾ ਚਾਹੀਦਾ ਹਰ ਜਗ੍ਹਾ ਜਕਾਰੇ ਛੱਡਣੇ ਚਾਹੀਦੇ ਮਹਾਰਾਜ ਦੇ ਕਿਉਂਕਿ ਮਹਾਰਾਜ ਨੇ ਬਹੁਤ ਕੁਝ ਕੀਤਾ ਸਾਡੇ ਲਈ ਅਤੇ ਜਿਹੜਾ ਸਰਬ ਲੋਅ ਦਾ ਕੰਸੈਪਟ ਹੈ ਇਹ ਕਿਵੇਂ ਆਇਆ ਸਿੱਖੀ ਦੇ ਵਿੱਚ ਸ਼ੁਰੂ ਤੋਂ ਹੀ ਕਿਉਂਕਿ ਦੇਖੋ ਇਹ ਆਇਰਨ ਆ ਨਾ ਜਿਹੜਾ ਲੋਹਾ ਇਹਦੇ ਇੱਕ ਸ਼ਕਤੀ ਆ ਤਾਂ ਕਰਕੇ ਮਹਾਰਾਜ ਨੇ ਜਿੱਦਾਂ ਹੁਣ ਮੰਨ ਲਓ ਕਰੋਨਾ ਚੱਲ ਪਿਆ ਅਤੇ ਮੂੰਹ ਢੱਕਣ ਲੱਗ ਪਏ
ਗੁਰੂ ਮਹਾਰਾਜ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ, ਜਿੱਦਾਂ ਕੱਪੜਾ ਦਿੱਤਾ ਆਪਣਾ ਮੂੰਹ ਢੱਕ ਕੇ, ਕਿਸੇ ਨੂੰ ਬੁਲਾਉਣਾ ਨਹੀਂ, ਮਿਲਣਾ ਨਹੀਂ, ਹੱਥ ਨਹੀਂ ਮਿਲਾਉਣਾ, ਫਤਿਹ ਬੁਲਾਓ, ਹੈ ਨਾ। ਇਹ ਮਹਾਰਾਜ ਨੇ ਤੁਹਾਨੂੰ ਅੱਜ ਤੋਂ ਬੜੇ ਚਿਰ ਪਹਿਲਾਂ ਹੀ ਦੱਸਤਾ ਸੀ। ਪਹਿਲਾਂ ਇੱਦਾਂ ਹੁੰਦਾ ਸੀ, ਅੱਜ ਵੀ ਸਿੰਘ ਹੈਗੇ ਨੇ, ਜੇ ਆ ਜਿੱਦਾਂ ਆਸਣ ਹੈ ਮੇਰਾ ਨਾ, ਤਾਂ ਦੂਜਾ ਨਹੀਂ ਇੱਥੇ ਆ ਕੇ ਬਹਿ ਸਕਦਾ, ਜੇ ਗੱਲ ਕਰਨੀ ਦੂਰੋਂ ਹੋ ਕੇ ਗੱਲ ਕਰੋ। ਇਹ ਮਤਲਬ ਵੀ ਇੱਕ ਕਹਿ ਲਓ ਵੀ ਆਪਣੇ ਆਪ ਨੂੰ ਜਿੱਦਾਂ ਬੋਲਦੇ ਆ ਨਾ, ਆਪਣੇ ਇੱਕ ਜਾਂਦੀ ਪੜਾਸ ਜਾਂਦੀ ਆ ਉਹ ਚੀਜ਼ਾਂ, ਇਹ ਤੋਂ ਮਹਾਰਾਜ ਨੇ ਸ਼ੁਰੂ ਤੋਂ ਬਚਾਇਆ। ਅਤੇ ਸਰਬਲੋਚ ਸ਼ਕਨ ਦੇ ਵੀ ਆਇਰਨ ਜਿਹੜਾ ਹੈ ਨਾ, ਲੋਹਾ, ਉਹਦੀ ਧਾਤ ਮਿਲਦੀ ਆ ਆਪਾਂ ਨੂੰ, ਆਇਰਨ ਦੇ ਹੈ ਨਾ ਤਾਕਤ ਵੀ ਮਿਲਦੀ, ਆਇਰਨ ਦੇ ਲੋਹੇ ਦੇ ਬਾਟੇ 'ਚ ਖਾਣਾ, ਇੱਕ ਦੇ ਵੀ ਉਹਦੇ ਤਾਕਤ ਮਿਲਦੀ ਆ, ਅਤੇ ਦੂਜੀ ਤਾਕਤ ਫਿਰ ਸਰੀਰ ਦਾ ਜ਼ੋਰ ਹੁੰਦਾ ਜੀ, ਉਹਨੂੰ ਮਾਂਜਣਾ, ਆਮ ਉਹਦਾ ਮਾਂਜ ਨਹੀਂ ਜਾਣਾ, ਜ਼ੋਰ ਲਾਉਣਾ, ਉਹਨੇ ਜੋ ਮਾਂਜਣਾ, ਰੱਬ ਰੱਬ ਕਹਿਣਾ, ਫਿਰ ਅੰਦਰੋਂ ਮਨ ਵੀ ਮਾਂਜਿਆ ਜਾਂਦਾ। ਆਹ ਗੱਲ ਇਹ ਜੋ ਵੀ ਮਹਾਰਾਜ ਨੇ ਕੀਤਾ, ਬੜਾ ਮਤਲਬ ਕਿ ਇੱਕ ਸੋਚ ਸਮਝ ਕੇ, ਇੱਕ ਬੜੀ ਇਹਦੀ ਬੜੀ ਵੱਡੀ ਡੰਗਿਆਈ ਯਾਰ, ਕੋਈ ਨਹੀਂ ਸਮਝ ਸਕਦਾ। ਹਾਂਜੀ ਹਾਂਜੀ, ਤਾਂ ਕਰਕੇ ਮਹਾਰਾਜ ਨੇ ਲੋਹੇ ਦਾ ਹੀ ਸਭ ਕੁਝ, ਇਹ ਲੋਹਾ ਕੜਾ ਵੀ ਆ ਅਤੇ ਸ਼ਸਤਰ ਵੀ ਆ, ਜੇ ਲੋੜ ਪੈ ਜੇ ਤਾਂ ਨਾ। ਅਤੇ ਬਾਬਾ ਦੀਪ ਸਿੰਘ ਜੀ ਦਾ ਐਡਾ ਕੜਾ ਸੀ ਮੋਟਾ, ਜੇ ਕੋਈ ਹੋਵੇ ਤਾਂ ਮਾਂ ਬਾਬਾ ਜੀ ਉਹ ਮਾਨ ਤੇ ਬੰਦਾ ਚਲੋ ਪਰਲੋਕ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਸਿੰਘਾਂ ਨਾਲ ਜਦੋਂ ਵਿਚਰਨਾ ਸ਼ੁਰੂ ਕੀਤਾ ਨਾ, ਤਾਂ ਮੈਨੂੰ ਵੀ ਸ਼ੌਂਕ ਪੈ ਗਿਆ, ਮੈਂ ਕਿਹਾ ਮੈਂ ਕੜਾ ਬਣਵਾਉਣਾ ਭਾਰਾ, ਅਤੇ ਮੈਂ ਸ਼ੌਂਕ ਸ਼ੌਂਕ 'ਚ ਨਾ ਜਿਹਦੇ ਕੋਲ ਕੜਾ ਬਣਵਾਉਣਾ ਸੀ ਇੰਡੀਆ, ਉਹਨੂੰ ਮੈਂ ਕਹਿ ਛੱਡਿਆ ਕਿ ਯਾਰ ਨਾ ਤੂੰ ਇੱਕ ਇੱਕ ਕਿਲੋ ਦਾ ਬਣਾ ਦੇ। ਅੱਛਾ, ਅਤੇ ਇੱਕ ਤੂੰ ਡੇਢ ਕਿਲੋ ਦਾ ਬਣਾ ਦੇ। ਵਾਹਿਗੁਰੂ। ਉਹ ਜਦੋਂ ਆ ਗਏ ਮੇਰੀ ਤਾਂ ਹੋ ਗਈ ਬਸ, ਮੈਂ ਪਾ ਕੇ ਬਾਣਾ ਪਾ ਕੇ ਕੜੇ ਪਾ ਕੇ ਲੰਗਰ ਖਾਣ ਚੱਲ ਗਿਆ, ਮੇਰਾ ਹੱਥ ਹੀ ਨਾ ਚੁੱਕਿਆ ਜਾਵੇ। ਅਤੇ ਸਿੰਘ ਬੜੇ ਹੱਸਣ, ਮਤਲਬ ਇੱਕ ਛੋਟਾ ਜਿਹਾ ਮੈਨੂੰ ਇੰਸੀਡੈਂਟ ਯਾਦ ਆ ਗਿਆ ਕੜੇ ਤੋਂ ਰਿਲੇਟਡ। ਉਹ ਹਾਲੇ ਵੀ ਕੜੇ ਮੈਂ ਸਾਂਭ ਕੇ ਰੱਖੇ ਆ, ਪਰ ਕੋਸ਼ਿਸ਼ ਕਰਦਾ ਕਈ ਵਾਰੀ ਪਾਇਆ ਕਰਾਂ। ਫਿਰ ਹੌਲੀ ਹੌਲੀ ਨਾ ਮੈਂ ਕਿਹਾ ਮੈਂ ਨਾ ਲੰਗਰ ਹੁਣ ਇਹਦੇ ਨਾਲ ਛਕਿਆ ਕਰਨਾ, ਜਦ ਤੱਕ ਮੇਰੇ ਇੰਨਾ ਜ਼ੋਰ ਨਾ ਹੋ ਜਾਏ ਕਿ ਆਰਾਮ ਨਾਲ ਮੈਂ ਲੰਗਰ ਛਕ ਸਕਾਂ, ਤਦ ਤੱਕ ਮੈਂ ਕੜਾ ਪਾਉਣਾ ਜ਼ਰੂਰ ਹੈ। ਵਾਹਿਗੁਰੂ। ਫਿਰ ਜਿੰਨੀ ਵਾਰੀ ਆਪਾਂ ਗੁਰਦੁਆਰੇ ਜਾਂਦੇ ਰਹੇ ਵੀਕਐਂਡ 'ਤੇ, ਮੈਂ ਮੇਕ ਸ਼ੋਰ ਕੀਤਾ ਕਿ ਕੜਾ ਪਾ ਕੇ ਲੰਗਰ ਛਕਣਾ, ਕਿ ਜਿਹੜਾ ਭਾਰਾ ਬਣਵਾਇਆ। ਅਤੇ ਇੱਦਾਂ ਹੀ ਆ, ਪੁਰਾਤਨ ਸਿੰਘ ਤਾਂ ਬੜੇ ਬੜੇ ਭਾਰੇ ਕੜੇ ਪਾਉਂਦੇ, ਅੱਜ ਆ ਗਏ ਨੇ ਛੋਟੇ, ਪਰ ਨਹੀਂ ਪੁਰਾਤਨ ਸਿੰਘ ਨਹੀਂ, ਉਹਦਾ ਪੂਰੇ ਜੰਗੀ ਉਹਨਾਂ ਕਮਰ ਕਸਾ ਲਾ ਕੇ ਸ਼ਸਤਰ ਬਸਤਰ ਪਾ ਕੇ ਸਦਾ ਤਿਆਰ, ਜੇ ਜੰਗ ਆ ਗਈ ਅਤੇ ਜੰਗ ਲਈ ਤਿਆਰ ਆ, ਅਤੇ ਕਿਤੇ ਸੱਚਖੰਡ ਨੂੰ ਜਾਣਾ ਪਿਆ ਉਹਦੇ ਲਈ ਵੀ ਤਿਆਰ ਪਰ ਤਿਆਰ ਹੈ। ਤਾਂ ਹੀ ਮਹਾਰਾਜ ਨੇ ਕਿਹਾ ਵੀ ਜਦੋਂ ਮੇਰੇ ਦਰਸ਼ਨ ਨੂੰ ਨਾ ਤਿਆਰ ਪਰ ਤਿਆਰ ਹੋ ਕੇ ਸ਼ਸਤਰ ਬਸਤਰ ਪਾ ਕੇ ਕਮਰ ਕਸਾ ਲਾ ਕੇ ਫਿਰ ਤੈਨੂੰ ਤੁਹਾਨੂੰ ਮੈਂ ਦਰਸ਼ਨ ਦੇਣੇ, ਜਿਹੜਾ ਵੀ ਆਇਆ ਉੱਦਾਂ ਨਹੀਂ ਦੇਣੇ। ਕਿੰਨੀ ਵੱਡੀ ਗੱਲ, ਪਰ ਅਸੀਂ ਹਾਲੇ ਵੀ ਸਮਝ ਨਹੀਂ ਰਹੇ ਚੀਜ਼ਾਂ ਨੂੰ। ਨਹੀਂ ਸਮਝਦੇ ਤਾਂ ਨਹੀਂ, ਕਿਉਂਕਿ ਸਾਡਾ ਅਸੀਂ ਕਰਨਾ ਨਹੀਂ ਚਾਹੁੰਦੇ ਨਾ, ਉਹ ਅਸੀਂ ਫੈਂਸੀ ਜੇ ਰਹਿਣਾ ਚਾਹੁੰਦੇ ਹਾਂ। ਸਾਨੂੰ ਹੁੰਦਾ ਵੀ ਜਿਹੜਾ ਮੇਨ ਕੰਮ ਆ ਉਹ ਆ ਕਾਮ, ਹਰ ਕਿਸੇ 'ਚ ਹੁੰਦਾ, ਸਮਾਂ ਹੁੰਦਾ, ਅਰਦਾਸ ਕਰਨੀ ਚਾਹੀਦੀ ਸੀ ਵੀ ਮਾਰੇ ਸਾਨੂੰ ਬਚਾ ਲਓ। ਕਾਮ ਹੈ ਨਾ, ਉਹਨੇ ਜ਼ਿਆਦਾ ਕੰਮ ਖਰਾਬ ਕੀਤਾ। ਅਤੇ ਬਾਕੀ ਬੀਬੀਆਂ ਨੂੰ ਵੀ ਇਹ ਬੇਨਤੀ ਹੈ, ਜੇ ਬੀਬੀਆਂ ਇਹ ਸਟੈਪ ਚੁੱਕ ਲੈਣ, ਵੀ ਵਿਆਹ ਹੀ ਉਹਨਾਂ ਕਰਾਉਣਾ ਜਿਹੜਾ ਕੇਸਾਧਾਰੀ ਹੋਵੇਗਾ, ਗੁਰੂ ਦਾ ਸਿੱਖ ਹੋਵੇਗਾ, ਤਾਂ ਵੀ ਬੜਾ ਬਦਲਾਵ ਆ ਸਕਦਾ। ਕਿਉਂਕਿ ਹੁਣ ਉਹ ਕਹਿ ਦਿੰਦੀਆਂ ਸਾਨੂੰ ਬੰਦਾ ਹੀ ਹੋ ਚਾਹੀਦਾ ਜਿਹੜਾ ਉਹ ਜਿਹੜੇ ਕੇਸ ਮੁੰਨੇ ਹੁਣ। ਅਤੇ ਮੈਨੂੰ ਕਈ ਵਾਰੀ ਲੋਕ ਮੈਸੇਜ, ਮੈਂ ਤੁਹਾਡੇ ਧੰਨ ਭਾਗ ਜੇ ਐਸੀ ਬੀਬੀ ਨਾਲ ਵਿਆਹ ਕਰਾ ਕੇ ਕਰਨਾ ਵਾ, ਬਾਅਦ 'ਚ ਪਛਤਾਓਗੇ, ਜਿਹੜੇ ਪਹਿਲਾਂ ਹੀ ਇਹ ਕਹਿੰਦੀ, ਸਗੋਂ ਚੰਗਾ ਵਾ ਨਾ ਹੋਵੇ। ਮੈਂ ਕਈ ਵਾਰੀ ਇਹ ਨੋਟਿਸ ਕੀਤਾ, ਮੇਰਾ ਇਹ ਮੰਨਣਾ ਵੀ ਹੈ ਕਿ ਔਰਤ 'ਚ ਮਹਾਰਾਜ ਨੇ ਇੰਨੀ ਤਾਕਤ ਬਖਸ਼ੀ ਹੈ, ਬਹੁਤ, ਬੰਦਾ ਸਿਰਫ ਇੱਕ ਔਰਤ ਲਈ ਬਦਲਦਾ। ਹਾਂਜੀ। ਸੋ ਜੇ ਔਰਤ ਸਹੀ ਆ ਜਾਏ ਜ਼ਿੰਦਗੀ 'ਚ, ਤਾਂ ਉਹ ਸਹੀ ਬਦਲਾਅ ਬੰਦੇ ਜਾਣੇ ਬੜੀ ਛੇਤੀ ਸ਼ੁਰੂ ਹੋ ਜਾਂਦੇ ਆ। ਦੇਖੋ ਜੀ, ਜਿਹੜੀ ਇੱਕ ਇਸਤਰੀ ਹੈ ਨਾ, ਉਹਦੇ ਵਿੱਚ ਇੰਨੀ ਸ਼ਕਤੀ ਆ, ਜੇ ਇਹਦੇ ਜਪਤਾ ਪਿਆ ਅਤੇ ਉਹ ਜਤੀ ਆ, ਜਿਸ ਨਾਲ ਉਹਦਾ ਵਿਆਹ ਆ, ਉਹ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਦੇਖਦੀ ਨਾ। ਰੋਗੀ ਬੰਦੇ ਵੱਲ ਜੇ ਨਿਗਾਹ ਪਾਤੀ ਤਾਂ ਰੋਗੀ ਬੰਦਾ ਠੀਕ ਹੋ ਜਾਂਦਾ, ਇੰਨੀ ਸ਼ਕਤੀ ਹੁੰਦੀ ਆ। ਆਦਿ ਸ਼ਕਤੀ ਮਾਤਾ ਸਾਹਿਬਦੇਵਾਂ ਦੀਆਂ ਧੀਆਂ ਨੇ, ਕੋਈ ਮਾੜੀ ਮੋਟੀ ਗੱਲ ਨਹੀਂ। ਸ਼ਾਇਦ ਮੈਨੂੰ ਹੁਣ ਪੂਰਾ ਯਾਦ ਨਹੀਂ ਗਾ, ਗੁਰੂ ਸਾਹਿਬ ਦੇ ਵੇਲੇ ਸ਼ਾਇਦ ਗੁਰੂ ਅਰਜਨ ਦੇਵ ਮਹਾਰਾਜ ਸਨ, ਮਾਫ਼ ਕਰਿਓ ਕੋਈ ਇਹ ਨਾ ਕਹਿ ਦੇ ਵੀ ਇੱਦਾਂ, ਵੀ ਮੈਂ ਤੁਹਾਨੂੰ ਇੱਕ ਇਸਤਰੀ ਦੀ ਤਾਕਤ ਦੱਸਣ ਲੱਗਾ ਹੈ। ਅਤੇ ਉਹ ਜਦੋਂ ਸ਼ਾਮ ਦਾ ਸਮਾਂ ਸੀ ਨਾ, ਅਤੇ ਉਹ ਚੱਲ ਜਾਂਦੀ ਹੁੰਦੀ ਸੀ, ਅਤੇ ਮਹਾਰਾਜ ਵਾਲੇ ਪਿੱਠ ਰੱਖ ਦਿੰਦੀ ਕਿ ਉਹਨੇ ਮਹਾਰਾਜ ਨੂੰ ਨਹੀਂ ਦੇਖਿਆ। ਅਤੇ ਕਈਆਂ ਨੇ ਪੁੱਛਿਆ ਵੀ ਕਿਉਂ, ਉਹ ਕਹਿੰਦੀ ਮਹਾਰਾਜ ਮੈਂ ਸਿਰਫ ਆਪਣੇ ਘਰ ਵਾਲੇ ਨੂੰ ਵੀ ਨਹੀਂ, ਹੋਰ ਮੈਂ ਕਿਸੇ ਮਰਦ ਨੂੰ ਨਹੀਂ ਦੇਖਦੀ। ਇਸਤਰੀ ਦੀ ਤਾਕਤ ਆ ਇਹਦੇ ਵਿੱਚ। ਇਹ ਨਾ ਕੋਈ ਕਵੇ ਵੀ ਗੁਰੂ ਮਹਾਰਾਜ ਨਿੰਦਿਆ ਨਹੀਂ ਕਰਦੇ, ਇਹ ਉਹਦਾ ਬ੍ਰਹਮ ਸੀਗਾ, ਉਹਨੇ ਦਿਖਾਇਆ ਸੀ, ਉਹਦਾ ਨਿਸ਼ਚਾ ਸੀਗਾ, ਉਹਦਾ ਵਿਸ਼ਵਾਸ ਸੀਗਾ ਕਿ ਮੈਂ, ਮੇਰਾ ਇਹ ਕਰਮ ਧਰਮ ਹੈ, ਮੈਂ ਇੱਦਾਂ ਰਹਿਣਾ। ਹਾਂਜੀ। ਅਤੇ ਜਿਹੜੀ ਅੱਜ ਵੀ ਇਸਤਰੀ ਇੱਦਾਂ ਦੀ ਹੋਊਗੀ, ਉਹ ਜਿੰਨਾ ਮਰਜ਼ੀ ਕਿਸੇ ਨੂੰ ਰੋਗ ਹੋਵੇ, ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ, ਜਦੋਂ ਤੱਕ ਲੈਣਾ ਖੜ੍ਹੇ ਪੈਰ ਹੀ ਖਤਮ ਹੈ ਉਹ,
कि इन्ने ओहदे अंदर ताकत हुंदी है इस्त्री विच। बिल्कुल सही है, महाराज ने शायद इसलिए भी कहा कि सो क्यों मंदा आखिए जित जम्मे हरा जान। हाँ जी, कि इस्त्री नूं पहचानिया नहीं है तुसी कि इहदी निंदिया करदे कि तुसी हुणे गुरुद्वारे नहीं जा सकदे, तुसी इस जगह नहीं जा सकदे। आदि शक्ति आ उह कोई माड़ी मोटी गल थोड़ा है, शक्ति है इक जिहने संसार चला रही है। बिल्कुल, पर हुण एक होर जिहड़ी बहुत वड्डी प्रॉब्लम आई है कि जिहड़ा जेंडर दा जिहड़ा हुण प्रॉब्लम शुरू हो गई है वैसटर्न कंट्रीज दे विच। हाँ जी, हुण ये भी शायद अगे जाके प्रॉब्लम खड़ी कर सकती है, जिदा बच्चों नूं भी स्कूल से इंट्रोड्यूस किया जा रहा। हाँ जी, सो ये करके मैं सुनया कई फैमिलीज़ बड़ी कन्फ्यूजन च रही है कि इतने रहना भी चाहिए कि नहीं। कुछ गोरे भी ने वो दुबई वर्गी कंट्री से मूव हो गए क्योंकि उन्होंने पता फुल सिक्योरिटी उन्होंने फैमिली इस चीज़ का थ्रैट नहीं रहेगा। हाँ, वो बारे की विचार है तुहाडे? देखो, एक जिहड़ा दरख्त आ वो दरख्त खिलौंदा गा तो जड़ ते उहदी जड़ किन्नी कि डूंगी है, जिन्नी डूंगी जड़ां होणगियां दरख्त मजबूती च रहेगा, भावें उहनूं पाणी घट ही मिले टुटदा नहीं। हुण जिहड़े मां प्यो इत्थों डोल गए ने, देखो समां है, ये हैगा कलयुग दा समां, इहदे हर एक चीज़ होनी है, इहदे बहुत पाप होने ने। प्यो ने अपनी धी दे नाल संबंध बनाउणे ने, पुत ने माँ दे नाल बनाउणे ने, इदां दा समां आया आ भी गया, आना भी आ, ये तो भी माड़ा आना, नग्न ही रहन गए लोग, रेंदे भी ने ना अज कई बॉलीवुड च इदा जो कोई काम ना चले तो नग्न हो जाओ। मैं किसी बेद भी नहीं करन दिया, पर जिहड़े लोग ये करते ने मैं वो दसन दिया समा इदा दा। तुसी ये देखो तुहाडे बच्चा जम गया, तुसी उहनूं सिखाउंदे बोल पापा बोल मम्मी, उहनूं कहो बोल वाहिगुरू, जदों उहदे अंदर परमेश्वर दा नाम जावेगा उहदा भला होवेगा। सब तो वड्डी गल जदों बच्चा माँ दे गर्भ विच हुंदा है, माँ जो करती है ना उहदा असर पैंदा, वह जो खाँदी उहदा भी, जिहड़ी माँ जप तप करदी उहदा बच्चा साधु ही होएगा। ठीक है जी, इस करके पहलो माँ प्यो वेखण भी वह अपने बच्चे नूं सिखा की रहे ने, सिखाउंदे भी आ बाणी गुरबाणी को दसदे ने, वह आप तो कोई दसने नहीं चाहते, तो फिर वो इदां दीआं चीज़ां तो सदा ही ने। अज इत्थे दुबई भी किसे ना किसे दिन हो जाणगीआं, कित्थे कित्थे भजोगे, अपनी मुसीबतों तो भजना नहीं चाहिए। हल एको ही आ, गुरु महाराज का लड़ फड़ लो फिर भला है। गुरु महाराज तो बेमुख हो गए भावें डबई छड़ के पताल च भी चल जाओ, उत्थे भी ये काम चलना है, ये हर जगह ही चलना है। बिल्कुल, कितने कितने भजोगे, क्योंकि ये काम तो अगे वधी जाना। डबई के बीचों में गोरियां कपड़े नहीं लाउंदियां, उत्थे तुहाडे बच्चे नहीं विगड़नगे। अख भर के किसी जनानी नूं देख लीए इदा तो बंदे की की मजाल आ, भी जबी तबी भी हो डोल जाएगा, जबी तबी हो गया देखेगा नहीं, देख लिया तो मन में उतर गया। बिल्कुल सही गल। हाँ जी, सो ना महाराज के नाम के नाल जुड़न की बहुत ज़्यादा लोड़ है। मैं याद है कि बचपन च ना डैडी सानू बिठाते होंगे सके, तो सारा परिवार शाम को बैठ के पौना घंटा असी सिमरन करना, फिर रहरा साहब करनी, कीर्तन सोहला आरती पढ़ के आप समाप्ति करनी। बचपन सेगा तो उदो मैं लगता सेगा कि यार मेरा शाका लाका बुम बुम लगा तो पहला मैं वह देख ला। हाँ, मैं डैडी साहब ने लितड़न लग जाना मैट च, डैडी बस हो गया हूं तो कि हमने तक सिमरन हो रहा, अरे रहरा साहब करनी है बड़ा टाइम। फिर कई बार डैड ने कहना कि तू ना अरदास भी तू कर रही अज, उदो मैं अरदास इन्नी मूँह च भी नहीं चढ़ी, मूँह जबानी इन्नी चंगी तरह नहीं आँदी, फिर भी औखे सौखे फिर खड़े रहना कई कई चेर। तो कई बार की होना कि मेरे भैन भरावों ने अरदास अपनी कर लेनी तो बह जाना कि मैं तो बड़े बड़ा टाइम लाना कि खड़े रहना पेगा। मेरा कहने का यह भाव आ, उस टाइम मैनू बहुत औखा लगता है, पर जो उमर लंघती रही ना तो अज मैं अपने मम्मी डैडी नूं बहुत ज़्यादा याद करता, तो बड़े प्रेम नाल याद करता कि एक समा सीगा कि जो जपजी साहब का पाठ कितने गलत पढ़ लीदा ना, मम्मी पाठ पढ़ते थप्पड़ ला देंदी। वाहिगुरू धन्नवाद। तो उदो बड़ा बुरा लगता है। तो मैं तुहानूं फनी इंसीडेंट दसदा, शायद मैं एक होर पॉडकास्ट भी गल की। मेरा बेस्ट फ्रेंड उहदे पेरेंट्स कहिंदे कि इहनूं इहनूं भी तुसीं पाठ गुरमुखी सिखाओ, तो आ गया। तो मम्मी का थोड़ा सुभाव सीगा स्ट्रिक्ट सीगे, तो मम्मी ने खड़काती उहदी, भज के घर चल गया। अच्छा,
घरे चल गया कि दसांगा मैनू खड़काती है तो मैं मना करेंगे, उन्होंने फिर दोबारा खड़का के भेजे कि जा सकते। तो मेरा यह सारा कहन का यह मतलब है कि ये जी चीज़ा उस टाइम सूँ बुरिया लगदियाँ कौड़ियाँ लगदियाँ कि पाठ करते कोई कि डांट सकता है कुछ भी, पर जो याद करीदा ना कि वो जो पाठ सिखाया तो अच्छ मेरी माता नहीं रही पर अज भी बाणी जप सक रहा। हाँ जी हाँ जी। तो हूँ पता लगता कि माता की कर गई है साढ़े लिए और डैडी की कर गए ने जरा वाहगुरु बोलना सिखाता तो किनिया मुसीबतों तो रोकया। मेरे यार दोस्त चार चार सिगरेटा भी मूँह लाते हैं वाहगुरु वाहगुरु, तो कट्ठे ट्यूशन जाना तो कई बार बीयर पी के शुरू करते हैं, पर मैं लगता उ चीज़ा ने रोक के रखिया कि कदे वो हाथ अगे नहीं वध्या उस उन्हां चीज़ां लई। सो सानू नहीं पता लगता कि महाराज केड़े केड़े रस्तिया तो रोक लैंदे ने जो असी वाहगुरु बोलते अपने मुखों, तो बड़ा प्रभाव पैंदा इन चीज़ों का अपनी जिंदगी दे उत्ते। सो तुहाडी गल बिल्कुल जच रही है कि असी जो अपने बच्चों नूं सिखाने ना कि नाल जुड़ो जुड़ो हाँ जी, भावे नहीं भी समझ रहे हो उहदी महत्वता। हाँ जी समझणगे एक दिन, एक दिन समझदे ना बिल्कुल समझदा, क्योंकि वेखो सब तो वे भाग ने भी आप जी ने ऐसे माता पिता मिले जिन्होंने गुरु साहब जोड़ने वाली जड़ लाई। बिल्कुल समाज भी याद सारे नहीं इदा नहीं होंगे उस करके जोड़ा यूथ है वह मतलब ही बिगड़ रहा। तो ये हर माँ प्यो पहली गल ये समझ भी देखो गुरु तो व्डा कोई भी नहीं है, गुरु ही साढ़े सब कुछ है, इतने गल खत्म हो जाती क्योंकि जेड़ा तख्तों का मालक हो सृष्टि का मालक होने सारा कुछ किया ना कादे ली किसे ली, अं कोई अमीर थोड़ा है अं कोई वो थोड़ा भी दुनिया जीती है साढ़े कोई जितवाई है बल दे के साढ़े लिए किया ना, अं अड्डे अड्डा मतलब कि वह हो गए हैं बेमुख कह लो भुल गए हैं गुरु महाराज दियाँ वड़ियाइया, तो अं अज हर एक चीज़ ने एक छोटा जहा बनाता है जे इन्हें वाल कटा फिर कि गल गुरु महाराज आप ही कृपा करने कृपा कर दी हुक्म करके गए ने, कोई चिट्ठी थोड़ा लेके आनी उतो भी उतो महाराज ने लैटर लिखना भी तुम यहाँ काम करो, इस चीज़ लिए तो एड्डा वड्डा साका होया नहीं तो औरंगजेब तो आंदा सी औरंगजेब अपनी जनानियां दिंदा सी आंदा जमीना लो सोना लो विआह कराओ केस कतल करा दो जो मंगोगे दवांगे, केसा करके किया ना अज कि सौखा बनाता अज के माँ प्यो ने, कोई गल नहीं जी क्यों मतलब कोई पता लगेगा जो जमदूत लैके जाऊगा ना फिर दसणगे उ कोई गल कि गल सब कुछ समा आऊगा, पर यह गल भी आने वाली जनरेशन का आप बेड़ा करके कर रहे अं मर जाना सारे ने चल जाना अं पिछेली की छड़ के चलने पिछलियां की वेखणगे अं सारा इतिहास ही वढ़ के जे मान लो चल जाएंगे पिछलिया ने तो आप ही गोरे काले बन जाना, कई कह दें भी साड़ी धी मतलब कि दूजे धर्म बिच ब्याह करा लिया कि गल हैगी देखो असी सिख च जमे अगला हिंदू धर्म च जम पिया मान लो मुंडा कोई ब्याह हो जाता मत नहीं मिलनी तो फिर कि दूजे लिए अपनी गुरसिखी छोगे गुरु छड़ दोगे अपना है ना, फिर गुरु महाराज ने तो हुक्म किया भी जे अगर अगर गुरसिख परिवार नहीं आ केसाधारी परिवार नहीं अपनी धी नहीं देनी वो पाप मनिया है महाराज ने सहा क्या है महाराज ने पाप आ सब तो वड्डा पाप उन्होंने चंगा धी ना जमे भी तुम अपनी धी इदा के घर च भेजन डे, गुरु तो वड्डा थोड़ा कोई हुण आम बंदा थोड़ा दसेगा भी अं सही हाँ गुरु ही सही आ, ये सोचण वाली गल्लां ने जे आह कर लिया जे कर लिया तुम वेखो भी तुम जिहड़ी आने वाली जनरेशन ना उहदा तुसीं बड़ा वड्डा कहान करके चले तुसीं तो चल जाणा दुनिया तो आने वाले की सीखणगे, इदां नहीं हुंदा काले नाल विआह करा लिया गोरे नाल विआह करा लिया जे मतलब इत्थे आए इह कोई आजादी थोड़ा आंदे असीं आजाद हाँ, देखो समा आउंदा हर कोई विचार करदा भी साडे कोल गलती हो गई पर उदों की फायदा कोई फायदा थोड़ा समा लंघ गया जिहड़ा लंघ गया लंघ गया, इह करके जे माँ प्यो अज भी जिथे तक आवाज जाऊगी अज भी जे तुसी दो घंटे अपने बच्चों कुछ भी ना सिखाओ वाहगुरु बोलना सिखा दो ना ताडा की भला होना उहदा भी भला होना उन्हें अपने बच्चों का भी करना फिर वो एक साइकिल बन जाता ना वो गाड़ी उन्होंने सिखाने देखो जो अज मैं सिखूँगा मेरी धी हो पुत हो मैं उ सिखाऊंगा है ना, भावें दुनिया रुकूगी भावें मेरे घर के भी रुकन गए भावें कहूँगा भी वाहगुरु करना ना इन्हें दिता है बिल्कुल।
ਜਦ ਤੱਕ ਮਾਂ ਪਿਓ ਆਪ ਉਹ ਵਾਕ ਦਾ ਟਾਕ ਆਪੇ ਜੋ ਬੋਲ ਰਹੇ ਨੇ ਉਹ ਨਹੀਂ ਕਰਕੇ ਦਿਖਾਉਂਦੇ ਨਾ ਉਹ ਗੱਲ ਨਹੀਂ ਬਣਦੀ ਸੋ ਮੇਰੇ ਇੱਕੋ ਹੀ ਗੱਲ ਕਰਦੇ ਰਹਿੰਦੇ ਨੇ ਤੂੰ ਪੜ੍ਹ ਲਾ ਤੇਰੇ ਚਾਚੇ ਦਾ ਮੁੰਡਾ ਚਲ ਗਈ ਤੇਰੀ ਮਾਸੀ ਦਾ ਮੁੰਡਾ ਚਲ ਗਿਆ ਕਨੇਡਾ ਚੱਲ ਕਨੇਡਾ ਉਹ ਭਾਵੇਂ ਵਿਚਾਰਾ ਬਹੁਤ ਵਧੀਆ ਪੜ੍ਹਦਾ ਹੋਵੇ ਉਹ ਕਿਤੇ ਉੱਥੇ ਡਾਕਟਰ ਡੂਕਟਰ ਲੱਗ ਜੇ ਉਹਦਾ ਵਿਹੜਾ ਹੀ ਕਰਕੇ ਕਰ ਦਿੰਦੇ ਆ ਇੱਕੋ ਹੀ ਗੱਲ ਇਹੋ ਸਿਖਾਉਂਦੇ ਆ ਉਹੀ ਹੋਣ ਡਿਆ ਹਰ ਗਏ ਨੂੰ ਧੱਕਾ ਦੇ ਕੇ ਚੱਲ 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 ਮੈਂ ਵੀ ਲਾਈ ਲੱਗ ਜਾ ਗਿਆ ਸਾਰੇ ਇੱਦਾਂ ਉੱਧਰੋਂ ਫਿਰ ਬਿਹਾਰ ਵਾਲੇ ਚੰਗੇ ਉਹ ਵੀ ਧੱਕਾ ਲਾ ਰਹੇ ਨੇ ਕਹਿੰਦੇ ਚਲੋ ਪੰਜਾਬ ਨੂੰ ਖਾਲੀਆਂ ਕੋਠੀਆਂ ਮੱਲੀਏ ਸਭ ਕੁਝ ਮੱਲ ਲੈਣਾ ਉਹਨਾਂ ਨੇ ਜੁੱਤੀਆਂ ਫੇਰਨੀਆਂ ਫਿਰ ਕੱਲ੍ਹ ਮੈਨੂੰ ਇੱਕ ਵੀਰ ਨੇ ਵੀਡੀਓ ਭੇਜੀ ਉਹ ਕਹਿੰਦਾ ਉਹ ਲਾਗੇ ਸੀਗੇ ਉਹਨਾਂ ਨੇ ਉਹਨੂੰ ਕੁੱਟਿਆ ਉਹਦੀ ਪੱਗ ਲਾਈ ਅਤੇ ਮੈਂ ਕਿਹਾ ਵੀ ਮੈਨੂੰ ਕਾਹਤੋਂ ਭੇਜਣ ਡਿਆ ਆਉਂਦਾ ਵੀ ਤੁਸੀਂ ਆਹ ਵੇਖ ਲਓ ਵੀ ਤੁਸੀਂ ਵੀਡੀਓ ਪਾਉਂਦੇ ਜੀ ਆਹ ਕੁੱਟ ਖਾਣ ਡਿਆ ਅਤੇ ਮੈਂ ਤਾਂ ਸ਼ਸਤਰ ਕਿੱਥੇ ਆ ਆਉਂਦਾ ਉਹ ਤਾਂ ਹੈ ਨਹੀਂ ਆਉਂਦਾ ਸਾਰਾ ਕੁਛ ਸ਼ਸਤਰ ਨਾਲ ਹੀ ਹੁੰਦਾ ਅਤੇ ਮੈਂ ਕਿਹਾ ਵੀ ਹੋਰ ਕਹਿ ਦੇਣਾ ਹੁੰਦਾ ਜੇ ਤੇ ਗੁਰੂ ਦੇ ਨਹੀਂ ਹੈਗੇ ਤੁਹਾਡੀ ਰੱਖਿਆ ਕਿੰਨੇ ਕਰਨੀ ਸ਼ਸਤਰ ਹੁੰਦਾ ਕਿ ਇੱਕ ਅਦੇ ਤਾਂ ਮਾਰਦਾ ਆਪਣਾ ਬਚਾਅ ਤਾਂ ਕਰਦਾ ਸ਼ਸਤਰ ਦਾ ਭੈ ਹੀ ਬੜਾ ਹੈ ਚਲੋ ਜੇ ਕੁੱਟ ਖਾ ਵੀ ਲਊਗਾ ਜ਼ਿਆਦਾ ਬੰਦਿਆਂ 'ਚ ਪਰ ਕਿਸੇ ਨਾ ਕਿਸੇ ਨੂੰ ਤਾਂ ਮਾਰਦਾ ਨਾ ਬਿਲਕੁਲ ਫਿਰ ਉਹ ਕਹਿੰਦੇ ਵੀ ਕੱਟੜ ਜੇ ਹੈਗੇ ਹਾਂ ਅਸੀਂ ਤਾਂ ਰਹਾਂਗੇ ਕਿ ਸਾਡਾ ਪਿਓ ਜਿੱਦਾਂ ਦਾ ਉਹੀ ਉੱਦਾਂ ਹੀ ਰਹਿਣਾ ਹੈ ਜੋ ਮਰਜ਼ੀ ਹੋ ਜੇ ਭਾਵੇਂ ਦੁਨੀਆ ਲੱਖ ਗਈ ਐਂ ਦੁਨੀਆ ਲਈ ਥੋੜ੍ਹਾ ਆਏ ਸੰਸਾਰ ਦੇ ਸੰਸਾਰ ਲਈ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਨਮ ਦਿੱਤਾ ਹੈ ਸਾਡਾ ਕੰਮ ਹੈ ਮਹਾਰਾਜ ਦੀ ਉਸਤਤ ਕਰਨੀ ਹੈ ਰਹਿੰਦੀ ਦੁਨੀਆ ਆਖਰੀ ਸਵਾਸ ਤੱਕ ਕਰਾਂਗੇ ਦੁਨੀਆ ਤੋਂ ਜਾਵਾਂਗੇ ਸੱਚਖੰਡ ਮਹਾਰਾਜ ਕਦੋਂ ਉੱਥੇ ਵੀ ਕਰਾਂਗੇ ਬਿਲਕੁਲ ਸਹੀ ਗੱਲ ਇਸ ਰਸਤੇ 'ਚ ਚੱਲਣਾ ਬੜਾ ਮੁਸ਼ਕਿਲ ਕੰਮ ਹੈ ਪਰ ਜਿਹੜਾ ਚੱਲ ਗਿਆ ਮਹਾਰਾਜ ਨੂੰ ਉਹੀ ਪਸੰਦ ਹੈ ਮੁਸ਼ਕਿਲ ਅੱਜ ਦੇ ਟਾਈਮ 'ਚ ਕੀ ਮੁਸ਼ਕਿਲ ਹੈ ਕੋਈ ਭਾਈ ਤਾਰੂ ਸਿੰਘ ਕੋਈ ਖੋਪੜੀ ਲਵਾਵੇ ਕੋਈ ਦੇਗਾਂ 'ਚ ਉਬਾਲਿਆ ਜਾਵੇ ਬਵੇ ਕੋਈ ਤੱਤੀ ਤਵੀ 'ਤੇ ਬਿਲਕੁਲ ਸਿਰ ਵਿੱਚ ਕੋਈ ਰੇਤਾ ਪਵਾਵੇ ਕੋਈ ਨਹੀਂ ਪਾ ਸਕਦਾ ਅੱਜ ਨਹੀਂ ਮੁਸ਼ਕਿਲ ਹੈਗਾ ਮੁਸ਼ਕਿਲ ਦੇ ਚੱਲ ਗਏ ਚੱਲ ਗਏ ਸਾਡੇ ਬਜ਼ੁਰਗ ਸਾਨੂੰ ਮਤਲਬ ਕਿ ਦੇ ਗਏ ਫੁੱਲ ਫੁੱਲਾਂ ਦੇ ਖੇਡੋ ਭੋਲੀ ਜਗ੍ਹਾ 'ਤੇ ਅੱਗਾਂ ਦੇ ਉਹ ਚੱਲੇ ਨੇ ਅਸੀਂ ਤੇ ਉਹ ਕੰਡਿਆਂ ਦੀ ਸੂਲ ਤੇ ਚੱਲ ਕੇ ਤੇ ਸਾਡੇ ਲਈ ਉਹਨਾਂ ਨੇ ਗੱਦੇ ਦੇ ਦਿੱਤੇ ਨੇ ਹਨਾ ਮਹਾਰਾਜ ਮਾਛੀਆੜੇ ਦੇ ਜੰਗਲ 'ਚ ਵੀ ਰਹੇ ਆਪਾਂ ਸੋਵੇ ਤੇ ਬੈਠੇ ਹਾਂ ਜੇ ਇੱਥੇ ਵੀ ਗਈ ਸਾਨੂੰ ਤੰਗੀ ਤਾਜ਼ੀ ਤੰਗੀ ਆ ਫਿਰ ਅਸੀਂ ਭੁੱਲ ਗਏ ਆਪਣੇ ਬਜ਼ੁਰਗ ਅਤੇ ਮਹਾਰਾਜ ਕੀ ਕਰ ਗਏ ਨੇ ਗੁਰੂ ਸਾਹਿਬ ਕੀ ਕਰ ਗਏ ਨੇ ਹਾਂਜੀ ਇਹ ਮਹਾਰਾਜ ਸਨ ਆਮ ਬੰਦਾ ਨਹੀਂ ਬਿਲਕੁਲ ਜੇ ਮਹਾਰਾਜ ਮਾਛੀਆੜੇ ਦੇ ਜੰਗਲਾਂ 'ਚ ਸੌਂ ਸਕਦੇ ਨੇ ਸਾਨੂੰ ਕੀ ਆ ਇਹ ਕਿਸੇ ਪੰਨੇ ਵੀ ਨਹੀਂ ਆਉਂਦੇ ਬਿਲਕੁਲ ਸੋਚ ਮਾੜੀ ਹੋ ਗਈ ਸਾਡੀ ਹੋਰ ਨਿਗਲ ਹੋਈ ਜਿੰਨਾ ਜਿੰਨਾ ਕੰਫਰਟ ਜ਼ੋਨ ਮਿਲ ਰਿਹਾ ਸੀ ਉਨੇ ਹੋਰ ਕਈ ਵਾਰੀ ਨਿਕੰਮੇ ਜਿਹੇ ਹੋਈ ਜਾ ਰਹੇ ਕਿ ਸਾਨੂੰ ਉਹ ਚੀਜ਼ਾਂ ਯਾਦ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਬਹੁਤ ਜ਼ਿਆਦਾ ਮਾਰ ਖਾਂਦੇ ਕਿਉਂਕਿ ਸਾਨੂੰ ਇਤਿਹਾਸ ਨਹੀਂ ਪਤਾ ਹੁਣ ਜੇ ਮੈਨੂੰ ਕੋਈ ਤੁਸੀਂ 4 ਸਵਾਲ ਪੁੱਛ ਲਓ ਨੇ ਇਤਿਹਾਸ ਦੇ ਮੇਰਾ ਇਤਿਹਾਸ ਇੰਨਾ ਕਮਜ਼ੋਰ ਹੈ ਪਰ ਇਹੀ ਚੀਜ਼ ਮੈਨੂੰ ਮੋਟੀਵੇਟ ਕਰਦੀ ਆ ਸ਼ਰਧਾ ਹੋਣੀ ਚਾਹੀਦੀ ਨਾ ਜੀ ਗੁਰੂ ਮਹਾਰਾਜ ਇਤਿਹਾਸ ਆ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਪਿਓ ਇਹ ਇਤਿਹਾਸ ਆ ਨਹੀਂ ਪਤਾ ਗੱਲ ਵੱਖਰੀ ਇਹ ਤਾਂ ਜਪੋ ਜੋ ਇਹਨਾਂ ਦੇ ਪਤਾ ਨਾ ਸਾਨੂੰ ਗੁਰੂ ਮਹਾਰਾਜ ਇਹ ਤਾਂ ਹਰ ਕਿਸੇ ਨੂੰ ਪਤਾ ਹੈ ਵੀ ਗੁਰੂ ਮਹਾਰਾਜ ਇਹਨਾਂ ਨੂੰ ਸਿੱਖੀ ਦਿੱਤੀ ਆ ਬਸ ਬਿਲਕੁਲ ਕੇਸ ਗੁਰੂ ਦੀ ਮੋਹਰ ਆ ਗੁਰੂ ਦੇ ਕੇਸ ਸਮਝ ਕੇ ਕਿ ਕੰਘਾ ਕਰੋ ਪਿਆਰ ਕਰੋ ਘਟਾ ਹੀ ਨਹੀਂ ਸਕਦਾ ਕੋਈ ਬਿਲਕੁਲ ਹਰ ਕਿਸੇ ਨੂੰ ਆਪਾਂ ਸੋਚਦੇ ਮੇਰੀ ਆ ਜਿਹੜੀ ਮੈਂ ਮਾਰ ਜਾਂਦੀ ਤੂੰ ਦੀ ਖੇਡ ਇੱਥੇ ਤੂੰ ਹੀ ਤੂੰ ਆ ਤੂੰ ਹੀ ਤੂੰ ਤਾਂ ਹੀ ਮਹਾਰਾਜ ਨੇ ਅਕਾਲ ਉਸਤਤ 'ਚ ਕਿੰਨੀ ਵਾਰੀ ਕਿਹਾ ਤੂੰ ਹੀ ਤੂੰ ਆ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ ਖੁਦ ਪਰਮਾਤਮਾ ਦਾ ਰੂਪ ਨੇ ਕਲਗੀਧਰ ਪਾਤਸ਼ਾਹ ਪਰ ਉਹਦਾ ਨਾਮ ਜਪਦੇ ਨੇ ਉਹਦੇ ਲੜ ਲਾਇਆ ਆਪਣੀ ਵਡਿਆਈ ਕੀਤੀ ਕਿਤੇ ਮਹਾਰਾਜ ਨੇ ਬਿਲਕੁਲ ਹਰ ਜਗ੍ਹਾ ਪਰਮੇਸ਼ਰ ਦੀ ਜੰਗ ਹੋਈ ਫਿਰ ਵੀ ਮਹਾਰਾਜ ਨੇ ਬਾਣੀ ਪੜ੍ਹੀ ਅੱਜ ਕਹਿੰਦੇ ਸਿਰ ਪੀੜਾਉਣ ਡਿਆ ਬਾਣੀ ਕੱਲ੍ਹ ਪੜ੍ਹ ਲਾਂਗੇ ਬਿਲਕੁਲ ਸਹੀ ਗੱਲ ਆ ਇਸ ਕਰਕੇ ਮੈਨੂੰ ਲੱਗਦਾ ਇਤਿਹਾਸ ਜਾਣਨਾ ਵੀ ਬੜਾ ਜ਼ਰੂਰੀ ਆ ਕਿ ਜਿਹੜੀ ਇੰਸਪੀਰੇਸ਼ਨ ਹੈ ਨਾ ਕਿ ਹੋਇਆ ਕੀ ਕਿੱਦਾਂ ਦੀ ਮੁਸੀਬਤਾਂ 'ਚ ਰਹੇ ਨੇ ਮੈਂ ਛੋਟਾ ਜਿਹਾ ਇੱਕ ਇੰਸੀਡੈਂਟ ਦੱਸਦਾ ਮਹਾਰਾਜ ਨੇ ਤਾਂ ਇੰਨੇ ਵੱਡੇ ਸਾਕੇ ਕੀਤੇ ਨੇ ਜੇ ਅਸੀਂ ਸਿਰਫ 100-150 ਸਾਲ ਪਹਿਲਾਂ ਚੱਲ ਜਾਈਏ ਨਾ ਜੇ ਸਿਰਫ ਕੈਨੇਡਾ ਦੇ ਸਿੱਖਾਂ ਦੀ ਗੱਲ ਕਰੀਏ ਉਹਨਾਂ ਨੇ ਇੰਨੀ ਮੁਸ਼ਕਿਲਾਂ ਚੱਲੀਆਂ ਹੋਰ ਮਹਾਰਾਜ ਨੇ ਸਾਨੂੰ ਡਿਪਲੋਮੈਸੀ ਵੀ ਸਿਖਾਈ ਜਿਹੜੀ ਅਸੀਂ ਕਈ ਵਾਰੀ ਨਹੀਂ ਵਰਤ ਪਾਉਂਦੇ ਹਾਂਜੀ ਕਿਉਂਕਿ ਮਹਾਰਾਜ ਨੇ ਇਹ ਵੀ ਕਿਹਾ ਕਿ ਰਾਜਨੀਤੀ ਵੀ ਸਿੱਖਣੀ ਆ
हाँ जरूर जरूर है ना, असं राजनीति च भी कमजोर है क्योंकि सानू जो इतिहास नहीं पता रेलीवेंसी नहीं पता तो असं राजनीति वधिया किदा कर लाँगे डिप्लोमैसी किदा मेनटेन रखांगे। हुण मैं तुहानू छोटा जिहा एक एग्जाम्पल दिना, अंग्रेजों ने ना रौला पाना शुरू करता कि 1907 एक एंटी ओरिएंटल एशियन रायट्स हुए थे जिहदे विच अंग्रेज वर्कर्स ने सिखा नू चाइनीज़ ते जैपनीज़ उत्ते अटैक करने शुरू करते कैनेडा दे विच कि इत्थे ना रहन क्योंकि एक घट पैसिआं च काफ़ी ज़्यादा काम करके दे रहे थे जिहदे करके भावें गोरे इंपलॉयर्स भी सी ना वो इन्हां नू पसंद करदे सी कि कम निकलदा है, पर जिहड़ी यूनियन सी वो इन्हां दे अगेंस्ट सी। फिर अमेरिका तो रायट्स शुरू होए, फिर कैनेडा पहुँचे, न्यूजीलैंड आस्ट्रेलिया तक रायट्स गए। सो जो असीं कैनेडा की गल करिए सिख भी इहदे नाल अफैक्ट होए, हाँ जी, पर सिख सीगे जुझारू ते हले 100 साल भी नहीं होए सीगे कि साडा सिख राज हले गया सीगा, हाँ जी, ते उह जुझारूपना हले भी होर चढ़दी कला च सीगा ते वो दोबारा कुट मार के भजा देंदे सीगे ते बड़े घट इंसीडेंट सामने आते कि जिते सिख कुट खा के आया होए। हाँ जी, एक चीज़ हो रहा इन्होंने फिर स्ट्रैटेजी भी मेनटेन की कि इन्होंने सिर्फ कट्ठे होके जाना है, जे कुट खावे कट्ठे तो कुटांगे कट्ठे इदा ही। तो दूसरा डिप्लोमैसी देखो कि चढ़ती कला डिप्लोमैसी मैं बड़ी वधिया लगी। कई बार ये होंगे कि तुहानू कई बार बेंड हल्का जिहा करना पैंदा पर तुसी बाद च अपनी लत उत्ते रख लैंदे हो इदा ही। सो गुरुद्वारे तो हुक्म जारी होने शुरू हो गए सारे सिखां नू, तुसी जदों बाहर जाना क्योंकि इदां दी गल्लां बाहर आ गई सी कि जिहड़े सिख ने ये साफ सुथरे नहीं ने, इन्हों तो बदबू आती है। सो जो इदा दल्लां पार्लीमेंट भी होन लग गई तो सिखा ने अपना कोई काम करान जाना म्युनसीपालिटी या पार्लीमेंट के भी उन्होंने इदा दल्ल सुनने मिलने कि जेडे उत्थे दे मिनिस्टर्स ने उत्थे दी यूनियन आ वो इस करके तुहानू तुहाडे नाल इस चीज़ तो प्रॉब्लम है। तो उन्होंने हुक्म जारी किया गुरुद्वारे की कमेटी ने कि तुसी वधिया तो वधिया 3-पीस सूट खरीदने, जे तुसी अफोर्ड कर सकते हो वधिया शू ते होर जिहड़ी चढ़दी कला च है सिंह ते तुसी जिहड़ी ओ क्लॉक गोल जी नहीं आंदी सी कोट च पाण वाली कहिंदे तुसी ओह वी रखनी है। इन्ने ज़्यादा सिंह जदों बाहर जाते सीगे तैयार बर तैयार होके वो इन्नी डिप्लोमैसी, हुण जे आपां रोन पिटन लग जाइए नहीं असीं इत्थे नहीं रह सकते, जिद्दां तुसी मैनूं बहुत वधिया एग्जाम्पल दित्ता जे दुबई कल नूं खराब हो गया फिर तुसी दुबई कित्थे छड़ के जाओगे। हाँ जी, डिप्लोमैसी मेनटेन रखनी है असीं। हुण उस टाइम असी शायद अपने बाने पा के सड़कां ते नहीं तुर सकते सीगे। सो कहण दा मतलब है जो उस टाइम साडे सिखां ने डिप्लोमैसी रूल आउट नहीं की होंगी कि तुसी सज तज के बाहर जाना है तो अपना जिहड़ा नाम आ जिहड़ी अपनी छवि आ उहनूं चेंज करिए कि जिहदे नाल तुसी टौर कढ के बाहर जाओ तो असी अपनी छवि चेंज करिए। अज उस डिप्लोमैसी दे नाल असी सारे सिख जदों चाहिए कुर्ते पजामे महाराज दे बाने पा के बाहर अंदर जा सकते हैं। सो ये डिप्लोमैसी कई बार ना क्योंकि सानूं इतिहास नहीं पता, महाराज रणजीत सिंह दे टाइम भी कई डिप्लोमैटिक रिलेशन मेनटेन किए गए थे। जिहड़ा महाराज रणजीत सिंह दे दरबार से वाइस रॉय सॉरी डिप्लोमैट सीगा अंग्रेजा वालों भेजा गया सी वो बाद च कैनेडा दा वाइस रॉय बनया सी। सो महाराज रणजीत सिंह दे नाल उहदे नाल बहुत वधिया रिलेशन सीगे। सो कई बार मेनटेन भी रखने पैंदे ना चाहते हुए भी रखने पैंदे, पर हुण प्रॉब्लम यह आ गई है जे असी दो सिख भी बह जाइए ना तो साढ़े विचार ना मिलन असी दूजी बार फतेह बुलाना भी छड़ देने। सो जो महाराज ने कह ही दिता राजनीति सीखनी है डिप्लोमैटिक रहना है कोई माड़ी गल नहीं है। सही नहीं ना बिल्कुल नहीं। सो मैं लगता कि यह सानू इसलिए इतिहास फिर रेलीवेंसी बड़ी जरूरी होंगी है कि तुसी देखो साढ़े बुजुर्ग कैनेडा में आके किदा डिप्लोमैटिक रिलेशनस बना के जो उन्होंने कोई इज्जत की निगाह नाल भी नहीं देखता सीगा, हाँ जी, तो फिर भी उन्होंने अपना रुतबा गवाया हौली हौली म्युनिसिपैलिटी के इलैक्शन उत्थों शुरू करते करते हुण देख लो एक्स डिफेंस मिनिस्टर साडा हरजीत सिंह सज्जन सीगे, हाँ जी, तो हुण जगमीत सिंह भी अपने NDP के लीडर ने, हाँ जी। सो इदा कई सिख अगे आ रहे हैं, कई बिजनेसमैन मैं जो रिसर्च कर रहे ना इस वीडियो बारे जी रीसेंट आप क्ढ़ी सी उस मैंने ये पता लगा कुछ बिजनेसमैन इन्नी चढ़ती कला के सके और साढ़े खून अंशवंश से ये सैक्रीफाइस करन दे जेड़े हैगे ना, हाँ जी, उन्होंने अपना सब कुछ दाव ते लगाता और उन्होंने गवा भी दिता जी। मैं अगले पार्ट से इन्हों की पूरी डिटेल से दसागा, हाँ जी, उन्होंने अपना बिजनेस दाव ते लगाता सब कुछ गवा भी लिया, हाँ जी, पर जे उस टाइम ना गवाते तो थोड़े मेरे वर्गे अजे सोफिया तो बह नहीं सकते ही कैनेडा च, हाँ जी, इदा ही। सो ये साढ़े बजुर्गों की देन आ कि हर पल ते असी कुछ ना कुछ सैक्रीफाइस करके असी अज तौर नाल या सिर उच्चा करके इन देशों में घूम फिर रहे हैं भावें वह अपने अपने ही देश बैकहोम क्यों नहीं हो क्यों ना हो। चाहिए इदा जो वेखो
ਜਿਹੜਾ ਵੀਰ ਪੈਂਟ ਕਮੀਜ਼ ਪਾਉਂਦਾ ਹੈ ਪੂਰਾ ਤਿਆਰ ਬਰ ਤਿਆਰ ਹੋ ਕੇ ਰਵੇ, ਸੋਹਣਾ ਬੋਹਣਾ ਬਣ ਕੇ ਨਾ, ਜਿੱਦਾਂ ਜੋ ਵੀ ਬੂਟ ਬਾਟ ਪਾ ਕੇ ਪਤਾ ਲੱਗੇ ਕਿ ਗੁਰੂ ਦਾ ਸਿੱਖ ਹੈ। ਬਿਲਕੁਲ ਹੈ ਨਾ, ਜੇ ਅਸੀਂ ਬਾਣਾ ਪਾਉਂਦੇ ਤਾਂ ਵਧੀਆ ਬਾਣਾ ਪਾਉਂਦੇ, ਸ਼ਸਤਰ ਪਾਈਦਾ ਤਾਂ ਮਹਿੰਗਾ ਪਾਈਦਾ, ਸਾਡਾ ਕੋਈ ਸ਼ਸਤਰ ਜੀ ਕੋਈ ਵਿਖਾਓ ਫਲਾਦਾ ਹੈ, ਮਾੜਾ ਮੋਟਾ ਨਹੀਂ। ਜਿਹੜੀ ਵੀ ਚੀਜ਼ ਬਣੀ ਸਿੱਖ ਦਾ ਕੰਮ ਹੈ ਵਧੀਆ, ਜਿੱਦਾਂ ਦਾ ਤੁਹਾਡਾ ਕੀਤਾ ਉੱਦਾਂ ਦਾ ਤੁਸੀਂ ਵਧੀਆ ਬਣ ਕੇ ਰਹੋ। ਪ੍ਰਚਾਰ ਦੇਖੋ ਹਰ ਤਰ੍ਹਾਂ ਹੋ ਸਕਦਾ, ਅਸੀਂ ਜਿਹੜਾ ਬਾਣਾ ਹੈ ਤਾਂ ਬਾਣਾ ਪ੍ਰਚਾਰ ਹੈ ਨਾ, ਦੱਸਣ ਦੀ ਲੋੜ ਨਹੀਂ ਹੁੰਦੀ। ਜਿਹਨੂੰ ਪੈਂਟ ਕਮੀਜ਼ 'ਚ ਬੰਦਾ ਵਧੀਆ ਪਾ ਪੂ ਕੇ ਐਂ ਲਿਸ਼ਕ ਪਿਸ਼ਕ ਕੇ ਜਾਵੇ, ਪਤਾ ਲੱਗੇ ਗੁਰੂ ਦਾ ਸਿੱਖ ਆ। ਬਿਲਕੁਲ, ਅਤੇ ਬਾਬਾ ਜੀ ਅਸੀਂ ਕਾਫੀ ਜ਼ਿਆਦਾ ਗੱਲਾਂ ਕੀਤੀਆਂ ਨੇ ਅੱਜ, ਕਈ ਟੋਪਿਕਸ ਟੱਚ ਕੀਤੇ ਨੇ, ਪਰ ਮੈਂ ਇਹ ਵੀ ਜਾਣਨਾ ਚਾਹੁੰਦਾ, ਸ਼ਾਇਦ ਹੋਰ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਤੁਸੀਂ ਫਿਟਨੈਸ ਦੇ ਵਿੱਚ ਕਿਵੇਂ ਆਏ, ਅਤੇ ਹੋਰ ਜਿਹੜਾ ਤੁਹਾਨੂੰ ਭਾਵੇਂ ਤੁਸੀਂ ਬੁੱਢਾ ਦਲ ਦੇ ਨਾਲ ਜੁੜੇ ਅਤੇ ਤੁਸੀਂ ਬਾਣੇ ਦੇ ਨਾਲ ਜੁੜੇ, ਪਰ ਜਿਮ 'ਚ ਵੀ ਥੋੜ੍ਹਾ ਯੂਨੀਕ ਹੈ ਕਿ ਜਿਮ 'ਚ ਵੀ ਬਾਣੇ ਪਾ ਕੇ ਸਿੰਘ ਜਾਣ, ਇਹ ਇਹ ਸਭ ਕਿੱਦਾਂ ਹੋਇਆ? ਇਹ ਨਾ ਇੱਥੇ ਬਾਬਾ ਅਮਰ ਸਿੰਘ ਜੀ ਨੇ, ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ, ਬਹੁਤ ਜ਼ਿਆਦਾ ਪ੍ਰੇਮ, ਉਹਨਾਂ ਤੋਂ ਆਪਾਂ ਹੀ ਬੜਾ ਕੁਛ ਸਿੱਖਿਆ ਹੈ ਨਾ, ਅਤੇ ਉਹਨਾਂ ਨਾਲ ਹੀ ਮਤਲਬ ਸ਼ੁਰੂ ਤੋਂ ਮਨ ਮਿਲਿਆ ਸੀ, ਅਤੇ ਜਦੋਂ ਆਪਾਂ ਬਾਣਾ ਪਾ ਲਿਆ ਅਤੇ ਆਪਾਂ ਉਹਨਾਂ ਨੂੰ ਕਿਹਾ ਵੀ ਬਾਬਾ ਜੀ ਵੀ ਬਾਣਾ ਪਾ ਕੇ ਜਿੰਮ ਜਾ ਸਕਦੇ ਹਾਂ, ਉਹ ਇੰਗਲੈਂਡ ਦੇ ਜੰਮਪਲ ਨੇ ਅਤੇ ਇੱਥੇ ਬਾਅਦ 'ਚ ਵੱਡੇ ਹੋਏ ਨੇ, ਉਹ ਕਹਿੰਦੇ ਵੀ ਹਾਂ ਜੀ ਜਾ ਸਕਦੇ ਹਾਂ। ਉਸ ਸਮੇਂ ਇੱਕ ਸਿੰਘ ਸੀਗਾ, ਉਹ ਗੁੱਡ ਲਾਈਫ ਦੇ ਵਿੱਚ ਮਤਲਬ ਵੀ ਲੱਗਾ ਸੀ ਹੈ ਨਾ, ਅਤੇ ਉਹਨੂੰ ਬਾਬੇ ਨੇ ਕਹਿਤਾ, ਉਹ ਕਹਿੰਦਾ ਜਾਓ। ਇੱਕ ਵਾਰੀ ਗਏ ਅਤੇ ਸਾਰੇ ਮਤਲਬ ਬੜਾ ਪਿਆਰ ਕੀਤਾ ਵੀ ਪਹਿਲੀ ਵਾਰੀ ਹੈ ਨਾ ਕੋਈ ਸਿੰਘ ਦੇਖਿਆ, ਉਹ ਉੱਦਾਂ ਕੰਮ ਫਿਰ ਚੱਲ ਪਿਆ। ਅਤੇ ਜ਼ੋਰ ਜ਼ਾਰ ਪਹਿਲਾਂ ਲਾਉਂਦੇ ਹੁੰਦੇ ਸੀ, ਜਿੱਦਾਂ ਵਿੱਕੀ ਸਿੰਘ ਆਪਣਾ ਜਿੱਦਾਂ ਉਹਨਾਂ ਕੋਈ ਸਿੱਖੀਦਾ ਡਾਇਟ ਵਗੈਰਾ ਜਿੰਮ ਕਿੱਦਾਂ ਲਾਉਣਾ ਹੈ ਨਾ, ਉਹੀ ਗੁਣ ਦਿੰਦੇ ਨੇ। ਇਹ ਵੇਲੇ ਜਿੱਦਾਂ ਮੈਂ ਪਾਵਰ ਲਿਫਟਿੰਗ ਕਰਦਾ, ਉਹਨਾਂ ਦੇ ਮੇਰੇ ਵੱਖਰੇ ਕੋਚ ਨੇ, ਉਹ ਵੀ ਸਿੰਘ ਨੇ ਵੀਰ, ਗੁਰਵਿੰਦਰ ਸਿੰਘ ਦਿੱਲੀ ਤੋਂ ਨੇ, ਬਹੁਤ ਚੜ੍ਹਦੀ ਕਲਾ ਵਾਲੇ ਨੇ। ਅਤੇ ਉਹ ਫਿਰ ਮੈਨੂੰ ਨਾ ਕਈਆਂ ਨੇ ਕਿਹਾ ਵੀ ਤੁਸੀਂ ਨਾ ਵੀਡੀਓ ਪਾਓ ਹੁਣ ਇੰਸਟਾਗ੍ਰਾਮ ਦੀ, ਅਤੇ ਮੈਂ ਕਿਹਾ ਵੀ ਨਹੀਂ ਇਹ ਆਪਣਾ ਕੰਮ ਨਹੀਂ, ਲੋਕ ਛਿਪ ਕੇ ਰਹਿਣਾ ਵਧੀਆ, ਇੱਦਾਂ ਲੋਕਾਂ ਨੂੰ ਕੀ ਵਿਖਾਉਣਾ। ਉਹ ਕਹਿੰਦੇ ਵੀ ਤੁਸੀਂ ਇਹ ਸੋਚੋ ਵੀ ਜੇ ਤੁਹਾਡੇ ਵੱਲ ਵੇਖ ਕੇ ਕੋਈ ਸਿੱਖੀ 'ਚ ਆ ਗਿਆ, ਅਤੇ ਮੈਂ ਕਿਹਾ ਵੀ ਇੱਦਾਂ ਹੋ ਸਕਦਾ? ਉਹ ਕਹਿੰਦੇ ਵੀ ਜ਼ਰੂਰ। ਅਤੇ ਵੀਡੀਓ ਪਾ ਤੀ ਨਾ, ਸਨੋਅ ਪੈਂਦੀ, ਸਨੋਅ ਵੇਖ ਕੇ ਮੈਨੂੰ ਖੁਸ਼ੀ ਬੜੀ ਚੜ੍ਹ ਗਈ, ਅਤੇ ਮੈਂ ਕਿਹਾ ਵੀ ਜਕਾਰਾ ਲਾਇਆ ਜਾਵੇ ਮਹਾਰਾਜ ਦੇ ਨਾਂ ਦਾ। ਉਹ ਲਾਈ, ਉਹ ਪਾਈ, ਅਤੇ ਉਹ ਕਿਰਪਾ ਆ ਗਈ। ਅਤੇ ਉਹ ਤੋਂ ਬਾਅਦ ਨਾ ਬੜਿਆਂ ਨੇ ਮਤਲਬ ਮੈਸੇਜ ਆਉਣ ਲੱਗ ਪਏ, ਅਤੇ ਉਹ ਮੈਨੂੰ ਫਿਰ ਖੁਸ਼ੀ ਵੀ ਹੋਣੀ ਅਤੇ ਥੋੜ੍ਹਾ ਹੋਣਾ ਵੀ ਮਹਾਰਾਜ ਬੜੀ ਸੇਵਾ ਹੀ ਆ ਹੋਣੀ, ਵੀ ਸੰਗਤ ਨਾ ਚਾਹੁੰਦੀ। ਹਿੰਦੂ ਵੀਰਾਂ ਨੇ, ਬਹੁਤ ਹਿੰਦੂ ਵੀਰ ਬੜੇ ਨੇ ਜਿਹੜੇ ਮਤਲਬ ਗੁਰਸਿੱਖ ਬਣਨਾ ਚਾਹੁੰਦੇ ਨੇ, ਅਤੇ ਉੱਦਾਂ ਵੀ ਬੜੇ ਵੀਰ ਨੇ। ਪਰ ਹਿੰਦੂ ਵੀਰਾਂ ਨੂੰ ਆਪਾਂ ਇੱਕ ਗੱਲ ਕਹੀ, ਦੇਖੋ ਮੈਂ ਕਿਹਾ ਜੇ ਮਹਾਰਾਜ ਨੇ ਤੁਹਾਨੂੰ ਹਿੰਦੂ ਬਣਾਇਆ ਨਾ, ਆਪਣੇ ਧਰਮ ਵਿੱਚ ਪੱਕੇ ਰਹੋ, ਅੱਗੇ ਉਹਨਾਂ ਦੀ ਮਰਜ਼ੀ ਜੋ ਕਰਦੇ ਨੇ। ਆਪਾਂ ਕਦੀ ਇਹ ਨਹੀਂ ਕਿਹਾ ਵੀ ਬਦਲ ਦਿਉ, ਕਿਉਂ ਬਦਲਣਾ? ਆਪਣੇ 'ਚ ਪੱਕੇ ਰਹੋ, ਜੋ ਤੁਹਾਡਾ ਧਰਮ ਉਹਦੇ ਵਿੱਚ ਪ੍ਰਪੱਖ ਰਹੋ। ਪਰ ਜਿੱਦਾਂ ਉਹਨਾਂ ਦੇ ਕੋਈ ਕਰਮ ਹੋਣਗੇ ਜਾਂ ਉਹਨਾਂ ਦਾ ਮਹਾਰਾਜ ਨਾਲ ਕੋਈ ਪੁਰਾਤਨ ਪਿਆਰ ਹੋਵੇਗਾ, ਉਹ ਕੰਮ ਚੱਲ ਵੀ ਫਿਰ ਆਪਾਂ ਜ਼ੋਰ ਜ਼ਾਰ ਮਾਰਨ ਲੱਗ ਪਏ, ਅੱਜ ਇੱਕ ਹੋਰ ਕੱਲ੍ਹ ਹੋਰ, ਉਹ ਚੱਲਦੀ ਚੱਲਦੀ ਇੱਦਾਂ ਕਰਕੇ ਆਪਾਂ ਰੋਜ਼ ਹੀ ਵੀਡੀਓ ਪਾਉਣ ਲੱਗ ਪਏ, ਅਤੇ ਫਿਰ ਉਹ ਫਿਟਨੈਸ ਇੱਦਾਂ ਆ ਗਏ ਆਪਾਂ। ਅਤੇ ਜਿਹੜੇ ਵਿੱਕੀ ਭਾਈ ਨੇ, ਉਹਨਾਂ ਨੇ ਇੰਨਾ ਆਪਣੇ ਪੰਜਾਬੀਆਂ ਦਾ, ਸਿੱਖਾਂ ਦਾ ਨਾਮ ਇੰਨਾ ਰੋਸ਼ਨ ਕੀਤਾ ਆ, ਪਰ ਜਿਵੇਂ ਉਹ ਅਮੈਰੀਕਾ 'ਚ ਜ਼ਿਆਦਾ ਰਹਿੰਦੇ ਨੇ ਅਤੇ ਤੁਸੀਂ ਕੈਨੇਡਾ ਵਿੱਚ ਹੋ, ਅਤੇ ਤੁਹਾਡਾ ਕਿੱਦਾਂ ਮਿਲਾਪ ਹੋਇਆ ਅਤੇ ਕਿੱਦਾਂ ਪ੍ਰੇਮ ਪਿਆਰ ਤੁਹਾਡਾ ਵਧਿਆ, ਤੁਸੀਂ ਟੱਚ ਕਿੱਦਾਂ ਆਇਆ ਉਹਨਾਂ ਦੇ, ਕਿ ਤੁਸੀਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹ ਤੁਹਾਡੇ ਕੋਚ ਵੀ ਨੇ ਅਤੇ ਤੁਹਾਨੂੰ ਗਾਈਡ ਵੀ ਕਰਦੇ ਰਹਿੰਦੇ ਨੇ, ਇਹ ਕਿੱਦਾਂ ਹੋਇਆ? ਉਹ ਇੱਦਾਂ ਹੀ ਵੀ ਇੱਕ ਸਾਡੇ ਘਰ ਵੀਰ ਰਹਿੰਦਾ ਸੀਗਾ, ਅਤੇ ਉਹਨੇ ਕਿਹਾ ਵੀ ਇੱਕ ਪੰਜਾਬੀ ਵੀਰ ਆ ਅਤੇ ਬੋਡੀ ਬਿਲਡਰ ਆ, ਵੀ ਜਿੱਦਾਂ ਪ੍ਰੋਫੈਸ਼ਨਲੀ ਕਰਦਾ। ਅਸੀਂ ਉਹਨੂੰ ਵੇਖਿਆ ਅਤੇ ਉਦੋਂ ਬਲਕ ਕਰਦਾ ਸੀਗਾ ਭਲਵਾਨ, ਯੂਟਿਊਬ 'ਤੇ ਵੀਡੀਓ ਅੱਜ ਵੀ ਹੋਈ, ਅਤੇ ਸਾਡਾ ਹੈਰਾਨ ਹੋ ਗਿਆ, ਬੜਾ ਤਕੜਾ ਬੰਦਾ, ਵੀ ਸ਼ੇਰ ਹੀ ਹੈ ਐਡਾ ਤਕੜਾ ਬੰਦਾ। ਉਦੋਂ ਭਲਵਾਨ ਨੇ ਕੜਾ ਪਾਏ ਸਰਬਲ ਉਹਦਾ ਮੋਟਾ, ਉੱਥੋਂ ਮੈਂ ਸਿੰਘ ਆ ਕਹਿੰਦੇ ਹਾਂ ਮੈਂ ਬੱਲੇ। ਫਿਰ ਮੈਂ ਕਈ ਸਮਾਂ ਜਦੋਂ ਮੈਂ ਹੋਇਆ ਵੀ ਹੁਣ ਆਪਾਂ ਥੋੜ੍ਹਾ ਪ੍ਰੋਫੈਸ਼ਨਲੀ ਕਰੀਏ, ਡਾਇਟ ਡੂਇਟ ਵੀ ਖਾਣੀ ਜ਼ਰੂਰੀ ਆ, ਇਵੇਂ ਦੇਸੀ ਬੰਦੇ ਜੋ ਆਇਆ ਖਾ ਜਾਓ, ਅਤੇ ਇੱਦਾਂ ਹੀ ਘੜੀ ਜਿੰਮ ਜੂ ਮਾਰ ਆਉਂਦੇ। ਫਿਰ ਉਹਨਾਂ ਨੇ ਜਦੋਂ ਵੇਖਿਆ ਹੋਊਗਾ, ਉਹਨਾਂ ਲੱਗਾ ਵੀ ਨਿਹੰਗ ਸਿੰਘ ਨੇ, ਅਤੇ ਉਹਨਾਂ ਨੇ ਜੋ ਵੀ ਪ੍ਰੋਸੈਸ ਦਾ ਫੋਟੋ ਮੰਗਾ ਲਈਆਂ, ਵੇਟ ਮੰਗਾ ਲਿਆ, ਡਾਇਟ ਭੇਜਤੀ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਬਾਬਾ ਜੀ ਮਾਇਆ, ਅਤੇ ਉਹਨਾਂ ਨੇ ਮਾਇਆ ਨਹੀਂ ਲਈ। ਉਸ ਤੋਂ ਬਾਅਦ ਚਲੋ ਵੀ ਉਹ ਗੁਰਦੁਆਰੇ ਦੇ ਦਿਉ, ਵੀ ਉਹਨਾਂ ਨੇ ਲੈਣੀ ਨਹੀਂ, ਮੈਂ ਪ੍ਰੇਮ ਕੀਤਾ ਉਹਨਾਂ ਨੇ ਨਾ ਸਿੰਘ ਜਾਣ ਕੇ। ਹੌਲੀ ਹੌਲੀ ਜਦੋਂ ਮਤਲਬ ਇੰਸਟਾਗ੍ਰਾਮ ਹੈ, ਉਹਨਾਂ ਨੇ ਅਪਡੇਟ ਭੇਜਣੀ, ਉਹਨਾਂ ਨੇ ਫੋਨ ਨੰਬਰ ਮੰਗ ਲਿਆ ਵੀ ਬਾਬਾ ਜੀ ਆਪਣਾ ਨੰਬਰ ਦੇ ਦਿਉ ਵੀ ਮੈਂ ਤੁਹਾਡੇ ਨਾਲ ਗੱਲ ਕਰ ਸਕਦਾ, ਅਤੇ ਮੈਂ ਜ਼ਰੂਰ ਕਰ ਸਕਦੇ ਹਾਂ। ਇੱਦਾਂ ਹੀ ਫਿਰ ਗੱਲ ਹੋਣ ਲੱਗ ਪਈ, ਅਤੇ ਮਹਾਰਾਜ ਦੀਆਂ ਗੱਲਾਂ ਕਰੀਦੇ, ਐਂ ਕਈ ਹੋਰ ਕੋਈ ਗੱਲ ਨਹੀਂ ਕੀਤੀ, ਨਾ ਕਦੀ ਇਹ ਪੁੱਛਿਆ ਤੁਹਾਡਾ ਕੰਮ ਕੀ ਚੱਲਦਾ, ਅੱਜ ਵੀ ਨਹੀਂ ਇਹ ਗੱਲ ਕਹੀ ਵੀ ਪਰਮੇਸ਼ਰ
ਦੀ ਗੱਲ ਕੋਈ ਕਰਨੀ ਆ, ਦੂਜੀ ਗੱਲ ਨਹੀਂ ਕਰੀਦੀ। ਪਰਮਾਤਮਾ ਦੀ ਗੱਲ ਕਰਨ ਲੱਗ ਪਏ, ਉਹ ਪੁੱਛਣ ਲੱਗ ਪਏ ਅਤੇ ਮਾਰੇ ਸੇਵਾ ਲੈਣ ਲੱਗ ਪਏ। ਅਤੇ ਜਦੋਂ ਉਹਨਾਂ ਨੇ ਕੁਝ ਸਵਾਲ ਇੱਦਾਂ ਪੁੱਛੇ ਵੀ ਜਿੱਥੇ ਮੇਰੇ ਵੀ ਹੋਸ਼ ਉੱਡੇ, ਅਤੇ ਮੈਂ ਹੁਣ ਗੁਰੂ ਮਹਾਰਾਜ ਕਿਰਪਾ ਕਰਨ ਹਰਿਆਸ ਦਿਨ ਰਾਤ ਮਤਲਬ ਸੁਣੀਏ, ਉਹ ਸੁਣਨ ਲੱਗ ਪਏ ਅਤੇ ਉੱਦਾਂ ਪ੍ਰੇਮ ਪੈ ਗਿਆ। ਉਹ ਗਿਆਨੀ ਸ਼ੇਰ ਸਿੰਘ ਜੀ ਨੂੰ ਪ੍ਰੇਮ ਸੁਣਦੇ ਸੀਗੇ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਗਿਆਨੀ ਜੀ ਅਮੈਰੀਕਾ ਹੀ ਰਹਿੰਦੇ ਨੇ, ਤੁਸੀਂ ਮਿਲ ਲਓ ਜੇ ਤੁਹਾਡਾ ਪ੍ਰੇਮ ਆ। ਉਹ ਕਹਿੰਦੇ ਬਾਬਾ ਜੀ ਦੂਰ ਬੜੀ ਨੇ। ਅਤੇ ਮੈਂ ਫਿਰ ਇੱਦਾਂ ਮੂੰਹ ਜੋ ਮਹਾਰਾਜ ਕਢਾਇਆ ਵੀ ਜੇ ਤੁਹਾਡਾ ਪ੍ਰੇਮ ਆ ਨਾ ਫਿਰ ਆਪ ਹੀ ਆਉਣਗੇ ਹੁਣ। ਅਤੇ ਅਗਲੇ ਦਿਨ ਹੀ ਕਿਰਪਾ ਆ ਗਈ ਵੀ ਉਹਨਾਂ ਦੇ ਲਾਗੇ ਰਿਚਮਿੰਡ ਕਰਕੇ ਗੁਰਦੁਆਰਾ, ਉੱਥੇ ਆ ਗਏ ਬਾਬਾ ਚਰਨਜੀਤ ਸਿੰਘ ਜੀ ਨੇ। ਉਹਨਾਂ ਕਿਹਾ ਵੀ ਬਾਬਾ ਜੀ ਵੀ ਇੱਦਾਂ ਗਿਆਨੀ ਜੀ ਗਏ ਨੇ ਅਤੇ ਮੈਂ ਇਹਨਾਂ ਨੂੰ ਨੰਬਰ ਦੇ ਤਾ, ਇਹ ਅੱਜ ਗਏ, ਇਹਨਾਂ ਨੇ ਕਥਾ ਸੁਣੀ ਦੋ ਵਾਰੀ ਤਿੰਨ ਵਾਰੀ ਜਾਣ, ਇੱਕ ਦਿਨ 'ਚ ਦੋ ਦੋ ਤਿੰਨ ਤਿੰਨ ਵਾਰੀ। ਉਹ ਗਿਆਨੀ ਜੀ ਨਾਲ ਪ੍ਰੇਮ ਪੈ ਗਿਆ, ਸਿੱਖਾਂ ਨਾਲ ਪ੍ਰੇਮ ਪੈ ਗਿਆ। ਗਿਆਨੀ ਜੀ ਨੇ ਵੇਖਿਆ ਵੀ ਦਰਸ਼ਨੀ ਸਿੰਘ ਆ ਐਡਾ ਬਲੀ, ਆਪਣੇ ਉੱਤੇ ਪੰਥ 'ਚ ਲੋੜ ਆ ਐਡੇ ਐਡੇ ਤਗੜੇ ਸੂਰਮਿਆਂ ਦੀ ਨਾ, ਐਡੇ ਐਡੇ ਜੰਗੀ ਜਰਨੈਲ ਨੇ। ਅਤੇ ਉਹਨਾਂ ਨੇ ਉਹ ਇਹ ਵਿੱਕੀ ਵੀਰ ਸੀਗਾ ਅਤੇ ਜੋਰਾ ਰੰਧਾਵਾ ਵੀਰ ਜਿਹੜਾ ਸਿੰਗਰ ਉਹ ਸੀਗੇ, ਉਹ ਉਹਨਾਂ ਨੇ ਜੋ ਗਿਆਨੀ ਜੀ ਨੇ ਜਾਣਾ ਸੀ ਨਾ, ਅਤੇ ਗਿਆਨੀ ਜੀ ਨੇ ਦਮਾਲਾ ਚੜ੍ਹਾ ਤਾ ਅਤੇ ਅਰਦਾਸ ਕਰਦੀ ਬਾਬਾ ਦੀਪ ਸਿੰਘ ਜੀ ਆਪ ਜੀ ਦੀ ਫੌਜ ਵਿੱਚ ਸਿੰਘ ਭਰਤੀ ਹੋ ਗਿਆ, ਸ਼ਸਤਰ ਪਾ ਅਤੇ ਦੂਜਿਆਂ ਜਕਾਰਾ ਛੱਡ ਤਾ। ਖੁਸ਼ ਇਹਨਾਂ ਜੋ ਸਿੰਘ ਦਿੰਦੇ ਹੀ ਨੇ, ਕਿਸੇ ਨੇ ਮਾਲਾ ਦੇ ਤੀ, ਕਿਸੇ ਨੇ ਸ਼ਸਤਰ ਦੇ ਤਾ, ਅਤੇ ਇੱਦਾਂ ਪ੍ਰੇਮ। ਅਤੇ ਸ਼ਹੀਦੀ ਬਾਗ, ਕਿਉਂਕਿ ਅਸੀਂ ਤਾਂ ਸ਼ਹੀਦੀ ਬਾਗ ਨਾਲ ਜੁੜੇ ਹਾਂ, ਸੰਤਾਂ ਦੀ ਕਿਰਪਾ, ਉਹਨਾਂ ਨੇ ਭੇਜਿਆ ਇੱਥੇ, ਉਹਨਾਂ ਦੀ ਗੱਲਾਂ ਇਹਨੂੰ ਦੱਸਣੀਆਂ। ਇਹ ਬਈ ਕੀ ਪਹਿਲਾਂ ਕਦੀ ਸ਼ਹੀਦੀ ਬਾਗ ਨਹੀਂ ਗਿਆ, ਇਹਨੂੰ ਨਹੀਂ ਪਤਾ ਹੈ, ਗੱਲਾਂ ਕਰਨੀਆਂ। ਜਦੋਂ ਪਹਿਲੀ ਵਾਰੀ ਗਿਆ ਸਿੰਘਾਂ 'ਚ ਵਿੱਚ ਵੇਖਿਆ ਵੀ ਪ੍ਰੇਮ ਹੀ ਬਹੁਤ ਕਰਦੇ ਨੇ, ਫਿਰ ਵਾਰ ਵਾਰ ਜਾਣ ਲੱਗ ਪਿਆ। ਅਤੇ ਅੱਜ ਹੋਰ ਕੱਲ੍ਹ ਹੋਰ, ਅਤੇ ਅੱਜ ਸਿੰਘ ਵੇਖੋ ਜਿਮ ਵਿੱਚ ਕਮਰ ਕੱਸਾ ਕਰਕੇ ਸ਼ਸਤਰ ਪਾ ਕੇ ਲਾਉਂਦਾ, ਗੋਰੇ ਵਹਿੰਦੇ ਨੇ, ਐਡਾ ਬਲੀ ਸੂਰਮਾ, ਬਿਲਕੁਲ ਬੜਾ ਮਾਨ ਮਹਿਸੂਸ ਹੁੰਦਾ। ਜਿਹੜਾ ਉਹਦੇ ਨਾਲ ਪ੍ਰੇਮ ਹੈ ਨਾ, ਉਹ ਕੋਈ ਮਤਲਬ ਕਿ ਬਿਆਨ ਨਹੀਂ ਹੋ ਸਕਦਾ। ਵੀ ਜਦੋਂ ਪਹਿਲੀ ਵਾਰੀ ਗਿਆ ਸੀ ਨਾ ਮੈਨੂੰ ਮਿਲ ਕੇ, ਅਤੇ ਮੇਰਾ ਦਿਲ ਨਹੀਂ ਲੱਗਦਾ ਹੁੰਦਾ ਸੀ, ਅਤੇ ਜੇ ਮੈਂ ਜਿਮ ਜਾਣਾ ਤਾਂ ਮੈਨੂੰ ਵਿਰਾਗ ਆਉਂਦਾ ਤਾਂ ਮੈਨੂੰ ਲੱਗਦਾ ਵੀ ਜਿੱਦਾਂ ਮੇਰੇ ਅੰਦਰੋਂ ਨਾ ਰੂਹ ਨਿਕਲ ਗਈ ਆ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਅੱਜ ਤੋਂ ਬਾਅਦ ਆਵੀਂ ਨਾ, ਜੇ ਤੂੰ ਆਇਆ ਤਾਂ ਫਿਰ ਤੂੰ ਜਾਵੀਂ ਨਾ, ਵੀ ਮੇਰਾ ਜੀਣ ਲੱਗਦਾ। ਅਤੇ ਬੜੇ ਚਿਰਾਂ ਬਾਅਦ ਉਹ ਆਇਆ, ਕੋਈ ਉਹਨਾਂ ਬਹੁਤ ਪਿਆਰ ਹੈ ਕੋਈ ਪੁਰਾਣਾ। ਅਤੇ ਜਦੋਂ ਜਹਾਜ਼ ਵੱਲ ਤੁਰਨ ਲੱਗਾ ਨਾ, ਫਿਰ ਮੇਰਾ ਵਿਰਾਗ ਨਿਕਲ ਗਿਆ। ਅਤੇ ਨਾਲ ਵਾਲਾ ਸਿੰਘ ਉਹ ਕਹਿੰਦਾ ਵੀ ਉਹ ਬੁਲਾਉਣ ਡੇ ਆ, ਅਤੇ ਮੈਂ ਕਿਹਾ ਨਹੀਂ ਦੇਖਿਆ ਨਹੀਂ ਜਾਣਾ, ਵੀ ਬਹੁਤ ਜ਼ਿਆਦਾ ਪਿਆਰ ਹੈ ਉਹਦਾ, ਪਤਾ ਨਹੀਂ ਕਿਉਂ ਕਿਹੜੇ ਜਨਮਾਂ ਦਾ, ਇਹ ਤਾਂ ਪਰਮੇਸ਼ਰ ਜਾਣਦਾ, ਆਪਾਂ ਕੋਈ ਸਾਧੂ ਤਾਂ ਨਹੀਂ ਗੇ, ਪਰ ਪਿਆਰ ਇੰਨਾ ਆ ਵੀ ਬਿਆਨ ਨਹੀਂ ਕਰ ਸਕਦੇ, ਬਹੁਤ ਪਿਆਰ ਹੈ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਹੀ ਭਰਾਵਾਂ ਨਾਲ ਮੇਲ ਹੁੰਦਾ, ਤੁਹਾਡੇ ਨਾਲ ਮੇਲ ਹੋਇਆ, ਮੈਨੂੰ ਬੜੀ ਖੁਸ਼ੀ ਹੋਈ। ਮੈਂ ਵੀ ਕੁਛ ਪਰਲੇ ਵਿਰਾਗ 'ਚ ਚਲ ਗਿਆ ਜਦੋਂ ਤੁਸੀਂ ਆਏ, ਤੁਹਾਡੇ ਨਾਲ ਮਿਲਿਆ, ਦੋ ਮਿੰਟ ਬੈਠਾ, ਤੁਹਾਡੇ ਗੱਲ ਨਾਲ ਲੱਗਿਆ। ਅਤੇ ਇੱਦਾਂ ਹੀ ਮਹਾਰਾਜ ਕਿਰਪਾ ਕਰਨ, ਅਸੀਂ ਇੱਕ ਦੂਜੇ ਦੀ ਬਾਹਾਂ ਬਣੀਏ, ਇੱਕ ਦੂਜੇ ਦੇ ਨਾਲ ਚੱਲੀਏ। ਜਿਵੇਂ ਤੁਸੀਂ ਕੱਲ੍ਹ ਫੋਨ 'ਚ ਵੀ ਬੜੀ ਪਿਆਰੀ ਗੱਲ ਕੀਤੀ, ਤਾਂ ਮੈਨੂੰ ਬੜਾ ਬੜੀ ਖੁਸ਼ੀ ਹੋਈ ਕਿ ਮਹਾਰਾਜ ਦੀ ਖੁਸ਼ੀਆਂ ਮਿਲਦੀਆਂ ਨੇ। ਹਾਂਜੀ ਜ਼ਰੂਰ ਜੀ, ਮਹਾਰਾਜ ਬੜੇ ਖੁਸ਼ ਹੁੰਦੇ ਨੇ ਜਦੋਂ ਸਿੰਘ ਨੂੰ ਫਤਿਹ ਬੁਲਾ। ਦੇਖੋ ਫਤਿਹ ਕਿਉਂ ਨਹੀਂ ਬੁਲਾਉਣੀ, ਫਤਿਹ ਕਿਸੇ ਬੰਦੇ ਦੀ ਨਹੀਂ, ਫਤਿਹ ਤਾਂ ਮਹਾਰਾਜ ਦੀ ਨਾ। ਅਤੇ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ, ਗੁਰੂ ਮਹਾਰਾਜ ਦੀ ਫਤਿਹ ਹੈ। ਜਿਹਨੇ ਸਾਰੇ ਦਿਨ ਵਿੱਚ ਕੋਈ ਨਾਮ ਨਾ ਜਪਿਆ ਹੋਵੇ, ਉਹ ਜਦੋਂ ਇਹ ਬੋਲ ਦਿੰਦਾ ਦੋ ਤਿੰਨ ਵਾਰੀ ਮਹਾਰਾਜ ਵਾਹਿਗੁਰੂ ਦਾ ਨਾਂ ਲੈ ਲੈਂਦਾ, ਭਲਾ ਹੀ ਆ। ਬਿਲਕੁਲ, ਅਸੀਂ ਈਰਖਾ ਮਟਾਉਣੀ ਚਾਹੀਦੀ ਹੈ ਉਹਨਾਂ ਨੂੰ, ਕਿਉਂਕਿ ਵੇਖੋ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੋਤੇ ਹਾਂ, ਸਾਡੇ ਅੰਦਰ ਈਰਖਾ ਦਾ ਸਵਾਲ ਹੀ ਨਹੀਂ ਹੋਣਾ ਚਾਹੀਦਾ, ਪ੍ਰੇਮ ਹੋਣਾ ਚਾਹੀਦਾ ਸਾਡੇ ਵਿੱਚ। ਜੇ ਕੋਈ ਗਲਤ ਜਾਣ ਰਿਹਾ, ਅਸੀਂ ਉਹਨੂੰ ਸਮਝਾਈਏ, ਕੋਲ ਬਹਿ ਕੇ ਸਮਝਾਈਏ, ਪਿਆਰ ਨਾਲ ਸਮਝਾਈਏ, ਭਾਵੇਂ ਜੂਤ ਫੇਰ ਕੇ ਸਮਝਾਈਏ, ਪਰ ਉਹਨੂੰ ਸਮਝਾਈਏ ਵੀ ਵਾਪਸ ਮੁੜ। ਅਸੀਂ ਕਿਹਨੂੰ ਸਮਝਾਵਾਂਗੇ, ਜੇ ਮੰਨ ਲਓ ਵੀਰ ਆ, ਇਹਦੇ ਕੇਸ ਨਹੀਂ ਹੈਗੇ ਜੇ ਕਤਲ ਨੇ, ਮੈਂ ਇਹਨੂੰ ਲਾਗੇ ਨਾ ਲਾਵਾਂ, ਇਹ ਫਿਰ ਮੇਰੇ ਨਾਲ ਪ੍ਰੇਮ ਕਿੱਦਾਂ ਕਰੂਗਾ? ਬਿਲਕੁਲ, ਹੈ ਨਾ। ਫਿਰ ਇਹ ਮੇਰੇ ਤੋਂ ਡਰੂਗਾ ਵੀ ਯਾਰ ਇਹ ਤਾਂ ਨਾ ਬੜੇ ਕੌੜੇ ਸੁਭਾਅ ਦੇ ਨੇ, ਇਹ ਤਾਂ ਬੰਦੇ ਨੂੰ ਬੰਦਾ ਹੀ ਨਹੀਂ ਸਮਝ, ਸਾਨੂੰ ਲਾਗੇ ਨਹੀਂ ਲਾਉਂਦੇ। ਦੇਖੋ ਸਮਾਂ ਆ, ਅਸੀਂ ਸਾਨੂੰ ਇਹਨਾਂ ਨੂੰ ਲਾਗੇ ਲਾਉਣਾ ਪੈਣਾ ਨਾ, ਫਿਰ ਹੀ ਇਹ ਸਿੱਖਣਗੇ, ਨਹੀਂ ਤਾਂ ਐਂਡਲੀ ਵਾਰੀ ਕੀ ਹੋਏ ਕਹਿਣਗੇ ਹਾਂ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਕੁਝ, ਹੈ ਨਾ। ਹਰ ਕਿਸੇ ਨੂੰ ਆਪਾਂ ਈਰਖਾ ਨਾਲ ਨਹੀਂ ਵੇਖ ਸਕਦੇ, ਇਹ ਆਪਣੇ ਨੇ, ਆਪਾਂ ਸਾਰੇ ਆਪਣੇ, ਇੱਕੋ ਖੂਨ, ਇੱਕ ਖੂਨ ਸਾਡਾ, ਇੱਕ ਪਿਓ, ਇੱਕੋ ਦੇ ਹੀ ਸਾਰੇ ਪੋਤੇ ਆ। ਜੇ ਕੋਈ ਭਟਕ ਗਿਆ ਤਾਂ ਇਹਨੂੰ ਰਾਹ 'ਤੇ ਵਿਖਾਈਏ, ਅਰਦਾਸ ਕਰ ਦਿਉ ਮਹਾਰਾਜ ਦੇ ਚਰਨਾਂ 'ਚ ਵੀ ਮਹਾਰਾਜ ਕਿਰਪਾ ਕਰੋ, ਆਪ ਜੀ ਦਾ ਬੱਚਾ ਜੇ ਭੁੱਲ ਗਿਆ ਤਾਂ ਬਖਸ਼ ਦਿਉ। ਅਤੇ ਮਹਾਰਾਜ ਦਾ ਕੰਮ ਹੀ ਇਹ, ਜਿੰਨਾ ਮਹਾਰਾਜ ਬਖਸ਼ਦੇ ਕੋਈ ਬਖਸ਼ਦਾ ਨਹੀਂ। ਬਿਲਕੁਲ ਸਹੀ, ਹੈ ਨਾ। ਜੇ ਇੱਦਾਂ ਹੋ ਜੇ ਫਿਰ ਬੜਾ ਭਲਾ ਹੋ ਜਾਏਗਾ। ਬਿਲਕੁਲ। ਅਤੇ ਵੀਰ ਜੀ, ਅਸੀਂ
ਇੰਨੀਆਂ ਗੱਲਾਂ ਬਾਤਾਂ ਕੀਤੀਆਂ ਨੇ। ਉਮੀਦ ਹੈ ਦਰਸ਼ਕਾਂ ਨੂੰ ਵੀ ਬਹੁਤ ਕੁਛ ਜਾਣਨ ਨੂੰ ਮਿਲਿਆ ਹੋਏਗਾ ਅੱਜ ਦੇ ਪੋਡਕਾਸਟ 'ਚੋਂ, ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ ਕੋਈ ਅਗਰ ਕਿਸੇ ਨੂੰ ਕੁਛ ਦੇ ਸਕਦਾ ਆਪਣਾ ਸਮਾਂ ਦੇ ਸਕਦਾ ਤਾਂ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਪਰਮੇਸ਼ਰ ਦਾ, ਸਾਡਾ ਕਹਿੰਦਾ ਸਮਾਂ ਹੈ, ਇਹ ਵਿਹਲੇ ਬਣਦੇ ਹਾਂ। ਅਤੇ ਅਸੀਂ ਉਮੀਦ ਕਰਦੇ ਹਾਂ ਅਸੀਂ ਫਿਰ ਤੋਂ ਬੈਠਾਂਗੇ ਅਤੇ ਇਸ ਤਰ੍ਹਾਂ ਹੀ ਆਪਣੇ ਵਿਚਾਰ ਸਾਂਝੇ ਕਰਾਂਗੇ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।